ਕਿ ਜੇ ਸ਼ਹਿਰ ਨੇ ਲਿਖਿਆ ਪੀ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਤੇ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਤੋ ਕਹਦਾ ਰੋਜ਼ ਹੀ ਕਹਦਾ ਤਾਂ ਬੁੜੀਆ ਕੋ ਮਾਰ ਦੇਗੇ ਤੋ ਆਮ ਕੋ ਆਮ ਕੋ ਕਹਿਆ ਮਾਰ ਮੈਂ ਤਾਂ ਸੱਚੀ ਮਾਰ ਦੇਗਾ ਤੋ ਕਹਦਾ ਉਸਨੇ ਐਸੇ ਹੀ ਮਾਰਦੀ ਆ ਉਹ ਰੋਜ਼ ਹੀ ਬੋਲਦਾ ਤਾਂ ਐਸੇ ਕਿੰਨੀ ਮਹਾਨ ਆਤਮਾ ਉਹ ਉਹਦੇ ਬੋਲਿਆ ਤੇ ਮੇਰੀ ਸਾਹਤ ਤੋਂ ਬਾਅਦ ਕਿਸੇ ਬਦੋਸ਼ੇ ਦਾ ਖੂਨ ਨਾ ਡੋਲਣਾ ਮਾਰਨਾ ਸਾ ਕੌਮ ਦਾ ਕੰਮ ਹੈ ਕਿਸੇ ਦੋਸ਼ੀ ਨੂੰ ਮਾਰਦੀ ਹੈ ਇੰਦਰਾ ਗਾਂਧੀ ਦਾ ਦੋਸਤ ਸੀ ਉਹਨੇ ਕਾਲ ਤੱਕ ਸਭ ਟਵਾਇਆ ਸੀ ਉਹਨੇ ਬਦੋਸ਼ੇ ਲੋਕਾਂ ਨੂੰ ਉਥੇ ਮਰਵਾਇਆ ਸੀ ਅਸੀਂ ਇੰਦਰਾ ਗਾਂਧੀ ਨੂੰ ਮਾਰਿਆ ਲੇਕਿਨ ਇਹ ਕੰਮ ਨਾ ਕਰ ਸਤਵੰਤ ਸਿੰਘ ਦਾ ਅਕੀਰ ਸਿੰਘ ਦਾ ਕੋਈ ਇੰਦਰਾ ਗਾਂਧੀ ਨਾਲ ਕੋਈ ਬੈਰ ਦੁਸ਼ਮਣੀ ਕੋਈ ਆਪਣੀ ਜੱਦੀ ਤੇ ਹੈ ਨਹੀਂ ਸੀ ਉਹਨਾਂ ਧਰਮ ਵਾਸਤੇ ਕੀਤਾ ਜੇ ਮੈਂ ਉੱਥੇ ਹੁੰਦਾ ਸ਼ਾਇਦ ਮੇਰੇ ਨਾਲ ਵੀ ਇਹੀ ਕੁਝ ਹੁੰਦਾ ਉਹਨਾਂ ਨੂੰ ਤੇ ਪਰਮਾਤਮਾ ਹੀ ਲੈਣ ਆਇਆ ਜਦੋਂ ਫਾਂਸੀ ਲਗਾਇਆ ਗਿਆ ਭਾਈ ਸੁਪਤਨ ਸਿੰਘ ਉਹਨਾਂ ਤੋਂ ਬਾਅਦ ਮਰਤਿਕ ਜੇ ਜਿਹੜੀ ਸੀ ਕਿ ਉਹ ਪਰਿਵਾਰ ਨੂੰ ਸੌਂਪੀ ਗਈ ਜਦੋਂ ਕੋਈ ਵੀ ਸਰਕਾਰ ਕਿਸੇ ਤੇ ਜ਼ੁਲਮ ਕਰਨ ਤੇ ਆਉਂਦੀ ਹੈ ਨਾ ਸ਼ਹੀਦਾਂ ਦੀਆਂ ਦਿਆਂ ਨੂੰ ਕਦੀ ਉਹਨਾਂ ਦੇ ਸਰੀਰ ਨੂੰ ਜਾਂ ਉਹਨਾਂ ਦੇ ਜੀਂਦਿਆਂ ਉਹਨਾਂ ਨੂੰ ਕਦੀ ਹਾਰ ਨਹੀਂ ਪੈਂਦੀ ਜਿਹੜੇ ਸਿੱਖੀ ਦੇ ਦੋ ਅੱਖਰ ਇਤਿਹਾਸ ਦੇ ਪੜ੍ਹਨਗੇ ਉਹਨਾਂ ਨੂੰ ਇਹ ਸਮਝ ਲੱਗੂਗੀ ਕਿ ਇਹਨਾਂ ਦਾ ਗੁਰੂ ਜੇ ਇਹੋ ਜੇ ਕੰਮ ਕਰ ਜਾਂਦਾ ਤੇ ਇਹਨਾਂ ਦੇ ਸਿੱਖ ਵੀ ਇਹੋ ਜੇ ਕੰਮ ਕਰਦੇ ਕਹਿੰਦਾ ਬਾਪੂ ਜੀ ਮੈਂ ਸਵੇਰੇ ਜਦੋਂ ਫਾਂਸੀ ਦੇ ਤਖਤੇ ਨੂੰ ਜਾਊਂਗਾ ਮੈਂ ਜਕਾਰੇ ਛੱਡਦਾ ਜਾਊਂਗਾ ਮੇਰੀ ਆਵਾਜ਼ ਹੋ ਸਕਦਾ ਤੇ ਹਟ ਜੇਲ ਦੀਆਂ ਕੰਧਾਂ ਤੋਂ ਬਾਹਰ ਤੁਹਾਨੂੰ ਸੁਣਾਈ ਦੇਵੇ ਮੇਰੇ ਲਾਗੇ ਤੇ ਤੁਹਾਨੂੰ ਕਿਸੇ ਨਹੀਂ ਆਉਣ ਦੇਣਾ ਪੁਰਾਣੇ ਵਾਲੇ ਫੋਟੋਆਂ ਲਾ ਰਹੇ ਸੀ ਪੁੱਛ ਰਹੇ ਸੀ ਕਿ ਤੁਸੀਂ ਜਗਾਰੇ ਛੱਡ ਰਹੇ ਹੋ ਸਹਤ ਫਾਂਸੀ ਦੀ سزا ਜਿਹੜੀ ਉਹ ਬਦਲ ਗਈ ਹੈ ਕਿ ਕਿਹੜੀ ਖੁਸ਼ੀ ਛੱਡ ਰਹੇ ਹੋ ਜਗਾਰੇ ਤੇ ਬਾਪੂ ਜੀ ਨੇ ਕਿਹਾ ਸਾਡੇ ਦੇ ਪੁਰਖਿਆਂ ਦਾ ਇਹ ਕੰਮ ਰਿਹਾ ਤੇ ਮੈਂ ਧੰਨ ਸਮਝਦਾ ਬਾਪੂ ਜੀ ਨੂੰ ਵੀ ਕਿ ਜਿਨ੍ਹਾਂ ਨੇ ਉਹ ਰੋਲ ਨਭਾਇਆ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਹੱਥਕੜੀਆਂ ਲਾਈਆਂ ਤੇ ਉਹ ਤੁਰੇ ਤੇ ਸਾਡੀਆਂ ਅੱਖਾਂ ਉਹਨਾਂ ਨੂੰ ਵੇਖ ਨਹੀਂ ਸਕੀਆਂ ਅਸੀਂ ਉਹਨਾਂ ਨੂੰ ਵੇਖ ਨਹੀਂ ਸਕੇ ਮੁੜ ਕੇ ਅਸੀਂ ਉਹਨਾਂ ਦਾ ਚਿਹਰਾ ਨਹੀਂ ਮੁੜ ਕੇ ਤੱਕਿਆ ਇਹਦਾ ਕੀ ਕਾਰਨ ਸੀ ਤੁਸੀਂ ਲਾਓ ਕਿ ਉਹਨੂੰ ਆਪਾਂ ਅਨੁਭਵ ਕਰ ਸਕਦੇ ਹਾਂ ਕਿ ਉਹਦੇ ਚਿਹਰਿਆਂ ਤੇ ਨੂਰ ਸੀ ਤੇ ਉਹਨਾਂ ਦੀ ਅੱਖ ਦਾ ਉਸ ਟਾਈਮ ਮੁਕਾਬਲਾ ਕਰਨਾ ਉਹ ਆਮ ਲੋਕਾਂ ਵਾਸਤੇ ਅਸੰਭਵ ਸੀ ਨਹੀਂ ਸੀ ਕਰ ਸਕਦੇ। ਉਹ ਮਹਿਸੂਸ ਹੁੰਦਾ ਹੈ। ਪੀਹਾਂ ਆ ਗੱਲ ਕਹੀ ਸੀ ਸਤਵੰਸੇ ਨੇ ਮੈਨੂੰ ਜਿੱਥੇ ਯਾਦ ਕਰਿਆ ਕਰੋਗੇ ਮੈਂ ਉੱਥੇ ਆ ਕੇ ਰੋਇਆ ਕਰਾਂਗਾ। ਅੱਜ ਹਾਜ਼ਰ ਹੋ ਕੇ ਵੇਖ ਰਿਹਾ ਹੋਏਗਾ ਕਿ ਮੇਰੇ ਬਚਨ ਲੋਕ ਅੱਜ ਵੀ ਦਰਹਾ ਰਹੇ ਆ ਜਿਹੜੀ ਮੈਂ ਉਦੋਂ ਬਚਨ ਕਹੇ ਆ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ ਸੇ ਅਸੀਂ ਪਹੁੰਚੇ ਹੋਏ ਹਾਂ ਪਿੰਡ ਅਗਵਾਨ ਜਿੰਕੇ ਪਾਈਸਾਤਵਨ ਸਿੰਘ ਹੋਣਾ ਦੇ ਪਿੰਡ ਪਾਈਸਾਤਵਨ ਸਿੰਘ ਜਿਨ੍ਹਾਂ ਨੇ ਸਮੇਂ ਦੀ ਹਕੂਮਰਾਨ 파ਰਤ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਕਿਉਂਕਿ ਦਰਬਾਰ ਸਾਹਿਬ ਤੇ ਹੋਏ ਅਟੈਕ ਦਾ ਜਿਹੜਾ ਬਦਲਾ ਸੀ ਉਹ ਉਹਨਾਂ ਨੇ ਲੈਣਾ ਸੀਗਾ ਇਸ ਲਈ ਉਹਨਾਂ ਨੇ ਉਹਨਾਂ ਦੇ ਜਿਹੜਾ ਅੰਗ ਰੱਖਿਏਕ ਹੁੰਦਿਆਂ ਹੋਇਆਂ ਵੀ ਜਿਹੜਾ ਆ ਉਹਨਾਂ ਦਾ ਕਤਲ ਕੀਤਾ ਸੋ ਉਹਨਾਂ ਦੇ ਪਰਿਵਾਰਕ ਮੈਂਬਰ ਭਾਈ ਸਤਵੰਤ ਸਿੰਘ ਹੋਣਾ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਭਾਈ ਸਤਵੰਤ ਸਿੰਘ ਹੋਣਾ ਦੇ ਜੀਵਨ ਦੇ ਬਾਰੇ ਵਿੱਚ ਜਾਣਦੇ ਆ ਕਿ ਉਹਨਾਂ ਦਾ ਜਿਹੜਾ ਬਹੁਤ ਛੋਟੀ ਉਮਰ ਸੀਗੀ ਉਹਨਾਂ ਦੀ ਜਦੋਂ ਉਹ ਭਰਤੀ ਹੋ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਆ ਜੀਵਨ ਜਿਹੜਾ ਪਿਛਲਾ ਸੀਗਾ ਉਹ ਕਿਵੇਂ ਦਾ ਸੀਗਾ ਆਪਾਂ ਹਰਜਿੰਦਰ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਹਾਡਾ ਜਿਹੜਾ ਰਿਸ਼ਤਾ ਹੈਗਾ ਆ ਭਾਈ ਸਤਵੰਤ ਸਿੰਘ ਹੋਣਾ ਨਾਲ ਜਿਵੇਂ ਕਿ ਅਸੀਂ ਜਾਣਦੇ ਇੱਕ ਭਰਾ ਦੇ ਤੌਰ ਤੇ ਆ ਫਿਰ ਵੀ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਇਸ ਸਾਜ ਜਿਹੜੀ ਭਰਾ ਦੀ ਸੀਗੀ ਜਾਂ ਸਕੇ ਭਰਾ ਉਹ ਜਾਂ ਕਿਸ ਤਰੀਕੇ ਨਾਲ ਅਸੀਂ ਦੁਨੀਆ ਨੂੰ ਜਾਂ ਲੋਕਾਂ ਸਾਹਮਣੇ ਜ਼ਰੂਰ ਰੱਖਣਾ ਚਾਹੁੰਦੇ ਆ ਇਹ ਚੀਜ਼ ਭਰਾ ਹੋਣ ਦਾ ਮਾਣ ਮੈਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਭਾਈ ਸਤਵੰਤ ਸਿੰਘ ਦਾ ਮਿਲਿਆ ਹੈ ਉਹ ਕਾਰਨ ਉਹਦਾ ਇਤਰਾ ਬਣਦਾ ਹੈ ਕਿ ਇੱਕ ਪੁੱਤ ਹੁੰਦੇ ਆ ਜਿਹੜੇ ਬਿੰਦੀ ਸੰਤਾਨ ਵਿੱਚੋਂ ਆਪਣੇ ਬਾਪ ਮਾਂ ਮਾਤਾ ਪਿਤਾ ਦੇ ਸਬੰਧ ਤੋਂ ਪੁੱਤ ਗਿਣੇ ਜਾਂਦੇ ਆ ਇਹ ਕੋ ਪੁੱਤ ਗਿਣੇ ਜਾਂਦੇ ਆ ਜਿਹੜੇ ਨਾਦੀ ਪੁੱਤਰ ਮੰਨੇ ਜਾਂਦੇ ਆ ਜਿ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਨਾਦੀ ਪੁੱਤਰ ਬਣਾਇਆ ਇਹਦੇ ਆਪਣੇ ਚਾਰੇ ਪੁੱਤਰ ਕੌਮ ਤੋਂ ਸ਼ਹੀਦ ਕਰਾਏ ਇਸੇ ਤਰ੍ਹਾਂ ਦਾ ਹੀ ਮੇਰਾ ਨਾਤਾ ਜਿਹੜਾ ਉਹ ਭਾਈ ਸਾਹਿਬ ਨਾਲ ਦੋਸਤੀ ਦੇ ਰੂਪ ਵਿੱਚ ਬਣਿਆ ਔਰ ਪਰਮਾਤਮਾ ਦੀ ਕਿਰਪਾ ਸਦਕਾ ਮੈਂ 1980 ਵਿੱਚ ਦਿੱਲੀ ਗਿਆ ਸੀ ਔਰ ਭਾਈ ਸਾਹਿਬ 1981 ਵਿੱਚ ਇਥੋਂ ਪਰਤੀ ਹੋ ਕੇ ਦਿੱਲੀ ਪੁਲਸ ਵਿੱਚ ਪਹੁੰਚੇ ਸੀ ਤੇ ਮੇਰੀ ਉਹਨਾਂ ਦੀ ਮੁਲਾਕਾਤ ਆ ਕੌਮ ਦੇ ਮਹਾਨ ਸ਼ਹੀਦ ਪਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦੇਵਾਲਾ ਜੀ ਜਿਨ੍ਹਾਂ ਦਾ ਅਸੀਂ ਅਰਦਾਸ ਵਿੱਚ ਰੋਜ਼ ਨਾਂ ਲੈਂਦੇ ਆ ਜਦੋਂ ਵੀ ਸਿੱਖ ਅਰਦਾਸ ਵਿੱਚ ਜੁੜਦਾ ਹੈ ਤੇ ਉਹ ਆਰਿਆਂ ਨਾਲ ਚਰਾਏ ਗਏ ਇਹ ਸ਼ਬਦ ਪੜਦਾ ਹੈ ਉਹਨਾਂ ਨੂੰ ਸਜਦਾ ਕਰਦਾ ਹੈ ਉਸ ਅਸਥਾਨ ਤੋਂ ਮੇਰੀ ਤੇ ਉਹਨਾਂ ਦੀ ਦੋਸਤੀ ਦਾ ਰਿਸ਼ਤਾ ਆਰੰਭ ਹੋਇਆ ਜਿਹੜਾ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ 42 ਸਾਲ ਬੀਤ ਗਏ ਔਰ ਇਹ ਗੂੜਾ ਹੁੰਦਾ ਗਿਆ ਇਹਦੇ ਵਿੱਚ ਕਦੀ ਫਿੱਕ ਨਹੀਂ ਆਈ ਮੈਨੂੰ ਬਾਪੂ ਜੀ ਦੇ ਨਾਲ ਵੀ ਉਹ ਸਮਾਂ ਬਤੀਤ ਜਿਹੜਾ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁਕ ਢੁਕ ਬੈਂਦੀ ਤੇ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਸੁੱਖਾਂ ਵੇਲੇ ਬਹੁਤ دوست ਹੁੰਦੇ ਆ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਜਾਏ ਮੁਸੀਬਤ ਦੀ ਘੜੀ ਆ ਜਾਏ ਉਦੋਂ ਕੋਈ ਮਤਲਬ ਦੋਸਤ ਬਣ ਕੇ ਭਰਾ ਬਣ ਕੇ ਕੀ ਰਿਸ਼ਤਾ ਪਿਆਦਾ ਮੇਰਾ ਉਸ ਦੁੱਖ ਦੀ ਘੜੀ ਵਿੱਚ ਹੋਇਆ ਜਿਹਦੇ ਵਿੱਚ ਬਾਪੂ ਜੀ ਮੈਨੂੰ ਕਈ ਵਾਰੀ ਵੀਡੀਓ ਵਿੱਚ ਸਾਰਿਆਂ ਜਾਣਿਆਂ ਨੇ ਸੰਗਤਾਂ ਨੇ ਉਹਨੂੰ ਸਰਵਣ ਕੀਤਾ ਕਿ ਉਹ ਇਹ ਕਹਿੰਦੇ ਕਿ ਮੇਰਾ ਪੰਜਵਾਂ ਪੁੱਤਰ ਹੈ ਤੇ ਮੈਨੂੰ ਪੁੱਤ ਹੋਣ ਦਾ ਮਾਣ ਇਹ ਮਾਤਾ ਨੇ ਉਸ ਪਿਤਾ ਜੀ ਨੇ ਦਿੱਤਾ ਹੈ ਤੇ ਮੇਰਾ ਰਿਸ਼ਤਾ ਦਾ 1981 ਤੋਂ ਇਸ ਪਰਿਵਾਰ ਨਾਲ ਜੁੜਿਆ ਤੇ ਅੱਜ ਮੈਨੂੰ ਇਸ ਪਰਿਵਾਰ ਵਿੱਚ ਕਦੀ ਇਹ ਨਹੀਂ ਮਹਿਸੂਸ ਹੋਇਆ ਕਿ ਮੇਰਾ ਕੋਈ ਹੋਰ ਪਿੰਡ ਸੀ ਜਾਂ ਮੇਰਾ ਕੋਈ ਹੋਰ ਘਰ ਸੀ ਮੇਰੇ ਬੱਚਿਆਂ ਨੂੰ ਵੀ ਇਤਰਾ ਹੀ ਲੱਗਦਾ ਹੈ ਕਿ ਸਾਡਾ ਘਰ ਹੀ ਇਹ ਹੈ ਗਵਾਨ ਔਰ ਇਹੀ ਸਾਡੇ ਦਾਦਾ ਦਾਦੀ ਹੈ ਤੇ ਇਹੀ ਸਾਡੇ ਚਾਚੇ ਤਾਏ ਜਿੰਨ ਕਿ ਇੱਕ ਜਿਹੜਾ ਦੋਸਤੀ ਦਾ ਰਿਸ਼ਤਾ ਸੀਗਾ ਉਹ ਫਿਰ ਭਰਾ ਵਾਲਾ ਜਿਹੜਾ ਰਿਸ਼ਤਾ ਉਹ ਨਿਬੜਿਆ ਹਾਂ ਜੀ ਉਹ ਬਿਲਕੁਲ ਜੀ ਭਰਾ ਵਾਲਾ ਰਿਸ਼ਤਾ ਹੋ ਕੇ ਨਿਬੜ ਗਿਆ 42 ਸਾਲ ਦਾ ਸਮਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਉਹ ਗੁਜਰਿਆ ਜਦੋਂ ਸੰਗਤ ਨਾਲ ਉਹ ਗੱਲਾਂ ਉਹਨਾਂ ਦੀਆਂ ਅੱਜ ਜੀਵਨੀ ਦੀਆਂ ਕਿਉਂਕਿ ਅੱਜ ਹੁਣ ਉਹਨਾਂ ਦਾ ਫੇਰ 6 ਤਰੀਕ ਨੂੰ ਵਰਸੀ ਦਾ ਦਿਨ ਆ ਰਿਹਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਵਰਸੀ ਦੇ ਆਣ ਕੇ ਇੱਥੇ ਆਪਣੀਆਂ ਜਿਹੜੀਆਂ ਸਿਵਾਵਾਂ ਐ ਉਹ ਉਹ ਅ ਅੱਜ ਦਾ ਪ੍ਰਮਾਤਮਾ ਦੀ ਕਿਰਪਾ ਅਗੇ ਕਾਫੀ ਕੋ ਸਖਾਲਾ ਹੋ ਗਿਆ ਬਹੁਤ ਕੋ ਸਾਧਨ ਬਣ ਗਿਆ ਲੈ ਕੇ ਜਿਹੜਾ 1999 ਵਿੱਚ ਪਹਿਲੀ ਵਾਰੀ ਭੋਗ ਜਿਹੜਾ ਭਾਈ ਸਾਹਿਬ ਹੁਣਾਂ ਦਾ 10ਵੇਂ ਤੇ ਪਾਇਆ ਗਿਆ ਸੀ ਉਹਦੇ ਵਿੱਚ ਸਾਡੇ ਕੋਲ ਵੀਡੀਓ ਪਰਿਵਾਰ ਕੋਲ ਮੌਜੂਦ ਹੈ ਕਿ ਸਰਕਾਰ ਨੇ ਕਿਤਾ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਉਹਨਾਂ ਨੂੰ ਫਾਂਸੀ ਭਾਈ ਕੇਰ ਸਿੰਘ ਉਹਨਾਂ ਨੂੰ ਭਾਈ ਸਤਵੰਤ ਸਿੰਘ ਉਹਨਾਂ ਨੂੰ ਦਿੱਤੀ ਤੇ ਪੂਰੇ ਪੰਜਾਬ ਨੂੰ ਜਿਹੜਾ ਵਾ ਉਹ ਸੀਲ ਕਰ ਦਿੱਤਾ ਨਾ ਦਾ ਕੋਈ ਬਾਜ਼ਾਰ ਹੀ ਖੁੱਲਦਾ ਸੀ ਤੇ ਨਾ ਰੋਡ ਦੇ ਉੱਤੇ ਕੋਈ ਟ੍ਰੈਫਿਕ ਹੀ ਚੱਲਦਾ ਸੀ ਇਹ ਸਰਕਾਰ ਨੇ ਖੁਦ ਹੀ ਬੰਦ ਕਰ ਦਿੱਤਾ ਸੀ ਤੇ ਪਰ ਜਦੋਂ ਭੋਗ ਪਾਉਣਾ ਸੀ ਉਹਨਾਂ ਦਾ ਪਹਿਲਾ ਤੇ ਬੇਸ਼ੁਮਾਰ ਪੁਲਿਸ ਦੇ ਨਾਕੇ ਇਸ ਇਲਾਕੇ ਵਿੱਚ ਉਹਨਾਂ ਨੇ ਲਾ ਦਿੱਤੇ ਸੀ ਤੇ ਜਦੋਂ ਮਤਲਬ ਲੋਕੀ ਲੋਕਾਂ ਦੇ ਉੱਤੇ लाठी चार्ज ਹੋਇਆ ਲੋਕਾਂ ਦੇ ਉੱਤੇ ਮੁਕਦਮੇ ਦਰਜ ਹੋਏ ਪੁਲਿਸ ਆਉਣ ਨਹੀਂ ਸੀ ਦਿੰਦੀ ਤੇ ਉਸ ਉਸੇ ਹੀ ਸਾਲ 88 ਵਿੱਚ ਹੜਾ ਆਇਆ ਹੋਇਆ ਸੀ ਇਸ ਇਲਾਕੇ ਵਿੱਚ ਤਕਰੀਬਨ 10-10 ਫੁੱਟ ਪਾਣੀ ਫਿਰਿਆ ਇਸ ਘਰ 'ਚ ਵੀ ਉਸ ਟਾਈਮ ਪਾਣੀ ਆ ਗਿਆ ਸੀ ਤੇ ਉਹ ਜਿਹੜਾ ਮਤਲਬ ਬਿਲਕੁਲ ਉਹ ਜ਼ਮੀਨ ਜਿਹੜੀ ਸੀ ਉਹ ਗਿੱਲੀ ਸੀ ਪਾਣੀ ਵਾਲੀ ਸੀ ਤੇ ਸਰਦੀ ਵੀ ਆ ਜਿੱਤਰਾ ਹੁਣ ਤੁਸੀਂ ਧੁੰਦ ਵੇਖ ਰਹੇ ਹੋ ਇਸੇ ਤਰ੍ਹਾਂ ਬਹੁਤ ਜ਼ੋਰ ਦੀ ਸਰਦੀ ਸੀ ਲੇਕਿਨ ਲੋਕ ਫਿਰ ਜਦੋਂ ਸੜਕ ਤੋਂ ਦੀ ਨਹੀਂ ਸੀ ਪੁਲਿਸ ਨੰਗਣ ਦੇਂਦੀ ਤੇ ਪੈਲੀਆਂ ਦੇ ਵਿੱਚੋਂ ਦੀ ਜੁੱਤੀਆਂ ਉਤਾਰ ਕੇ ਔਰ ਮਤਲਬ ਉਹ ਖੇਤਾਂ ਦੇ ਗਿੱਲਿਆਂ ਦੇ ਵਿੱਚੋਂ ਦੀ ਚੱਲ ਕੇ ਉਹਨਾਂ ਨੂੰ ਸੇਧਾ ਨੂੰ ਸਜਦਾ ਕਰਨ ਵਾਸਤੇ ਆਏ ਸੀ ਤੇ ਉੱਥੇ ਜਦੋਂ ਬਾਪੂ ਜੀ ਉਹਨਾਂ ਨਾਲ ਜਿਹੜੀ ਮੁਲਾਕਾਤ ਹੋਈ ਸੀ ਆਖਰੀ ਡੈਮ ਤੇ ਭਾਈ ਸਰਵਣ ਸਿੰਘ ਉਹਨਾਂ ਨਾਲ ਮਾਤਾ ਜੀ ਨਾਲ ਅਸੀਂ ਪਰਿਵਾਰ ਦੇ ਜੀ ਦੇ 15 ਦੇ ਕਰੀਬ ਉੱਥੇ ਗਏ ਸੀ ਲੇਕਿਨ ਸਾਡੇ ਤਕਰੀਬਨ ਨੌਂ ਜੀਆਂ ਦੀ ਮੁਲਾਕਾਤ ਹੋਈ ਉਹਦੇ ਵਿੱਚੋਂ ਚਾਰ ਦੇ ਅਸੀਂ ਜਿਹੜੇ ਉੱਥੇ ਮजूद ਸੀ ਮੇਰੀ ਮੁਲਾਕਾਤ ਨਹੀਂ ਹੋਈ ਆਖਰੀ ਮੁਲਾਕਾਤ ਬੱਡੇ ਭਾਈ ਸਾਹਿਬ ਗੁਰਨਾਮ ਸਿੰਘ ਉਹਨਾਂ ਦੀ ਮੁਲਾਕਾਤ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਭੈਣ ਜੀ ਸਰਿੰਦਰ ਗੌਰ ਭਾਈ ਸਾਹਿਬ ਦੀ ਧਰਮ ਪਤਨੀ ਉਹਨਾਂ ਦੀ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਤੇ ਬਾਪੂ ਜੀ ਪਿਤਾ ਜੀ ਦੇ ਚਾਚਾ ਜੀ ਸੀ ਸਰਦਾਰ ਜਸਵੰਤ ਸਿੰਘ ਉਹਨਾਂ ਦੀ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਤੇ ਅਸੀਂ ਮਤਲਬ ਪੂਰੇ ਜੀਪ ਜਿਹੜੇ ਸੀ ਸਾਨੂੰ ਮੁਲਾਕਾਤ ਵੀ ਨਹੀਂ ਉਹਨਾਂ ਨਾਲ ਆਖਰੀ ਜਿਹੜੀ ਸੀ ਉਹ ਕਰ ਦਿੱਤੀ ਤੇ ਉਹ ਆਖਰੀ ਮੁਲਾਕਾਤ ਦੇ ਵਿੱਚ ਇਹ ਗੱਲ ਪਾਈ ਸਰਵਣ ਸਿੰਘ ਹੁਣਾਂ ਨੂੰ ਬਾਪੂ ਜੀ ਹੁਣਾਂ ਨੂੰ ਨਾ ਕਿਹਾ ਕਿ ਮੇਰੇ ਵੱਲੋਂ ਇੱਕ ਵਿਸ਼ੇਸ਼ ਖਾੜਕੂਆਂ ਨੂੰ ਕੌਮ ਨੂੰ ਸੰਦੇਸ਼ ਹੈ ਮੇਰਾ ਬਾਹਰ ਜਾ ਕੇ ਪਹਿਲਾਂ ਤੇ ਪੁੱਛਿਆ ਬਾਪੂ ਜੀ ਨੂੰ ਬਾਪੂ ਜੀ ਨੂੰ ਕਹਿੰਦੇ ਕਿ ਕਿੰਨੇ ਕੁ ਲੋਕ ਐ ਬਾਹਰ ਤੇ ਬਾਪੂ ਜੀ ਕਹਿੰਦੇ ਕਿ ਮਤਲਬ ਪੁੱਤਰ ਆਪਣੇ ਪਰਿਵਾਰ ਹੀ ਐ ਕੇਰ ਸਿੰਘ ਦਾ ਪਰਿਵਾਰ ਤੇ ਆਪਣਾ ਪਰਿਵਾਰ ਆ ਤੇ ਹੋਰ ਤਾਂ ਕੋਈ ਮਤਲਬ ਬਾਹਰ ਲੋਕ ਨਹੀਂ ਹੈਗੇ ਬڑے ਹੌਂਸਲੇ ਟਰੰਮੇ ਨਾਲ ਕਹਿੰਦਾ ਵੀ ਪਤਾ ਜੀ ਪਰ ਮਤਲਬ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਲੋਕ ਕਿੰਨੇ ਆ ਕੌਣ ਆ ਨਾਲ ਆ ਨਹੀਂ ਇਹ ਉਹੀ ਦਿੱਲੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕੀਤਾ ਤੇ ਉਸ ਟਾਈਮ ਮਤਲਬ ਉਹਨਾਂ ਕੋਲ ਕੋਈ ਸਿੱਖ ਹੈ ਤੇ ਕੋਈ ਵੀ ਨਹੀਂ ਸੀ ਨਾਲ ਤੁਸੀਂ ਇਸ ਗੱਲ ਦੀ ਪ੍ਰੈਸ ਵਾਲੇ ਆਗੇ ਬਾਬੂ ਜੀ ਕਹਿੰਦੇ ਪ੍ਰੈਸ ਵਾਲੇ ਅਖਬਾਰਾਂ ਵਾਲੇ ਆਗੇ ਤੇ ਕਹਿੰਦੇ ਬਸ ਫਿਰ ਮੇਰਾ ਮੈਸੇਜ ਹੈ ਮਰਾ ਸੁਨੇਹਾ ਐ ਕੌਮ ਦੇ ਨਾਂ ਉਹ ਬਾਹਰ ਜਾ ਕੇ ਦਿਓ ਜਰੂਰ ਕਹਿੰਦੇ ਦੱਸੋ ਕਹਿੰਦੇ ਵੀ ਜਿਹੜੇ ਸੰਘਰਸ਼ ਲੜ ਰਹੇ ਆ ਖਾੜਕੂ ਹਥਿਆਰਬੰਦ ਉਹਨਾਂ ਨੂੰ ਮੇਰਾ ਇੱਕ ਸੁਨਾ ਦੇਓ ਕਿ ਮੇਰੀ ਸ਼ਹਾਦਤ ਤੋਂ ਬਾਅਦ ਕਿਸੇ ਵਿਦੇਸ਼ੀ ਦਾ ਖੂਨ ਨਾ ਡੋਲਿਆ ਹੁਣ ਇਹ ਜਿਹੜੇ ਬੋਲ ਆ ਇਹਨਾਂ ਨੂੰ ਕਦੀ ਕੋਈ ਆਪਣੇ ਅੰਦਰ ਅਨੁਭਵ ਕਰਕੇ ਵੇਖੇ ਕਿ ਜਿਹੜੇ ਬੰਦੇ ਨੇ ਸਵੇਰੇ 8 ਘੰਟੇ ਬਾਅਦ ਫਾਂਸੀ ਦੇ ਤਖਤੇ ਤੇ ਚੜ ਕੇ ਫਾਂਸੀ ਲੱਗ ਜਾਣਾ ਹੈ ਉਹ ਬੰਦਾ ਮਨੁੱਖਤਾ ਵਾਸਤੇ ਕੀ ਮੰਗ ਰਿਹਾ ਹੈ ਕਿ ਕੋਈ ਜਿਹੜੇ ਧਰਮ ਦੇ ਨਾਂ ਦੇ ਉੱਤੇ ਬੇਦੋਸ਼ੇ ਬੰਦੇ ਨੂੰ ਕਿਸੇ ਨੂੰ ਮਾਰਨਾ ਇਹ ਗਲਤ ਆ ਕਿੰਨੀ ਮਹਾਨ ਆਦਮਾ ਉਹ ਉਹਦੇ ਇਹ ਬੋਲਿਆ ਵੀ ਮੇਰੀ ਜ਼ਹਾਤ ਤੋਂ ਬਾਅਦ ਕਿਸੇ ਬੇਦੋਸ਼ੇ ਦਾ ਖੂਨ ਨਾ ਡੋਲਣਾ ਮਾਰਨਾ ਸਾ ਕੌਮ ਦਾ ਕੰਮ ਹੈ ਕਿਸੇ ਦੋਸ਼ੀ ਨੂੰ ਮਾਰਦੀ ਹੈ ਇੰਦਰਾ ਗਾਂਧੀ ਦਾ ਦੋਸਤ ਸੀ ਉਹਨੇ ਕਾਲ ਤੱਕ ਸਭ ਟਵਾਇਆ ਸੀ ਉਹਨੇ ਬਦੋਸ਼ੇ ਲੋਕਾਂ ਨੂੰ ਉਥੇ ਮਰਵਾਇਆ ਸੀ ਅਸੀਂ ਇੰਦਰਾ ਗਾਂਧੀ ਨੂੰ ਮਾਰਿਆ ਲੇਕਿਨ ਇਹ ਕੰਮ ਨਾ ਕਰਨ ਦੂਸਰਾ ਉਹਨਾਂ ਬਾਪੂ ਜੀ ਨੂੰ ਪੁੱਛਿਆ ਵੀ ਬਾਪੂ ਜੀ ਮੈਂ ਮਤਲਬ ਸਵੇਰੇ ਬਾਪੂ ਜੀ ਕਹਿੰਦੇ ਵੀ ਕਿਤਰਾ ਪੁੱਤਰ ਤੂੰ ਜੜਦੀ ਗਲਜ ਤੇ ਉਹ ਸਰਦੀ ਬਹੁਤ ਸੀ ਤੇ ਮੀਂਹ ਬਹੁਤ ਪੈ ਰਿਹਾ ਸੀ ਤੇ ਉਹ ਤਾਂ ਕਿਤੇ ਪਰਣਾ ਢਲਾ ਸੀ ਮੈਂ ਬਾਪੂ ਤੇ ਪਿਓ ਦੇ ਪੁੱਤਰ ਦੀ ਉਸ ਹਾਲਾਤ ਨੂੰ ਮੈਂ ਲਗਾ ਦੱਸਣਾ ਕਿ ਮਤਲਬ ਕਿਸੇ ਵਿਆਹ ਦੀ ਗੱਲ ਨਹੀਂ ਹੋ ਰਹੀ ਮੌਤ ਦੀ ਗੱਲ ਹੋ ਰਹੀ ਹੈ ਸਵੇਰੇ ਮੌਤ ਨੂੰ ਜਾਣਾ ਹੈ ਪਹਿਲੀ ਗੱਲ ਤੇ ਬਾਪ ਕੀ ਕਰੂਗਾ ਇਹ ਆਪਣੇ ਦਿਲ ਨਾਲ ਹਰ ਬੰਦਾ ਸੋਚੇ ਤੇ ਜਿਹਨੇ ਸਵੇਰੇ ਮੌਤ ਦੇ ਤਖਤੇ ਵੱਲ ਨੂੰ ਜਾਣਾ ਉਹ ਕੀ ਸੋਚਦਾ ਹੋਊਗਾ ਉਹਦੇ ਬੋਲ ਕੀ ਹੋਣਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਬੰਦਾ ਸੋਚ ਕੇ ਉਸ ਇਹਨਾਂ ਬੋਲਾਂ ਨੂੰ ਸੁਣੇ ਤਾਂ ਉਹ ਨੂੰ ਸਮਝ ਆਏਗੀ ਕਿ ਉਹ ਕੀ ਬੋਲ ਰਿਹਾ ਸੀ ਕਹਿਣ ਲੱਗੇ ਬਾਪੂ ਜੀ ਅ ਜੇ ਕੋਈ ਗੱਲ ਨਹੀਂ ਬਾਹਰ ਲੋਕ ਥੋੜੇ ਆ ਤੇ ਕੋਈ ਕੋਈ ਗੱਲ ਨਹੀਂ ਮੇਰਾ ਇਸ ਨਾਂ ਦੇ ਦਿਓ ਇਹ ਇਸ ਨਾਂ ਤੇ ਦਿੱਤਾ ਕੌਮ ਦੇ ਨਾਂ ਖੜਕੂਆਂ ਦੇ ਨਾਂ ਦੂਜਾ ਗਿਆ ਕਿ ਗੁਰਦੁਆਰਾ ਸਾਹਿਬ ਬਣਾਇਓ ਲੰਗਰ ਲਾਇਓ ਖੰਡ ਪਾਟ ਸਾਹਿਬ ਕਰਾਇਓ ਸੰਗਤ ਦੀ ਸੇਵਾ ਕਰਿਓ ਤਾਂ ਉਸ ਤੋਂ ਬਾਅਦ ਤੀਸਰਾ ਉਹਨਾਂ ਦਾ ਕੀ ਸੁਨਾਹ ਸੀ ਕਹਿਣ ਲੱਗੇ ਬਾਪੂ ਜੀ ਮੈਂ ਸਵੇਰੇ ਕਹਿਣ ਲੱਗੇ ਪੁੱਤਰ ਤੇਰਾ ਪਰਨਾ ਢੱਲਾ ਹੈ ਜਿਹੜੀ ਦਸਤਾਰ ਬੰਦੀ ਵੀ ਢੱਲੀ ਹੈ ਵੇਖੋ ਪਿਓ ਕੀ ਕਹਿ ਰਿਹਾ ਪੁੱਤਰ ਨੂੰ ਸਵੇਰੇ ਉਹਨੇ ਫਾਂਸੀ ਲੱਗਣਾ ਤੇ ਆਖਰੀ ਮੁਲਾਕਾਤ ਆ ਕਹਿੰਦਾ ਵੀ ਤੇਰੀ ਦਸਤਾਰ ਕਿਉਂ ਢੱਲੀ ਹੈ ਤੇ ਉਹਨਾਂ ਦੇ ਸਾਹਮਣੇ ਲੋਈ ਦੀ ਬੁੱਕਲ ਮਾਰੀ ਸੀ ਉਹ ਥੱਲੇ ਕਰਕੇ ਦੁਬਾਰਾ ਕੱਸ ਕੇ ਕੇਸ ਕੀ ਬੰਨ ਕੇ ਕਹਿਣ ਲੱਗੇ ਠੀਕ ਹੈ ਹੁਣ ਕਹਿਣ ਲੱਗੇ ਠੀਕ ਹੈ ਪੁੱਤ ਕਹਿੰਦਾ ਬਾਪੂ ਜੀ ਮੈਂ ਸਵੇਰੇ ਜਦੋਂ ਫਾਂਸੀ ਦੇ ਤਖਤੇ ਨੂੰ ਜਾਊਂਗਾ ਮੈਂ ਜਕਾਰੇ ਛੱਡਦਾ ਜਾਊਂਗਾ ਮੇਰੀ ਆਵਾਜ਼ ਹੋ ਸਕਦਾ ਤੇ ਹਟ ਜੇਲ ਦੀਆਂ ਕੰਧਾਂ ਤੋਂ ਬਾਹਰ ਤੈਨੂੰ ਸੁਣਾਈ ਦੇਵੇ ਮੇਰੇ ਲਾਗੇ ਤੇ ਤੁਹਾਨੂੰ ਕਿਸੇ ਨਹੀਂ ਆਉਣ ਦੇਣਾ ਪਰ ਤੁਸੀਂ ਮੇਰੀ ਇੱਕ ਬੇਨਤੀ ਐ ਪੇ ਜਦੋਂ ਬਾਹਰ ਜਾਓਗੇ ਨਾ ਜਕਾਰੇ ਛੱਡਣੇ ਆ ਬਾਪੂ ਕਹਿਣ ਲੱਗਾ ਪੁੱਤਰ ਇਹ ਗੱਲ ਮੈਂ ਕਿਤਰਾ ਕਰ ਸਕਦਾ ਮੇਰੇ ਵੱਸ ਦੀ ਗੱਲ ਨਹੀਂ ਐ ਮੈਂ ਆਖਰੀ ਮੁਲਾਕਾਤ ਤੇਰੀ ਕਰਕੇ ਚੱਲਿਆ ਤੇ ਮੈਂ ਵਾਪਸ ਜਕਾਰੇ ਛੱਡਦਾ ਜਾਊਂਗਾ ਇਹ ਮੇਰੇ ਵੱਸ ਦਾ ਗੱਲ ਨਹੀਂ ਤੇ ਕਹਿ ਲਗਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕਾਉੜ ਦੀ ਘੜੀ ਜ ਆਪਣੇ ਪੁੱਤਰਾਂ ਨੂੰ ਤੋੜ ਕੇ ਤੇ ਜੰਗ 'ਚ ਸ਼ਹੀਦ ਹੁੰਦਿਆਂ ਵੇਖ ਕੇ ਜਕਾਰੇ ਛੱਡੇ ਸੀ ਲੋਕਾਂ ਪਤਾ ਨਹੀਂ ਵੇਖਣੇ ਆ ਸੁਣਨੇ ਆ ਕਿ ਨਹੀਂ ਸੁਣਨੇ ਕਿਸੇ ਨੇ ਉੱਤੇ ਕਿੰਦੂ ਕਰਨਾ ਪਰ ਅੱਜ ਉਸੇ ਹਿਸਟਰੀ ਨੂੰ ਅਸੀਂ ਦਰਉਣਾ ਹੈ ਸਾਡੇ ਗੁਰੂ ਨੇ ਇਹ ਕੀਤਾ ਤੇ ਉਹ ਕਹਿੰਦੇ ਉਹ ਤੇ ਗੁਰੂ ਸੀ ਉਹ ਕਰ ਸਕਦਾ ਮੈਂ ਨਹੀਂ ਕਰ ਸਕਦਾ ਕਹਿੰਦੇ ਤੈਨੂੰ ਵੀ ਗੁਰੂ ਬਖਸ਼ੂਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਦਾ ਕਲੇਜਾ ਮੂੰਹ ਚ ਪਵਾ ਲਿਆ ਸੀ ਪਰ ਉਹਨੇ ਆਪਣਾ ਧਰਮ ਨਹੀਂ त्यागा ਉਹ ਉਥੇ ਡੋਲੇ ਨਹੀਂ ਤੇ ਬਾਪੂ ਇਹੋ ਹੀ ਦਿੱਲੀ ਹੈ ਤੂੰ ਬਾਹਰ ਜਾ ਕੇ ਜਕਾਰੇ ਛੱਡੀ ਤਾਂ ਹੀ ਲੋਕਾਂ ਨੂੰ ਪਤਾ ਲੱਗੂ ਸਤਵੰਤ ਸਿੰਘ ਅੰਦਰ ਜਕਾਰੇ ਛੱਡਦਾ ਹੈ ਜਦੋਂ ਬਾਪੂ ਜੀ ਕਹਿੰਦੇ ਮੈਂ ਤਾਂ ਪਤਾ ਨਹੀਂ ਪੁੱਤਰ ਦਵਾਰਾਂ ਨੂੰ ਹੱਥ ਪਾਪਾ ਕੇ ਬਾਹਰ ਨਿਕਲਾਂਗਾ ਪਰ ਮੈਂ ਉਸ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਆਖਰੀ ਮੁਲਾਕਾਤ ਬਾਪੂ ਜੀ ਨੇ ਤੇ ਚਾਚਾ ਜੀ ਨੇ ਕੀਤੀ ਸੀ ਚਾਚਾ ਜੀ ਤੇ ਉਹਨਾਂ ਨਾਲ ਕੋਈ ਵਜਨ ਹੀ ਨਹੀਂ ਕਰ ਸਕੇ ਕਿਉਂਕਿ ਉਹ ਐਸਾ ਵਕਤ ਸੀ ਪਰ ਬਾਪੂ ਨੂੰ ਰੱਬ ਨੇ ਬਲ ਬਖਸ਼ਿਆ ਸੀ ਜਦੋਂ ਬਾਹਰ ਨਿਕਲੇ ਤੇ ਉਸ ਘੜੀ ਮੀਂਹ ਜਿਹੜਾ ਸੀ ਉਹ ਬੰਦ ਹੋ ਗਿਆ ਸੀ ਜਦੋਂ ਮੁਲਾਕਾਤਾਂ ਕਰ ਰਹੇ ਸੀ ਸ਼ਾਇਦ ਰੱਬ ਨੇ ਇਜਾਜ਼ਤ ਦੇ ਦਿੱਤੀ ਮੀਂਹ ਬੰਦ ਸੀ ਜਦੋਂ ਅਸੀਂ ਇੱਥੋਂ ਇਹਨਾਂ ਨੂੰ ਲੈ ਕੇ ਤੁਰਿਆ ਪਰਿਵਾਰ ਨੂੰ ਤੇ ਮੀਂਹ ਦਿੱਲੀ ਦਾ ਕੀ ਪੈਂਦਾ ਗਿਆ ਪਰ ਉੱਥੇ ਜਦੋਂ ਅਸੀਂ ਪਹੁੰਚਿਆ ਤਾਂ ਮੀਂਹ ਬੰਦ ਹੋ ਗਿਆ ਜਦੋਂ ਆਖਰੀ ਮੁਲਾਕਾਤ ਕਰਕੇ ਬਾਪੂ ਜੀ ਬਾਹਰ ਨਿਕਲੇ ਨਾ ਤੇ ਰੱਬ ਨੇ ਉਹ ਜਿਹੜੀ ਉਹ ਗੱਲ کہہ ਰਿਹਾ ਸੀ ਕਿ ਤੁਹਾਨੂੰ ਵੀ ਗੁਰੂ ਬਾਲ ਬਖਸ਼ੇਗਾ ਵਜਾਰੇ ਛੱਡਣੇ ਬਾਪੂ ਜੀ ਨੇ ਇਤਰਾ ਬਾਹਰ ਪੈਰ ਰੱਖਿਆ ਬਾਹਰ ਪ੍ਰੈਸ ਸੀ ਅਸੀਂ ਸਾਰੇ ਖੜੇ ਸੀ ਪੁਲਿਸ ਸੀ ਉੱਥੇ ਹੋਰ ਤਾਂ ਕੋਈ ਹੈ ਨਹੀਂ ਸੀ ਲੇਗਨ ਬਾਪੂ ਜੀ ਨੇ ਜਿੱਤਰਾ ਸਹਿਬਜ਼ਾਦਿਆਂ ਦਾ ਮੈਨੂੰ ਉਹ ਚੇਤਾ ਆਉਂਦਾ ਕਿ ਜਿੱਤਰਾ ਸਹਿਬਜ਼ਾਦਿਆਂ ਨੂੰ ਕਹਿੰਦੇ ਵਜੀਦ ਖਾਨ ਦੀ ਕਚਹਿਰੀ ਵਿੱਚ ਵੱਡਾ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਛੋਟਾ ਦਰਵਾਜਾ ਖੋਲ੍ਹਿਆ ਤੇ ਬਾਪੂ ਜੀ ਨੇ ਜਤਰਾ ਉਹ ਪੈਰ ਉਹਨਾਂ ਦਾ ਦਿਖਾਇਆ ਗਿਆ ਫੋਟੋ ਚ ਬਾਪੂ ਜੀ ਨੇ ਇਤਰੇ ਜਦੋਂ ਪੈਰ ਇੱਕ ਬਾਹਰ ਰੱਖਿਆ ਬਸ ਇੱਕ ਪੈਰ ਬਾਹਰ ਰੱਖਦਾ ਇੰਨੇ ਜੋਸ਼ ਚ ਮੈਂ ਉਹਨਾਂ ਦੇ ਨਾਲ ਤਕਰੀਬਨ 35 32 ਸਾਲ ਰਿਹਾ ਮੈਂ ਇੰਨੀ ਆਵਾਜ਼ ਨਹੀਂ ਕਦੀ ਸੁਣੀ ਪਤਾ ਨਹੀਂ ਉਦੋਂ ਕੀ ਪ੍ਰਗਟ ਹੋ ਰਿਹਾ ਸੀ ਇੰਨੇ ਜ਼ੋਰ ਚ ਬਾਪੂ ਜੀ ਨੇ ਜਕਾਰਾ ਛੱਡਿਆ ਕਿ ਕਰੀ ਆਵਾਜ਼ ਗੂੰਜੀ ਤੇ ਜਿਹੜੇ ਪ੍ਰੈਸ ਵਾਲੇ ਸੀ ਉਹ ਵੀ ਹੈਰਾਨ ਪੁਲਿਸ ਵਾਲੇ ਵੀ ਹੈਰਾਨ ਵੀ ਜਗਾਰੇ ਕਹਦੇ ਤੂੰ ਛੱਡਣਾ ਸ਼ੁਰੂ ਕਰ ਦਿੱਤੇ ਐ ਤੇ ਉਹ ਜਦੋਂ ਉਹਨਾਂ ਜਗਾਰਾ ਛੱਡਿਆ ਤੇ ਅਸੀਂ ਜਗਾਰੇ ਦਾ ਅੱਗੋ ਜਵਾਬ ਦਿੱਤਾ ਤੇ ਉਹ ਇੰਨੇ ਚਿਰ ਨੂੰ ਬਰਸਾਦ ਨੇ ਕਿਹਾ ਵੀ ਮੈਂ ਤਾਂ ਇੰਨਾ ਚਿਰ ਹੀ ਰੁਕੀ ਸੀ ਇਹਦੋਂ ਗਾ ਨਹੀਂ ਇੰਨੇ ਜੋਰ ਦਾ ਮੇਹ ਸ਼ੁਰੂ ਹੋ ਗਿਆ ਫੋਟੋਆਂ ਹੋ ਗਈਆਂ ਪਈਆਂ ਬਾਪੂ ਜੀ ਉਹਨਾਂ ਦੀਆਂ ਮਾਤਾ ਜੀ ਦੀਆਂ ਜਿਹੜੀਆਂ ਉਸ ਟਾਈਮ ਪ੍ਰੈਸ ਚ ਲੱਥੀਆਂ ਮੇਹ ਸ਼ੁਰੂ ਹੋ ਗਿਆ ਪ੍ਰੈਸ ਵਾਲੇ ਪੁੱਛਦੇ ਕਿ ਜਗਾਰੇ ਕੋ ਛੱਡ ਰਹੇ ਕਹਿੰਦੇ ਮੇਰੇ ਪੁੱਤਰ ਨੇ ਕਿਹਾ ਰਮਾਜ਼ੂਰੇ ਫਾਂਸੀ ਦੇ ਤਖਤੇ ਨੂੰ ਜਾਵਾਂਗਾ ਜਿਕਾਰੇ ਛੱਡਦਾ ਜਾਵਾਂਗਾ ਤੇ ਤੁਸੀਂ ਬਾਪੂ ਜੀ ਬਾਹਰ ਜਾ ਕੇ ਜਿਕਾਰੇ ਛੱਡਿਓ ਤੇ ਭਾਈ ਰਣਜੀਤ ਸਿੰਘ ਜਿਹਨਾਂ ਰੰਗਕਾਰੀ ਨੂੰ ਮਾਰਿਆ ਸੀ ਉਹਨਾਂ ਦਾ ਭਰਾ ਸਾਡੇ ਨਾਲ ਉਸ ਟਾਈਮ ਉਹਨੇ ਵੀ ਪਰਨਾ ਡੱਬੀਆਂ ਵਾਲਾ ਬਦਲ ਬਦਦਾ ਹੋਇਆ ਸੀ ਉਹ ਸਾਡੇ ਨਾਲ ਉੱਥੇ ਆਣ ਕੇ ਖੜਾ ਸੀ ਉਹ ਫਿਰ ਉਹ ਵੀ ਜੋਸ਼ ਚ ਆ ਗਿਆ ਜਦੋਂ ਬਾਪੂ ਜੀ ਨੇ ਜਿਕਾਰਾ ਛੱਡਿਆ ਉਹ ਕਹਿੰਦਾ ਪੰਜ ਛੱਡਾਂਗੇ ਫਿਰ ਦੂਜਾ ਉਹਨੇ ਛੱਡਿਆ ਫਿਰ ਤਿਜਾ ਕਿਸੇ ਹੋਰ ਨੇ ਛੱਡੇ ਆ ਤੇ ਪੰਜ ਜਿਕਾਰੇ ਛੱਡੇ ਤੋ ਇਹ ਬਰਸਾਤ ਬਹੁਤ ਸੀ ਪ੍ਰਸਾਲੇ ਫੋਟੋਆਂ ਲਾ ਰਹੇ ਸੀ ਪੁੱਛ ਰਹੇ ਸੀ ਕਿ ਤੁਸੀਂ ਜਗਾਰੇ ਛੱਡ ਰਹੇ ਹੋ ਸਹਤ ਫਾਂਸੀ ਦੀ سزا ਜਿਹੜੀ ਉਹ ਬਦਲ ਗਈ ਹੈ ਕਿ ਕਿਹੜੀ ਖੁਸ਼ੀ ਛੱਡ ਰਹੇ ਹੋ ਜਗਾਰੇ ਤੇ ਬਾਪੂ ਜੀ ਨੇ ਕਿਹਾ ਸਾਡੇ ਤੇ ਪੁਰਖਿਆਂ ਦਾ ਇਹ ਕੰਮ ਰਿਹਾ ਹੈ ਤੇ ਮੈਂ ਤਾਂ ਸਮਝਦਾ ਬਾਪੂ ਜੀ ਨੂੰ ਵੀ ਵੀ ਜਿਨ੍ਹਾਂ ਨੇ ਉਹ ਰੋਲ ਨਭਾਇਆ ਜਿਹੜੇ ਸਿੱਖੀ ਦੇ ਦੋ ਅੱਖਰ ਇਤਿਹਾਸ ਦੇ ਪੜ੍ਹਨਗੇ ਉਹਨਾਂ ਨੂੰ ਇਹ ਸਮਝ ਲੱਗੂਗੀ ਕਿ ਇਹਨਾਂ ਦਾ ਗੁਰੂ ਜੀ ਇਹੋ ਜੇ ਕੰਮ ਕਰ ਜਾਂਦਾ ਤੇ ਇਹਨਾਂ ਦੇ ਸਿੱਖ ਵੀ ਇਹੋ ਜੇ ਕੰਮ ਕਰਦੇ ਜਦੋਂ ਫਾਂਸੀ ਲਗਾਇਆ ਗਿਆ ਭਾਈ ਸੁਤਵੰਨ ਸਿੰਘ ਉਹਨਾਂ ਤੋਂ ਬਾਅਦ ਮਰਤਿਕ ਜੇ ਜਿਹੜੀ ਸੀਗੀ ਉਹ ਪਰਿਵਾਰ ਨੂੰ ਸੌਂਪੀ ਗਈ ਸੀ। ਅਹ ਵੇਖੋ ਜੀ ਜਦੋਂ ਕੋਈ ਵੀ ਸਰਕਾਰ ਕਿਸੇ ਤੇ ਜ਼ੁਲਮ ਕਰਨ ਤੇ ਆਉਂਦੀ ਹੈ ਨਾ ਸ਼ਹੀਦਾਂ ਦੀਆਂ ਦਿਆਂ ਨੂੰ ਕਦੀ ਉਹਨਾਂ ਦੇ ਸਰੀਰ ਨੂੰ ਜਾਂ ਉਹਨਾਂ ਦੇ ਜੀਂਦਿਆਂ ਉਹਨਾਂ ਨੂੰ ਕਦੀ ਹਾਰ ਨਹੀਂ ਪੈਂਦੀ। ਕਿਉਂਕਿ ਉਹ ਤੇ ਤਸ਼ੱਦਦ ਜੁਹੁੰਦੇ ਆ ਚਾਹੇ ਉਹ ਛੋਟੇ ਸੱਭ ਜਾਦੇ ਹੋਣ ਤੇ ਚਾਹੇ ਗੁਰੂ ਅਰਜਨ ਦੇਵ ਜੀ ਹੋਣ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣ ਤੇ ਚਾਹੇ ਹੋਰ ਜਿਹੜੇ ਬੰਦ-ਬੰਦ ਘਟਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਜਿਨ੍ਹਾਂ ਨੂੰ ਅਸੀਂ ਰੋਜ਼ ਯਾਦ ਕਰਦੇ ਆਂ ਅਨੇਕ ਕੌਮ ਦੇ ਸ਼ਹੀਦ ਆ ਉਹਨਾਂ ਨੂੰ ਕਦੀ ਉਹਨਾਂ ਦੀਆਂ ਲਾਸ਼ਾਂ ਉੱਤੇ ਕਦੀ ਉਹਨਾਂ ਦੇ ਸਰੀਰ ਦੇ ਉੱਤੇ ਕਦੀ ਉਹਨਾਂ ਦੀ ਕਦੀ ਕਦੀ ਹਾਰ ਨਹੀਂ ਪਏ ਲੇਕਿਨ ਉਹਨਾਂ ਦਾ ਸੰਦੇਸ਼ ਐ ਕਿਹਦਾ ਹੁੰਦਾ ਜਦੋਂ ਰਾਤ ਨੂੰ ਮੁਲਾਕਾਤ ਹੋ ਰਹੀ ਸੀ ਮੈਂ ਤੁਹਾਨੂੰ ਉਹ ਇਹਦੇ ਵਿੱਚੋਂ ਕੱਟ ਕੇ ਪਹਿਲੋਂ ਭਾਈ ਕੇਰ ਸਿੰਘ ਦੀ ਗੱਲ ਲੱਗਾ ਦੱਸਣ ਬਾਈ ਕੇਰ ਸਿੰਘ ਦੇ بیٹے ਨੇ ਵੱਡੇ ਨੇ ਰਜਿੰਦਰ ਸਿੰਘ ਨੇ ਜਦੋਂ ਜਾ ਕੇ ਮੁਲਾਕਾਤ ਕੀਤੀ ਤੇ ਸ਼ਹੀਦ ਕਿੱਥੇ ਖੜੇ ਸੀ ਉਸ ਟਾਈਮ ਉਹ ਕੀ ਮਹਿਸੂਸ ਕਰ ਰਹੇ ਸੀ ਉਹ ਜਾ ਕੇ ਉਹਨੇ ਜਦੋਂ ਕਿਹਾ ਵੀ ਪਿਤਾ ਜੀ ਸਵੇਰੇ ਮਤਲਬ ਹੁਣ ਫਾਂਸੀ ਹੈ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜੋ ਮੰਨੂ ਵੱਡਦਾ ਸੀ ਧੂਨੇ ਚੋਂਨੇ ਹੋਏ ਕੋਈ ਪਰਵਾਹ ਨਹੀਂ ਤੇ ਕਹਿਣ ਲੱਗੇ ਪਿਤਾ ਜੀ ਤੁਸੀਂ ਕੋਈ ਆਪਣੀ ਆਪਣੀ ਇੱਛਾ ਦੱਸੋ ਪੀ ਜਿਹੜੀ ਮੈਂ ਅਸੀਂ ਤੁਹਾਡੇ ਮਗਰੋਂ ਕੋ ਕਰ ਸਕੀਏ ਤੁਹਾਡੇ ਭਾਈ ਗੇਰ ਸਿੰਘ ਕਹਿੰਦੇ ਕਿ ਮੇਰਾ ਜਿਹੜਾ ਸਰੀਰ ਆ ਵੀ ਪਿੰਡ ਜਾ ਕੇ ਮੇਰੇ ਦਸਤਕਾਰ ਉਥੇ ਸੰਸਕਾਰ ਕਰਿਓ ਮਸਤ ਬਾਬਾ ਉਹਨਾਂ ਦਾ ਪਿੰਡ ਆ ਫਰੇਗੜ ਸਾਹਿਬ ਦੇ ਲੱਗ ਤਾਂ ਬੇਟਾ ਉਹਨਾਂ ਦਾ ਕਹਿੰਦਾ ਵੀ ਪਿਤਾ ਜੀ ਉਹਨਾਂ ਸਰੀਰ ਦੇਣਾ ਨਹੀਂ ਕਹਿਣ ਲੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਵੀ ਨਹੀਂ ਕੋਈ ਗੱਲ ਕਹਿੰਦੇ ਹੋਰ ਕੋਈ ਗੱਲ ਕਹਿੰਦੇ ਵੀ ਮੇਰੇ ਜਿਹੜੇ ਹਸਤੇ ਆਓ ਕੀਰਤਪੁਰ ਸਾਹਿਬ ਜਿੱਥੇ ਗੁਰੂ ਸਾਹਿਬਾਂ ਦਾ ਹੁਕਮ ਆ ਤੇ ਗੁਰੂ ਸਾਹਿਬਾਂ ਦੇ ਵੀ ਉੱਥੇ ਹਸਤ ਪਾਏ ਗਏ ਤੇ ਸਿੱਖ ਆਸਤਾ ਆ ਕਿ ਉੱਥੇ ਜਾ ਕੇ ਆਪਣੇ ਹਸਤ ਪਾਉਂਦੀ ਉਹਥੇ ਪਾਏ ਕਹਿਣ ਲੱਗਾ ਪਤ ਜੀ ਇਹਨਾਂ ਹਸਤ ਵੀ ਨਹੀਂ ਦੇਣੇ ਤੇ ਉਹ ਹੱਸ ਕੇ ਅੱਗੋਂ ਕਹਿਣ ਦੇ ਭਾਈ ਗੀਰ ਸਿੰਘ ਕਹਿੰਦੇ ਫਿਰ ਤੇ ਇਤਰਾ ਹੀ ਪਰਵਾਹ ਹੋਗੇ ਕਿ ਫਿਰ ਤਾਂ ਇਤਰਾ ਹੀ ਪਰਵਾਹ ਹੋਗੇ ਕਿ ਐਸੀ ਸਾਡਾ ਕੁਛ ਵੀ ਨਹੀਂ ਜਾਏਗਾ ਤਾਂ ਵੀ ਗੁਰੂ ਨੂੰ ਪਰਵਾਹ ਹੈ ਮਤਲਬ ਇਹ ਉਹਨਾਂ ਦਾ ਉਸ ਟਾਈਮ ਜਜ਼ਬਾ ਸੀ ਜਦੋਂ ਭਾਈ ਸਤਵੰਦ ਸਿੰਘ ਹੁਣਾਂ ਦੇ ਵੀ ਮਤਲਬ ਜਿਹੜੀ ਆ ਉਹਨਾਂ ਨੇ ਸਾਨੂੰ ਨਾਂ ਤੇ ਬਾਡੀ ਦਿੱਤੀ ਨਾ ਸਾਨੂੰ ਨੇੜੇ ਜਾ ਕੇ ਸੰਸਕਾਰ ਕਰਨ ਦਿੱਤਾ ਮਤਲਬ ਉਹ ਦੇਖਿਆ ਸੰਸਕਾਰ ਹੁੰਦਾ ਮੈਂ ਸਾਰਾ ਕੁਝ ਮੈਂ ਉਸ ਗੱਲ ਨੂੰ ਜਿਹੜਾ ਮੈਂ ਤੁਹਾਨੂੰ ਹੁਣ ਬਿਆਨ ਹੀ ਕਰ ਦਿੰਦਾ ਉਸ ਗੱਲ ਨੂੰ ਕਿ ਸਾਨੂੰ ਉਹਨਾਂ ਦੋਨਾਂ ਨੂੰ ਦੋਨਾਂ ਪਰਿਵਾਰਾਂ ਨੂੰ ਕੋਈ ਚੀਜ਼ ਨਹੀਂ ਦਿੱਤੀ ਨਾ ਸਾਨੂੰ ਉਹਨਾਂ ਦੇ ਨੇੜੇ ਜਾਣ ਦਿੱਤਾ ਜਿਹੜੀ ਰਾਤ ਨੂੰ ਮੁਲਾਕਾਤ ਦੀਆਂ ਗੱਲਾਂ ਆ ਸੰਦੇਸਾ ਮੈਂ ਉਸ ਟਾਈਮ ਦੀ ਉਹਨਾਂ ਦੀ ਸਥਿਤੀ ਦੱਸ ਰਿਹਾ ਕਿ ਉਹ ਫਿਰ ਕੀ ਮਹਿਸੂਸ ਕਰ ਰਹੇ ਸੀ ਜ਼ਾਲਮ ਮਟਾਉਣਾ ਚਾਹੁੰਦੇ ਪਰ ਉਹ ਮਿਟਦਾ ਨਹੀਂ ਹੁੰਦਾ ਉਹ ਜਿੰਨਾ ਜ਼ਿਆਦਾ ਜ਼ੁਲਮ ਕਰੇ ਉਹਨਾਂ ਜ਼ਿਆਦਾ ਲੋਕਾਂ ਦੇ ਹਿਰਦੇ ਵਿੱਚ ਵੱਸਦਾ ਤੁਹਾਡੇ ਸਾਹਮਣੇ ਹੈ ਕਿ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਉਂਦੀ ਹੈ ਉਦੋਂ ਇੰਨੇ ਦਿਲ ਵਿਰਾਗ ਚ ਨਹੀਂ ਹੁੰਦੇ ਲੇਕਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਉਂਦੀ ਹੈ ਹਰ ਬੰਦੇ ਦੀ ਅੱਖ ਚੋਂ ਆਸੂ ਨਿਕਲ ਜਾਂਦਾ ਹੈ ਉਹ ਐਵੇਂ ਮਹਿਸੂਸ ਕਰਦਾ ਜਿਦ ਤਰ੍ਹਾਂ ਹੋਣ ਹੋ ਰਿਹਾ ਹੋਵੇ ਉਹ ਉਹਦਾ ਕਾਰਨ ਕੀ ਹੈ ਕਿ ਉਹ ਜੰਗ ਵਿੱਚ ਇੱਕ ਦੂਜੇ ਨਾਲ ਲੜ ਕੇ ਜੁੱਧ ਸ਼ਹੀਦ ਹੋਏ ਆ ਤੇ ਜਿਹੜੇ ਉਹ ਮਾਸੂਮ ਸੀ ਉਹਨਾਂ ਦੇ ਕਾਬੂ ਆਏ ਆ ਤੇ ਉਹਨਾਂ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹ ਅੱਜ ਵੀ ਉਹਨਾਂ ਦੀ ਦਾਸਤਾ ਜਿਹੜੀ ਉਹ ਸਾਡੇ ਅੰਦਰ ਉਤਰਾ ਹੀ ਜ਼ਖਮ ਕਰ ਦਿੰਦੀ ਹੈ ਤੇ ਜ਼ਾਲਮ ਕਦੀ ਕਿਸੇ ਦਾ ਲਿਆਜ ਨਹੀਂ ਕਰਦਾ ਜਿਉਂਦਾ ਜਦੋਂ ਉਹਨਾਂ ਰਾਜੇ ਸੀ ਉਹ ਤੇ ਰਾਜੇ ਦਾ ਕਤਲ ਕੀਤਾ ਹੋਇਆ ਕੋਈ ਨਿੱਗੀ ਜੀ ਦੀ ਗੱਲ ਹੈ ਨਹੀਂ ਪਰ ਉਹ ਸ਼ਹੀਦ ਅਗੋਂ ਨੂੰ ਕਿਤਰਾ ਪ੍ਰਵਾਨ ਕਰ ਰਹੇ ਸੀ ਉਹ ਕਹਿੰਦਾ ਜੇ ਕੁਝ ਵੀ ਦੇ ਦਿੱਤਾ ਵੀ ਅਸੀਂ ਕੁਫੇਰ ਦੇ ਹੱਸ ਕੇ ਕਹਿੰਦਾ ਅਗੋਂ ਵੀ ਇਥੇ ਗੁਰੂ ਨੂੰ ਪ੍ਰਵਾਨ ਹੋਗੇ ਹੁਣ ਆ ਗਈ ਗੱਲ ਕਿ ਜਦੋਂ ਉਹਨਾਂ ਨੂੰ ਸਵੇਰੇ ਵੈਸੇ 8 ਵਜੇ ਦਾ ਟਾਈਮ ਸੀ ਜਿਹੜਾ ਸਾਨੂੰ ਲਿਖਤੀ ਆਰਡਰ ਦਿੰਦਾ ਉਹਦੇ ਤੇ 8 ਵਜੇ ਦਾ ਟਾਈਮ ਹੀ ਸਵੇਰੇ 8 ਵਜੇ ਫਾਂਸੀ ਲਾਇਆ ਜਾਏਗਾ ਪਰ ਸਰਕਾਰ ਨੂੰ ਤੇ ਵਕਤ ਪਿਆ ਸੀ ਤੇ ਉਹਨਾਂ ਨੇ ਇਥੋਂ ਸਾਡੇ ਆਪਣੇ ਮੱਲੂ ਨੰਗਲ ਤੋਂ ਇੱਕ ਅ ਦਿੱਲੀ ਪੁਲਿਸ ਦੇ ਵਿੱਚ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਹਦੇ ਵਿੱਚ ਜਿਹੜਾ ਸੇਵਾ ਕਰ ਨਿਭਾਉਂਦਾ ਸੀ ਉਹਦਾ ਨਾਂ ਹੈ ਸਰਦਾਰ ਹਰਪ੍ਰੀਤ ਸਿੰਘ ਗ੍ਰੰਥੀ ਦੀ ਸੇਵਾ ਕਰਦਾ ਸੀ ਤੇ ਉਹਨੂੰ ਪੁਲਿਸ ਰਾਤ ਨੂੰ ਹੀ ਚੁੱਕ ਕੇ ਲੈ ਗਈ ਦੱਸੇ ਤੋਂ ਬਗੈਰ ਕਿ ਅਸੀਂ ਤੁਹਾਨੂੰ ਕਿਸ ਕੰਮ ਲਈ ਘੜ ਰਹੇ ਹਾਂ ਕਿਤਰਾ ਘੜ ਰਹੇ ਹਾਂ ਡੀਸੀ ਵੀ ਆਇਆ ਤੇ ਉਹਨੂੰ ਘਰੋਂ ਬੁਲਾਇਆ ਮੁੜ ਕੇ ਉਹ ਵਾਪਸ ਘਰ ਨਹੀਂ ਜਾਣ ਦਿੱਤਾ ਉਹ ਛੋਟੀ ਦਸਤਾਰ ਵਿੱਚ ਸੀ ਤੇ ਜਿਸ ਤਰ੍ਹਾਂ ਮਤਲਬ ਉਹਨੇ ਲੋਈ ਦੀ ਬੁਕਲ ਮਾਰੀ ਕਮੀਜ਼ ਪਜਾਮਾ ਉਤਰਾ ਹੀ ਉਹਨੂੰ ਲੈ ਗਏ ਹਾਂ ਉਹ ਤਾਂ ਚੱਕ ਕੇ ਉਹਦੇ ਘਰੋਂ ਲੈ ਗਏ ਬਿਠਾ ਗਏ ਉਹ ਆਂਦਾ ਮੈਂ ਦੋ ਵਾਰੀ ਪੁੱਛਿਆ ਵੀ ਕੀ ਕਾਰਨ ਆ ਵੀ ਕਿਉਂ ਖੜ ਰਹੇ ਹੋ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਪਰ ਜਦੋਂ ਜੇਲ੍ਹ ਦੇ ਅੰਦਰ ਚਲ ਗਏ ਮੈਂ ਬਹੁਤ ਹੈਰਾਨ ਸੀ ਕਾਰਨ ਕੀ ਆ ਵੀ ਕਿਉਂ ਮੈਨੂੰ ਲਈ ਜਾਂਦੇ ਆ ਕਿਹੜੇ ਕੰਮ ਚ ਲਈ ਜਾਂਦੇ ਆ ਤੇ ਲੇਕਿਨ ਜਦੋਂ ਅੰਦਰ ਲੈ ਗਏ ਤੇ ਉਦੋਂ ਉਹਨਾਂ ਨੂੰ ਉਹਨੇ ਫੇਰ ਪੁੱਛਿਆ ਵੀ ਮੈਨੂੰ ਲਿਆਏ ਕਿਸ ਕੰਮ ਲਈ ਉਹ ਤਾਂ ਫਿਰ ਇੱਕ ਪੁਲਿਸ ਵਾਲੇ ਨੇ ਉਹਨੂੰ ਦੱਸਿਆ ਵੀ ਭਾਈ ਸਤਵੰਸੇ ਤੇ ਕੇਰਸੇ ਨੂੰ ਫਾਂਸੀ ਹੈ ਸਵੇਰੇ ਤੇ ਉਹਨਾਂ ਦੀਆਂ ਅੰਤਮ ਜਿਹੜੀਆਂ ਰਸਮਾਂ ਉਹਨੂੰ ਪੂਰੀਆਂ ਕਰਨ ਵਾਸਤੇ ਤੈਨੂੰ ਲਿਆਏ ਤੋ ਕਹਿੰਦਾ ਫਿਰ ਮੇਰੇ ਅੰਦਰ ਪਛਤਾਵਾ ਲੱਗ ਗਿਆ ਬਹੁਤ ਵੱਡਾ ਕਿ ਕਿਸ ਤਰ੍ਹਾਂ ਮਤਲਬ ਮੈਂ ਇਹ ਕੰਮ ਕਰੂੰਗਾ ਵੀ ਇਹ ਕੰਮ ਮੇਰੇ ਕੋ ਹੋਣਾ ਸੀ ਭਾਈ ਸਤਵੰਤ ਸਿੰਘ ਨੂੰ ਉਹ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਭਾਈ ਕੋ ਕੋ ਉਸੇ ਲੈਣ ਦੇ ਵਿੱਚ ਉਹ ਉਹਨਾਂ ਨੇ ਰੰਗੂੜੀ ਕੀਤੀ ਹੈ ਤੇ ਇੱਕ ਉਹ ਜਿਹੜਾ ਭਾਈ ਸਾਹਬ ਤੋਂ ਵੱਡਾ ਭਾਈ ਗਰਨਾਮ ਸਿੰਘ ਆ ਉਹਦਾ ਜਿਹੜਾ ਵਿਚੋਲਾ ਸੀ ਇਹਨਾਂ ਦੇ ਪਿੰਡ ਤੋਂ ਧਰਮਕੋਟ ਤੋਂ ਕਿਉਂਕਿ ਆ ਅਗਵਾਨ ਪਿੰਡ ਜਿਹੜਾ ਬੀਬੀ ਦਾ ਪੇਕੇ ਪਿੰਡ ਹੈ ਤੇ ਜਿਹੜਾ ਹੈਗਾ ਧਰਮਗੋੜ ਪਿੰਡ ਉਹ ਬਾਪੂ ਜੀ ਦਾ ਜੱਦੀ ਪਿੰਡ ਹੈ ਇਹ ਨਾਨਕੇ ਘਰ ਇੱਥੇ ਆ ਭਾਈ ਸਾਹਿਬ ਦੇ ਤੇ ਉਹ ਉੱਥੋਂ ਮਤਲਬ ਜਿਹੜਾ ਉਹਨਾਂ ਦੇ ਪਿੰਡ ਦਾ ਬਾਪੂ ਜੀ ਦਾ ਦਾ ਬਜੋਲਾ ਸੀ ਭਾਈ ਗਰਨਾਮ ਸਿੰਘ ਦਾ ਉਹਦਾ ਉਹ ਮਾਸੀ ਦਾ ਪੁੱਤ ਭਰਾ ਸੀ ਜਿਹੜਾ ਹਰਪ੍ਰੀਤ ਸਿੰਘ ਉਹ ਪੁਲਿਸ ਵਾਲਾ ਜਿਹਨੂੰ ਬੁਲਾਇਆ ਸੀ ਤੇ ਉਹ ਭਾਈ ਸਾਹਿਬ ਦੇ ਨਾਲ ਉਹਨੂੰ ਮਿਲਾ ਕੇ ਆਇਆ ਸੀ ਉੱਥੇ ਤੇ ਉਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਹੁਣ ਜਦੋਂ ਕਿਸੇ ਬੰਦੇ ਨੂੰ ਜਾਣਦੇ ਉਹਦੇ ਨਾਲ ਹੋਰ ਇੰਟਰਸਟ ਪੈਦਾ ਹੋ ਜਾਂਦਾ ਕਹਿੰਦਾ ਜਦੋਂ ਮੈਨੂੰ ਪਤਾ ਲੱਗ ਗਿਆ ਤੇ ਮੈਂ ਬਹੁਤ ਮਨ ਦੇ ਉੱਤੇ ਬੋਝ ਆਇਆ ਵੀ ਯਾਰ ਇਹ ਮੇਰੇ ਕੋ ਪਾਪ ਹੋਏਗਾ ਮੈਂ ਇਹ ਕੰਮ ਕਰਾਂਗਾ ਪਰ ਮੈਂ ਉਸ ਤੋਂ ਮਲਾਜਮ ਸਾ ਮੈਂ ਭੱਜ ਨਹੀਂ ਸਕਦਾ ਨਹੀਂ ਅੰਦਰ ਉਹ ਮੈਨੂੰ ਲੈ ਗਏ ਸੀ ਕਹਿੰਦਾ ਜਦੋਂ ਅਮਰਤਵੈਲਾ ਆਇਆ ਤੇ ਮੈਨੂੰ ਮੈਂ ਰਾਤ ਪਾਰ ਕਰਨਾ ਸ਼ੁਰੂ ਕਰਤਾ ਮੇਰੇ ਹੋਰ ਤਾਂ ਬੇਵਸੀ ਵਾਲੀ ਗੱਲ ਹੀ ਹੋਰ ਕੁਝ ਹੈ ਨਹੀਂ ਮੇਰੇ ਕੋ ਬੜੇ ਜੀਵਨ ਵਾਲਾ ਬੰਦਾ ਉਹ ਤੇ ਉਹਨੇ ਜਦੋਂ ਅੰਮ੍ਰਿਤੋਇਲਾ ਆਇਆ ਤੇ ਕਹਿੰਦਾ ਮੈਂ ਕਿਹਾ ਮੈਂ ਤਾਂ ਇਸ਼ਨਾਨ ਕਰਨਾ ਪਰ ਮੇਰੇ ਕੋਲ ਕੁਸ਼ਹਾਰਾ ਨਹੀਂ ਸੀ ਤੇ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਤੇ ਮੈਂ ਮਤਲਬ ਉਸੇ ਗਿੱਲੇ ਕੁਸ਼ਹਾਰੇ ਹੀ ਮੁੜ ਕੇ ਨਚੋੜ ਕੇ ਪਾ ਲਿਆ ਇਹ ਮਨਚਨਾਨ ਕੀਤਾ ਕਿ ਮੈਂ ਇਹੋ ਜਿਹਾ ਕੰਮ ਕਰਨ ਵਾਸਤੇ ਜਾ ਰਿਹਾ ਹਾਂ ਉਹਨਾਂ ਪੁੱਤਰ ਸਰੀਰਾਂ ਨੂੰ ਮੈਂ ਆਪਣੇ ਹੱਥੀਂ ਸਕਾਰ ਕਰਨਾ ਹੈ ਇਹ ਮੇਰੀ ਡਿਊਟੀ ਹੈ ਮੈਂ ਇਸ਼ਨਾਨ ਤੇ ਕਰ ਲਾਂ ਇਹਨੇ ਢੰਡ ਚ ਕਹਿੰਦਾ ਮੈਂ ਕਰ ਲਿਆ ਇਸ਼ਨਾਨ ਤੇ 4 ਵਜੇ ਉਹਨਾਂ ਨੇ ਭਾਈ ਸਾਹਿਬ ਉਹੜਾ ਨੂੰ ਫਾਂਸੀ ਲਾਉਣ ਵਾਸਤੇ ਮਤਲਬ ਜਿਹੜਾ ਹੈ 90 ਵਜੇ ਲਾਦਾ 8 ਵਜੇ ਦਾ ਟਾਈਮ ਦਿੱਤਾ ਤੇ ਜਿਹੜਾ ਜੇਲ ਇੱਥੇ ਜਦੋਂ ਵਸਤਰ ਦੇਣ ਆਏ ਨਾ ਭਾਈ ਸਾਹਿਬ ਦੇ ਤੇ ਜਿਹੜਾ ਜੇਲ ਸੁਪਰਡੈਂਟ ਆਇਆ ਸੀ ਬਾਪੂ ਜੀ ਨੇ ਜਦੋਂ ਇੱਥੇ ਡੀਐਸਪੀ ਦੀ ਕੋਠੀ ਐਸਐਸਪੀ ਦੀ ਕੋਠੀ ਬਟਾਲੇ ਸਾਨੂੰ ਬੁਲਾ ਕੇ ਉਹ ਵਸਤਰ ਦਿੱਤੇ ਤੇ ਉਹਨੂੰ ਪੁੱਛਿਆ ਵੀ ਤੁਸੀਂ ਮੇਰੇ ਪੁੱਤ ਕੋਲ ਮੈਂ ਅੱਜ ਰਾਤ ਨੂੰ ਮੁਲਾਕਾਤ ਕਰਕੇ ਆ ਗਿਆ ਹਾਂ ਤੁਸੀਂ ਤੇ ਉਹਦੇ ਕੋਲ ਸੀ ਤੁਸੀਂ ਉਹਦੇ ਨਾਲ ਸਾਰੀਆਂ ਰਸਮਾਂ ਕੀਤੀਆਂ ਮੈਨੂੰ ਉਹ ਗੱਲ ਤਾਂ ਦੱਸ ਦਿਓ ਵੀ ਮੇਰੇ ਪੁੱਤ ਕਿਸ ਤਰ੍ਹਾਂ ਦੇ ਹਾਲਾਤ ਸੀ ਉਹ ਕੀ ਉਹਨੇ ਮਤਲਬ ਉਸ ਟਾਈਮ ਉਹ ਕਰਦਾ ਸੀ ਕਿਤਰਾ ਉਹਨੇ ਉਹਨੇ ਫਿਰ ਜਿਹੜੀਆਂ ਗੁਪਤ ਹੋ ਕੇ ਸਾਈਡ ਤੇ ਹੋ ਕੇ ਗੱਲਾਂ ਦਸੀਆਂ ਉਹ ਬਹੁਤ ਹੈਰਾਨ ਕਰਨ ਵਾਲੀਆਂ ਕੌਮ ਨੂੰ ਫਖਰ ਆ ਉਹਨਾਂ ਦੇ ਪਰ ਜਿਹਦੇ ਬੰਦਾ ਜੁੜ ਕੇ ਉਹਨੂੰ ਸੋਚੇਗਾ ਵੇਖੇਗਾ ਤਾਂ ਉਹ ਇੰਨਾ ਹੈਰਾਨ ਹੋਏਗਾ ਵੀ ਯਾਰ ਉਹ ਇਸ ਤਰ੍ਹਾਂ ਕਹਿੰਦਾ ਵੀ ਉਹਨੇ 2:30 ਵਜੇ ਇਸ਼ਨਾਨ ਕੀਤਾ ਹੈ ਭਾਈ ਸਤਨ ਸਿੰਘ ਦੀ ਗੱਲ ਉਹ ਦੱਸਦਾ ਕਿ ਉਹਨੇ 2:30 ਵਜੇ ਇਸ਼ਨਾਨ ਕਰ ਰਿਹਾ ਸੀ ਤੇ ਉਹਨਾਂ ਕੋਲ ਇੱਕ ਮਟਕਾ ਹੁੰਦਾ ਸੀ ਅੰਦਰ ਪਾਣੀ ਦਾ ਕਹਿੰਦਾ ਮੈਂ ਖਲੋਤਾ ਬਾਹਰ ਅਸੀਂ ਆ ਕੋਈ ਨਹੀਂ ਤੁਸੀਂ ਜਾਓ ਕਹਿੰਦਾ ਵੀ ਮੈਂ ਠੰਡ ਚ ਵੇਖ ਰਿਹਾ ਸੀ ਮਤਲਬ ਵੇਖ ਰਿਹਾ ਸੀ ਵੀ ਇਹ ਇਸ਼ਨਾਨ ਕਰ ਰਿਹਾ ਉਹਨੇ ਇਸ਼ਨਾਨ ਕੀਤਾ ਅਜਨਾਨ ਕਰਨ ਤੋਂ ਬਾਅਦ ਉਹਨੇ ਮਤਲਬ ਉਹ ਮੜਕਾ ਪਾਣੀ ਦਾ ਫੇਰ ਪਰਤਾ ਕਸ਼ਾਰੇ ਨੂੰ ਸਾਬਣ ਲਾਇਆ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਹੈ ਵੀ ਮਤਲਬ ਇਹ ਤੇ ਜਿਤਨਾ ਰੋਜ਼ਾਨਾ ਵਾਲਾ ਕੰਮ ਹੈ ਵੀ ਪਾਣੀ ਦਾ ਮੜਕਾ ਵੀ ਤੂੰ ਭਰ ਦਿੰਦਾ ਤੇ ਤੈਨੂੰ ਤਾਂ ਪਤਾ ਵੀ ਮੈਨੂੰ ਫਾਂਸੀ ਹੈ ਤੇ ਕਹਿੰਦਾ ਵੀ ਫੇਰ ਕੀ ਹੈ ਖਾਲੀ ਬਰਤਨ ਥੋੜੀ ਛੱਡ ਕੇ ਜਾਈਦਾ ਪਰ ਲਈਦਾ ਪਰ ਕੇ ਜਾਊਗਾ ਫਿਰ ਉਹਦਾ ਅਗਲਾ ਸਵਾਲ ਸੀ ਕਹਿੰਦਾ ਤੁਸੀਂ ਮੇਰੀ ਕਿਉਂ ਇੰਨੀ ਚਿੰਤਾ ਕਰਦੇ ਹੋ ਮੇਰਾ ਸਿਰਫ ਟਾਈਮ ਤੇ ਆ ਮੌਤ ਹਰ ਬੰਦੇ ਦੇ ਸਿਰ ਤੇ ਖੜੀ ਹੈ ਤੁਸੀਂ ਕਿਉਂ ਇਹਦਾ ਇਹ ਇੱਕ ਗੱਲ ਦੀ ਮਤਲਬ ਚ ਇੰਦਾ ਕਰਦੇ ਹੋ ਮੈਂ ਜਿਹੜਾ ਰੋਜ਼ ਪੁੱਤਰਾਂ ਜਿਹੜੇ ਮੇਰੇ ਕੰਮ ਹੈ ਮੈਂ ਉਹ ਹੀ ਕਰਨੇ ਕਰਕੇ ਫਿਰ ਉਹਨੇ ਪਾਠ ਕਰਨਾ ਸ਼ੁਰੂ ਕਰਤਾ 4 ਵਜੇ ਉਹਨਾਂ ਨੂੰ ਜਦੋਂ ਲੈਣ ਵਾਸਤੇ ਗਏ ਤੇ ਇਹਨਾਂ ਨੂੰ ਕਹਿੰਦੇ ਵੀ ਇਹ ਕਾਲੇ ਬਸਤਰ ਜਿਹੜੇ ਆ ਉਹ ਕਾਲੇ ਕੱਪੜੇ ਪਾਉਂਦੇ ਆ ਜਦੋਂ ਕਿਸੇ ਬੰਦੇ ਨੂੰ ਫਾਂਸੀ ਲਾਉਣਾ ਹੁੰਦਾ ਉਹ ਕਹਿੰਦਾ ਜਦੋਂ ਉਹਨੂੰ ਦਿੱਤੇ ਨਾ ਬਰਤਨ ਬਸਤਰ ਵੀ ਆਹ ਕੱਪੜੇ ਪਹਿਨ ਲਾ ਤੇ ਉਹ ਕਹਿੰਦਾ ਵੀ ਮੈਂ ਨਹੀਂ ਇਹ ਪਹਿਨੇ ਨੀ ਮੈਂ ਇਨਾ ਕੱਪੜੇ ਚ ਜਾਊਗਾ ਉਹ ਕਹਿੰਦੇ ਵੀ ਪਾਉਣੇ ਪਹਿਨੇ ਆ ਸਾਡੀ ਮਜਬੂਰੀ ਆ ਤੇ ਤੂੰ ਪਾ ਲਾ ਕਹਿੰਦਾ ਲਿਆ ਤੇ ਢੀ ਮਜਬੂਰੀ ਆ ਤੇ ਉਹ ਲੈ ਕੇ ਬਸਤਰ ਕਹਿੰਦਾ ਉਹਨੇ ਆਪਣੇ ਗਾਲ ਪਾ ਲਏ ਤੇ ਕਹਿੰਦਾ ਵੀ ਇੱਕ ਗੱਲ ਸੁਣ ਲਓ ਮੇਰੇ ਮੂੰਹ ਦੇ ਉੱਤੇ ਕੱਪੜਾ ਨਾ ਪਾਓ ਫਾਂਸੀ ਲਾਉਣ ਲੱਗਿਆ ਮੂੰਹ ਦੇ ਉੱਤੇ ਕੱਪੜਾ ਪਾ ਦਿੰਦੇ। ਤੇ ਉਹ ਕਹਿੰਦਾ ਵੀ ਮੇਰੇ ਮੂੰਹ ਦੇ ਉੱਤੇ ਕੱਪੜਾ ਨਾ ਬਾਇਓ ਮੈਨੂੰ ਇਸ ਤਰ੍ਹਾਂ ਨੰਗੇ ਮੂੰਹ ਫਿਰ ਫਾਂਸੀ ਲਾ ਦੇ। ਕਹਿੰਦੇ ਚਲ ਤੂੰ ਬਾਲਾ ਕੋਈ ਗੱਲ ਨਹੀਂ। ਵੀ ਅਸੀਂ ਨਹੀਂ ਲਾਵਾਂਗੇ। ਜਦੋਂ ਬਾਹਰ ਕੱਢਿਆ ਤੇ ਉਹ ਜਿਹੜੀ ਚੱਕੀ ਸੀ ਜਿਹਦੇ ਵਿੱਚੋਂ ਬਾਹਰ ਕੱਢਿਆ ਤੇ ਉਹ ਉਹਦੇ ਅਗਲੇ ਬੰਨੇ ਮਤਲਬ ਤਕਰੀਬਨ ਉਹ 1 ਫੁੱਟ ਦੇ ਕਰੀਬ ਨੀਵੀਂ ਜਗ੍ਹਾ ਸੀ। ਉਹ ਚੱਕੀਆਂ ਉੱਚੀਆਂ ਹੁੰਦੀਆਂ। ਤੇ ਉਹਨਾਂ ਗਿਆ ਉੱਥੇ ਬਰਾਂਡੇ ਜੀ ਖਲੋ ਗਏ। ਖਲਾਰ ਕੇ ਜਿੱਥੇ ਉਹ ਵਿੱਚ ਦੋ ਬੰਦੇ ਉਹਦੀ ਰਾਖੀ ਵਾਸਤੇ ਖੜੇ ਕਰਦੇ ਉਹ ਉਹਨਾਂ ਦੇ ਪਿੱਛੇ ਹੱਥ ਘੜੀ ਲਾ ਲਈ ਜੀ ਪਿਛਲੇ ਬਨੇ ਕਰਕੇ ਦੋਆ ਪੈਰ ਹੱਥਾਂ ਨੂੰ ਬੰਨ ਲਿਆ ਤੇ ਛਾਲ ਮਾਰ ਕੇ ਨਾ ਮਤਲਬ ਇੱਕ ਪੈਰ ਰੱਖ ਕੇ ਨਹੀਂ ਉਤਰਿਆ ਛਾਲ ਮਾਰ ਕੇ ਉਤਰਿਆ ਦੋਆ ਪੈਰਾਂ ਦਾ ਛੜੱਪਾ ਮਾਰ ਕੇ ਉਤਰਿਆ ਕਹਿੰਦਾ ਹੈਰਾਨ ਸੀ ਪੀ ਅਸੀਂ ਤੇ ਸੋਚਦੇ ਹਾਂ ਵੀ ਜਦੋਂ ਮੌਤ ਵਾਲੇ ਬੰਦੇ ਨੂੰ ਲੈ ਕੇ ਜਾਵਾਂਗੇ ਮਤਲਬ ਉਹਦੇ ਦਾ ਉਹਦਾ ਵਿਰੋਧ ਕਰਨਗੇ ਇਹਨਾਂ ਨੂੰ ਖਿੱਚ ਕੇ ਖੜਨਾ ਪਏਗਾ ਤੇ ਇਹ ਤੇ ਇਤਨਾ ਮਤਲਬ ਤੁਰ ਰਿਹਾ ਵਾ ਵੀ ਜਿੱਤਰਾ ਕਿਸੇ ਮਤਲਬ ਬੜੇ ਚੰਗੇ ਕੰਮ ਚੱਲਿਆ ਖੁਸ਼ੀ ਦੇ ਕੰਮ ਚੱਲਿਆ ਛਾਲ ਮਾਰ ਕੇ ਉਤਰਿਆ ਕਹਿੰਦਾ ਜਦੋਂ ਉਤਰਿਆ ਤੇ ਫਿਰ ਉਹ ਜਿਆਰੇ ਗਰੇਵਾਲ ਸੀ ਜਿਹੜਾ ਜੇਲ ਸੂਡੰਡ ਤੇ ਉਹਨੂੰ ਕਹਿੰਦਾ ਕਹਿੰਦਾ ਬਾਜੀ ਤੇ ਮੈਂ ਤੁਹਾਡੇ ਕੋਲ 4 ਸਾਲ ਰਿਹਾ ਆ ਮੈਂ ਤੇ ਇਥੇ ਕੋਈ ਮੇਰੇ ਕੋਈ ਕਈ ਵਾਰੀ ਤਲਖੀ ਵੇ ਜਾਣ ਕੇ ਕੋਈ ਮਤਲਬ ਚੀਜ਼ ਮੰਗਦਾ ਕੋ ਨਹੀਂ ਦਿੱਤੀ ਤੇ ਮੈਂ ਕੋ ਗਲਤ ਬੋਲਿਆ ਤੇ ਮੈਂ ਉਹਦੀ ਮਾਫੀ ਛੋਦਾ ਉਹ ਕਹਿੰਦਾ ਵੀ ਮੇਰਾ ਕਹਿੰਦਾ ਮੇਰਾ ਜੀ ਕਰਦਾ ਸੀ ਵੀ ਤੁਹਾਨੂੰ ਜਫੀ ਬਾਕੇ ਮਿਲਦਾ ਵੀ ਹੁਣ ਮੁੜ ਕੇ ਤੇ ਮਿਲਣਾ ਨਹੀਂ ਆਪਾਂ ਚੱਲੇ ਤੇ ਪਰ ਮੈਨੂੰ ਹੁਣ ਆਂਦਾ ਜੱਟ ਤਾਂ ਬੰਨ ਦਿੱਤਾ ਵੀ ਮੇਰੀਆਂ ਤੇ ਵਾਹਾਂ ਵਧੀਆਂ ਹੋਈਆਂ ਪਿੱਛੇ ਉਹ ਜਫੀ ਮੈਂ ਪਾਰ ਨਹੀਂ ਸਕਦਾ ਉਹ ਰਹਿ ਨਹੀਂ ਸਕਿਆ ਉਹ ਗਾਹ ਹੋ ਗਿਆ ਉਹਨੇ ਜਫੀ ਪਾਈ ਹੈ ਤੇ ਉਹਨੂੰ ਉਹ ਵੱਡੇ ਕੱਦ ਦਾ ਹੈ ਤੇ ਜਿਹੜਾ ਉਹ ਗਰੇਵਾਲ ਸੀ ਉਹ ਛੋਟਾ ਸੀ ਕਾਦਾ ਤੇ ਉਹ ਉਹਦੇ ਉਹਨੇ ਜਦੋਂ ਆਂਦਾ ਇੰਨੀ ਕੀ ਤੇਰੀਆਂ ਬਾਵਾਂ ਜਾਨ ਆ ਜਫੀ ਘੁੱਟ ਕੇ ਨਹੀਂ ਪਾਈ ਉਹਨੇ ਉਹਨੂੰ ਵੇਖਿਆ ਤੇ ਆਂਦਾ ਜੰਗਾ ਭਾਜੀ ਇੰਨੀ ਗੱਲ ਜਦੋਂ ਕਹੀ ਤੋ ਉਹਦੀਆਂ ਅੱਖਾਂ ਚੋਂ ਗਲੇਡੂ ਨਿਕਲ ਗਏ ਉਹ ਕਹਿੰਦਾ ਮੇਰੀਆਂ ਅੱਖਾਂ ਜੋ ਰੋਣ ਨਿਕਲ ਗਿਆ ਤੇ ਜਦੋਂ ਮੈਨੂੰ ਹੱਸ ਕੇ ਇਤਰਾ ਮੋਢਾ ਮਾਰ ਕੇ ਨਾ ਤੇ ਮੈਨੂੰ ਆਂਦਾ ਵੀ ਰੋ ਕੇ ਨਾ ਹੱਸ ਕੇ ਖਾ ਮੈਨੂੰ ਇੰਨੀ ਗੱਲ ਕਹਿ ਕੇ ਤੁਰ ਪਿਆ ਤੇ ਉਹ ਕਹਿੰਦਾ ਵੀ ਅੱਗੇ ਲਾ ਕੇ ਤੁਰ ਪਿਆ ਉਸ ਤੋਂ ਬਾਅਦ ਜਦੋਂ ਫਾਂਸੀ ਦੇ ਤਖਤੇ ਦੇ ਦੋਨੋਂ ਜਾਨੇ ਉੱਥੋਂ ਜਗਾਰੇ ਛੱੜਨੇ ਸ਼ੁਰੂ ਕੀਤੇ ਤੇ ਫਾਂਸੀ ਦੇ ਤਖਤੇ ਤੇ ਦੋਨੋਂ ਕੇਰ ਸਿੰਘ ਦੇ ਭਾਈ ਸਤਵੰਤ ਸਿੰਘ ਇਕੱਠੇ ਕਰਤੇ ਜੋ ਇਕੱਠੇ ਕੀਤੇ ਉਹਨਾਂ ਫੜੇ ਬੁਲਾਈ ਜਗਾਰਾ ਛੱਡਿਆ ਜਗਾਰੇ ਛੱਡੇ ਤੇ ਫਾਂਸੀ ਦੇ ਤਖਤੇ ਦੇ ਖਲੋ ਕੇ ਫਿਰ ਉਹਨਾਂ ਕਿਹਾ ਵੀ ਅਸੀਂ ਹੁਣ ਇਹ ਕਪੜਾ ਦੇ ਪਾਉਣਾ ਹੈ ਵੀ ਸਾਡ ਨੂੰ ਅਸੀਂ ਲਾਉ ਨਹੀਂ ਕਰਦਾ ਅਸੀਂ ਮਤਲਬ ਸਾਡੀ ਮਜਬੂਰੀ ਸਮਝੋ ਉਹਨਾਂ ਕਿਹਾ ਪਾ ਲੋ ਵਰ ਤੁਸੀਂ ਜੋ ਕਰਨਾ ਕਰ ਲਓ ਅਹੀਂ ਆਪਣਾਂ ਜਿਹੜਾ ਕੰਮ ਆ ਉਹਨਾਂ ਜਗਾਰੇ ਛੜਣੀ ਸ਼ੁਰੂ ਕਰਦੇ ਉਹਨਾਂ ਪਾ ਕੇ ਤੋਂ ਨਾ ਫਾਂਸੀ ਲਾਦਦੇ ਜੇ ਉਹ ਫਾਂਸੀ ਲਾਦਦੇ ਤੇ ਅ ਉਸੇ ਵੇਲੇ ਉਹਨਾਂ ਨੇ 2 ਨੰਬਰ ਜੇਲ੍ਹ ਦੇ ਜਿੱਥੇ ਇਹਨਾਂ ਦੀ ਅਦਾਲਤ ਲੱਗਦੀ ਸੀ ਇਹਨਾਂ ਦੀ ਅਦਾਲਤ ਅੰਦਰ ਹੀ ਲੱਗਦੀ ਸੀ ਉਹਦੇ ਬਾਹਰਲੇ ਬੰਨੇ ਹੁਣ ਤਾਂ ਉੱਤੇ ਕੁਆਟਰ ਬਣ ਗਏ ਉਹ ਜਗ੍ਹਾ ਖਾਲੀ ਪਈ ਹੁੰਦੀ ਸੀ ਜੰਗਲ ਉਹਦੇ ਵਿੱਚ ਉਹਨਾਂ ਨੇ ਰਾਤੋਂ ਰਾਤ ਇੱਕ ਥੜਾ ਬਣਾਇਆ ਉਹਦੇ ਉੱਤੇ ਸ਼ੈੱਡ ਪਾਇਆ ਉਹ ਕੋ ਕੋ ਮੀ ਤੇ ਹਟ ਹੀ ਨਹੀਂ ਸੀ ਰਿਆ ਮੀ ਤੇ ਲਗਾਤਾਰ ਪਈ ਜਾ ਰਿਆ ਸੀ ਰਾਤ ਤੋਂ ਜਦੋਂ ਮੁਲਾਕਾਤ ਤੋਂ ਬਾਅਦ ਸ਼ੁਰੂ ਹੋ ਗਿਆ ਸਾਰੀ ਰਾਤ ਮੀ ਐਸੀ ਵੀ ਨਹੀਂ ਸੁੱਤੇ ਸਾਰੀ ਰਾਤ ਜਾਗਦੇ ਰਹੇ ਉੱਥੇ ਉਹਨਾਂ ਨੇ ਮਤਲਬ ਜਦੋਂ ਉਹ ਸ਼ੈੱਡ ਦੇ ਵਿੱਚ ਉਹਨਾਂ ਨੇ ਲਾਸਾਂ ਖੜੀਆਂ ਤੇ ਇਹ ਭਾਈ ਭਜਨ ਸਿੰਘ ਨੂੰ ਜਿਨ੍ਹਾਂ ਨੂੰ ਗਰੰਥੀ ਦੀ ਡਿਊਟੀ ਸੀ ਇਹਨਾਂ ਨੂੰ ਨਾ ਪੁੱਛਿਆ ਉਹ ਕਹਿੰਦਾ ਮੈਨੂੰ ਪੁੱਛਿਆ ਵੀ ਕੀ ਕੀ ਚਾਹੀਦਾ ਵਾ ਤੇ ਕਹਿੰਦਾ ਮੈਂ ਕਿਹਾ ਵੀ ਸਾਨੂੰ ਸਮਗਰੀ ਜਿਹੜੀ ਸਸਕਾਰ ਦੀ ਵੀ ਇੱਕ ਤੇ ਘੋਦੇ ਸੀ ਚਾਹੀਦਾ ਇਹ ਕੋ ਉਹਨਾਂ ਦੇ ਉੱਤੇ ਪਾਉਣ ਲਈ ਮੈਨੂੰ ਚਾਦਰ ਚਾਹੀਦੀ ਆ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਸਰੀਰ ਨੂੰ ਜਿੰਨੇ ਮੇਰੇ ਨਾਲ ਸੇਵਾ ਕਰਨੀ ਕੋਈ ਜੁੱਤੀ ਬਾਕੇ ਉੱਤੇ ਨਹੀਂ ਆਏਗਾ ਕਹਿੰਦਾ ਮੇਰੇ ਅੰਦਰ ਜਜਬਾ ਸੀ ਜਜਬਾ ਸੀ ਤੇ ਉਹ ਮੈਨੂੰ ਇਹ ਗੱਲ ਕਹਿੰਦੇ ਸੀ ਅਫਸਰ ਕਿ ਯਾਰ ਸਾਡੇ ਕੋ ਕੋਈ ਗਲਤੀ ਨਾ ਹੋਵੇ ਸਾਡੀ ਮਜਬੂਰੀ ਹੈ ਕਿ ਅਸੀਂ ਇਹ ਕੰਮ ਕਰ ਰਹੇ ਹਾਂ ਪਰ ਅਸੀਂ ਕੋਈ ਇਸ ਤਰ੍ਹਾਂ ਦੀ ਨਾ ਗੱਲ ਕਰੀਏ ਵੀ ਜਿਹੜੀ ਉਹ ਉੱਤੇ ਚਾਹੀਦੀ ਸੀ ਤੇ ਅਸੀਂ ਨਹੀਂ ਕੀਤੀ ਜੋ ਕੁਝ ਵੀ ਚਾਹੀਦਾ ਉਹ ਕਰਨਾ ਹੈ ਤੇ ਕਹਿੰਦਾ ਮੈਂ ਉਹਨਾਂ ਨੂੰ ਜੋ ਦੱਸਿਆ ਉਹਨੇ ਮੈਨੂੰ ਲਿਆ ਦਿੱਤਾ ਹੁਣ ਮੇਰੇ ਮਨ ਚ ਸੀ ਕਹਿੰਦਾ ਜਦੋਂ ਅੰਗੀਠੇ ਉਹਨਾਂ ਨੂੰ ਮੈਂ ਲੈ ਕੇ ਬਾਲਣ ਲਾਉਣਾ ਸ਼ੁਰੂ ਕੀਤਾ ਤੇ ਉਹ ਗੱਡੀ ਦੇ ਵਿੱਚ ਦੋਵੇਂ ਲਾਸ਼ਾਂ ਲੈ ਕੇ ਆਏ ਜਦੋਂ ਲੈ ਕੇ ਆਏ ਤੇ ਕਹਿੰਦਾ ਮੈਂ ਸੱਜੇ ਬਨੇ ਭਾਈ ਬਿਆਨਸ ਜਤਵੰਦ ਸਿੰਘ ਦਾ ਦੇ ਖੱਬੇ ਬਨੇ ਭਾਈ ਘੇਰ ਸਿੰਘ ਦਾ ਅੰਗੀਠਾ ਇਕੱਠਾ ਸਜਾਇਆ ਸਜਾ ਕੇ ਤੇ ਕਹਿੰਦਾ ਮੇਰੇ ਮਨ ਚ ਹੈ ਕਿ ਮੈਂ ਇਹਨਾਂ ਦੇ ਦਰਸ਼ਨ ਕਰਨੇ ਵੀ ਮੈਂ ਜੇ ਰੱਬ ਨੇ ਮੈਨੂੰ ਸੇਵਾ ਦਿੱਤੀ ਹੈ ਤੇ ਮੈਂ ਇਹਨਾਂ ਦੇ ਦਰਸ਼ਨ ਤੇ ਕਰਾਂ ਮਾਨੰਦਰ ਸਵਾਲ ਆ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਹੈ ਕਿ ਜਿਹੜੇ ਬੰਦੇ ਨੂੰ ਫਾਂਸੀ ਲੱਗਦੀ ਉਹਦੀ ਜੀਬ ਬਾਹਰ ਆ ਜਾਂਦੀ ਹੈ ਉਹਦੀਆਂ ਅੱਖਾਂ ਬਾਹਰ ਆ ਜਾਂਦੀਆਂ ਇਹ ਗੱਲਾਂ ਉਹਦੇ ਮਨ 'ਚ ਆ ਤੇ ਕਹਿੰਦਾ ਮੈਂ ਇਸ ਬਹਾਨੇ ਕਰਕੇ ਕਿ ਮੈਂ ਹੁਣ ਇਹ ਕੱਪੜਾ ਹਟਾ ਕੇ ਵੇਖਣਾ ਤੇ ਕਹਿੰਦਾ ਪਰ ਨਾ ਤੇ ਮੈਂ ਉਹਨਾਂ ਦੀਆਂ ਅੱਖਾਂ ਬਾਹਰ ਆਈਆਂ ਵੇਖੀਆਂ ਤੇ ਨਾ ਉਹਨਾਂ ਦੀ ਮੈਂ ਜੀਬ ਬਾਹਰ ਆਈ ਵੇਖੀ ਮੈਨੂੰ ਇੱਕਦਮ ਸ਼ੌਕ ਲੱਗਾ ਕਿ ਇਹ ਫਿਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੰਦੀ ਇਹਨਾਂ ਨੂੰ ਕਿਹਦੇ ਨਾਲ ਮਾਰਿਆ ਹੋਇਆ ਤੇ ਕਹਿੰਦਾ ਮੈਂ ਫਿਰ ਇੱਕਦਮ ਉਹ ਲਈ ਦਾੜੀ ਸਦਵੰਦ ਦੀ ਉਦੋਂ ਮਤਲਬ ਛੋਟੀ ਛੋਟੀ ਆ ਗਈ ਸੀ। ਜਿਆਦਾ ਲੰਮੀ ਦਾੜੀ ਨਹੀਂ ਸੀ ਉਹਨਾਂ ਦੀ, ਛੋਟੀ ਸੀ। ਤੇ ਉਹ ਕਹਿੰਦਾ ਮੈਂ ਇਤਰਾਹ ਹੱਥ ਮਾਰ ਕੇ ਵੇਖਿਆ ਤਾਂ ਰਸੇ ਦਾ ਜਿਹੜਾ ਨਿਸ਼ਾਨ ਸੀ ਉਹ ਮੈਨੂੰ ਉਹਦੇ ਤੇ ਨਜ਼ਰ ਆਇਆ ਕਰ ਦਿੰਦੇ। ਫਿਰ ਮੈਂ ਸਮਝ ਗਿਆ ਵੀ ਨਹੀਂ ਫਾਂਸੀ ਲਾ ਕੇ ਇਹਨਾਂ ਨੂੰ ਸ਼ਹੀਦ ਕੀਤਾ। ਕਹਿੰਦਾ ਉਹ ਉਹਨਾਂ ਨੇ ਫਿਰ ਮੇਰੇ ਨਾਲ ਲੱਕੜਾਂ ਜਰਾਈਆਂ ਤੇ ਮੈਂ ਉਹਨਾਂ ਦਾ ਸੰਸਕਾਰ ਕੀਤਾ। 4 ਘੰਟੇ ਜੀ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਨੇ ਤਕਰੀਬਨ 4 ਵਜੇ ਉਹਨਾਂ ਨੂੰ ਲਾਸਾਂ ਲੈ ਆਂਦੀ ਹੈ ਤੇ 6 ਵਜੇ ਤੱਕ ਉਹਨਾਂ ਨੇ ਉਹ ਅੰਗੀਠੇ ਸੰਭਾਲ ਦਿੱਤੇ ਤੇ ਉਹਨਾਂ ਦੇ ਹਸਤ ਲੈ ਗਏ ਤੇ ਕਹਿੰਦਾ ਉਹ ਪਾਣੀ ਪਾ ਕੇ ਤੇ ਅੰਗੀਠਾ ਠੰਡਾ ਕਰ ਲਿਆ ਤੇ ਹਸਤ ਲੈ ਕੇ ਦਿਓ ਇੱਕ ਅਲਮਾਰੀ ਦੇ ਵਿੱਚ ਰੱਖੇ ਤੇ ਮੈਂ ਉਦੋਂ ਉਹਨਾਂ ਨੇ ਕਿਹਾ ਵੀ ਇੱਥੇ ਕੀ ਚਾਹੀਦਾ ਹਾਂ ਮੈਂ ਗੁਲਾਬ ਦੇ ਫੁੱਲ ਚਾਹੀਦੇ ਦੇ ਉਹ ਗੁਲਾਬ ਦੇ ਫੁੱਲ ਮੈਂ ਵਿੱਚ ਉਹਨਾਂ ਦੇ ਹਸਤਾਂ ਦੇ ਵਿੱਚ ਪਾਏ ਹੈ ਉਸ ਤੋਂ ਬਾਅਦ ਕਹਿੰਦਾ ਮੈਨੂੰ ਸਾਰੇ ਗੰਭੀਰ ਸੀ ਬਹੁਤ ਜ਼ਿਆਦਾ ਜਿਹੜੇ ਪੁਲਿਸ ਵਾਲੇ ਜਿਹੜੇ ਡਿਊਟੀ ਕਰ ਰਹੇ ਸੋ ਇਹਨੇ ਮਤਲਬ ਸਾਰੇ ਗੰਭੀਰ ਸੀ ਕਿ ਕਿਸੇ ਨੂੰ ਸੁੱਝ ਨਹੀਂ ਸੀ ਰਿਹਾ ਕੋਈ ਸਵਾਲ ਇੱਕ ਗੱਲ ਉਹਨੇ ਬੜੀ ਅਜੀਬ ਦੱਸੀ ਕਹਿੰਦਾ ਵੀ ਮੈਨੂੰ ਉਹ ਘਰ ਲੈ ਗਿਆ ਆਪਣੇ ਜਿਹੜਾ ਜੇਲ ਦਾ ਆਈਜੀ ਸੀ ਉਹ ਘਰੇ ਲੈ ਗਿਆ ਤੇ ਕਹਿੰਦਾ ਉਹਨੇ ਘਰ ਖੜ ਕੇ ਤੇ ਚਾਹ ਬਣਾਉਣ ਲੱਗੇ ਤੇ ਮੈਨੂੰ ਉਹਨੇ ਇੱਕ ਸਵਾਲ ਕੀਤਾ ਕਹਿੰਦਾ ਸਰਦਾਰ ਜੀ ਉਹ ਸੁਆਮੀ ਜੀ ਬੋਲਦੇ ਗਰੰਤੀ ਨੇ ਤੇ ਕਹਿੰਦਾ ਸੁਆਮੀ ਜੀ ਮੈਂ ਆਪਸੇ ਇੱਕ ਬਾਤ ਪੁੱਛਣਾ ਚਾਹਤਾ ਹਾਂ ਸੱਚ ਸੱਚ ਦੱਸਣਾ ਮੇਰੇ ਕੋ ਕਹਿੰਦਾ ਮੈਂ ਕਹਾਂ ਜੀ ਬਤਾਈਏ ਕੀ ਪੁੱਛਣਾ ਚਾਹਤੇ ਕਹਦਾ ਉਹ ਮੈਨੂੰ ਕਹਿੰਦਾ ਵੀ ਜਦੋਂ ਅਸੀਂ ਸਦਵੰਸੇ ਨੂੰ ਕੇਰਸੇ ਨੂੰ ਬਾਹਰ ਲਿਆਂਦਾ ਚੱਕੀ ਤੋਂ ਤੇ ਅਸੀਂ ਤੇ ਹੋਰ ਕੋ ਸੋਚਦੇ ਸੀ ਕਿ ਇਹ ਉਹਦਾ ਵਿਰੋਧ ਕਰਨਗੇ ਅਸੀਂ ਇਹਨਾਂ ਨੂੰ ਧੂ ਕੇ ਲੈ ਕੇ ਜਾਵਾਂਗੇ ਚੱਕੀ ਵੱਲ ਇਹਨਾਂ ਨੂੰ ਫੜ ਕੇ ਖੜਨਾ ਪਊਗਾ ਪਰ ਉਹਦੇ ਤੋਂ ਉਲਟ ਸੀ ਕਿ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਹੱਥ ਘੜੀਆਂ ਲਾਈਆਂ ਤੇ ਉਹ ਤੁਰੇ ਤੇ ਸਾਡੀਆਂ ਅੱਖਾਂ ਉਹਨਾਂ ਨੂੰ ਵੇਖ ਨਹੀਂ ਸਕੀਆਂ ਅਸੀਂ ਉਹਨਾਂ ਨੂੰ ਵੇਖ ਨਹੀਂ ਸਕੇ ਮੁੜ ਕੇ ਅਸੀਂ ਉਹਨਾਂ ਦਾ ਚਿਹਰਾ ਨਹੀਂ ਮੁੜ ਕੇ ਤੱਕਿਆ ਇਹਦਾ ਕੀ ਕਾਰਨ ਸੀ ਤੁਸੀਂ ਲਾਓ ਕਿ ਉਹਨੂੰ ਆਪਾਂ ਅਨੁਭਵ ਕਰ ਸਕਦੇ ਹਾਂ ਕਿ ਉਹਦੇ ਚਿਹਰਿਆਂ ਤੇ ਨੂਰ ਸੀ ਤੇ ਉਹਨਾਂ ਦੀ ਅੱਖ ਦਾ ਉਸ ਟਾਈਮ ਮੁਕਾਬਲਾ ਕਰਨਾ ਉਹ ਆਮ ਲੋਕਾਂ ਵਾਸਤੇ ਅਸੰਭਵ ਸੀ ਨਹੀਂ ਸੀ ਕਰ ਸਕਦੇ ਇਹ ਉਹਦੇ ਮਨ 'ਚ ਸਵਾਲ ਸੀ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਸਰ ਸਦਵਾਨ ਸਿੰਘ ਦਾ ਅਕੀਰ ਸਿੰਘ ਦਾ ਕੋਈ ਇੰਦਰਾ ਗਾਂਧੀ ਨਾਲ ਕੋਈ ਬੈਰ ਦੁਸ਼ਮਣੀ ਕੋਈ ਆਪਣੀ ਜੱਦੀ ਦੇ ਹੈ ਨਹੀਂ ਸੀ ਉਹਨਾਂ ਧਰਮ ਵਾਸਤੇ ਕੀਤਾ ਜੇ ਮੈਂ ਉੱਥੇ ਹੁੰਦਾ ਸ਼ਾਇਦ ਮੇਰੇ ਨਾਲ ਵੀ ਇਹੀ ਕੁਝ ਹੁੰਦਾ ਉਹਨਾਂ ਨੂੰ ਤੇ ਪਰਮਾਤਮਾ ਹੀ ਲੈਣ ਆਇਆ ਹੋਵੇਗਾ ਕਹਿੰਦਾ ਇਹ ਮੇਰੀ ਮਤਲਬ ਅਗੋਂ ਉਹਨਾਂ ਨੂੰ ਜਵਾਬ ਸੀ ਉਹ ਕਹਿੰਦਾ ਹਮ ਵੀ ਹੈਰਾਨ ਹੈ ਕਿ ਇਹ ਕਿਆ ਹੋਇਆ ਪਈ ਸਤਵੰਤ ਸਿੰਘ ਹੁਣਾਂ ਦੇ ਫਿਰ ਤੁਸੀਂ ਜੀਵਨ ਬਾਰੇ ਵੀ ਕੁਝ ਜਾਣਦੇ ਹੋਵੋਗੇ ਕਿ ਉਹਨਾਂ ਦੇ ਬਚਪਨ ਬਾਰੇ ਉਹਨਾਂ ਦੀਆਂ ਕੁਝ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਅਜੇ ਤੱਕ ਅਸੀਂ ਲੋਕਾਂ ਸਾਹਮਣੇ ਨਹੀਂ ਰੱਖ ਸਕੇ। ਬਾਪੂ ਜੀ ਨੇ ਜਦੋਂ ਵੇਖੋ ਇੱਕ ਇਹ ਪਤਾ ਹੋਵੇ ਵੀ ਮੈਂ ਜਿਸ ਪੁੱਤ ਦੀ ਮੁਲਾਕਾਤ ਕਰਦਾ ਹਾਂ, ਜਿਸ ਪੁੱਤ ਨੂੰ ਮੈਂ ਮਿਲਣ ਜਾਂਦਾ ਬਾਪੂ ਜੀ ਨੇ ਸਾਰੇ ਕੰਮ ਆਪਣੇ ਘਰ ਦੇ ਘਾਲੇ ਕੋ ਮੁਖੀ ਸੀ ਕਰਦੇ ਕਰਦਾ ਸਾਰੋ ਕਾਰੋਬਾਰ ਉਹਨਾਂ ਦੇ ਸਿਰ ਤੇ ਸੀ। ਛੱਡ ਦਿੱਤੇ ਲੇਕਿਨ ਇੱਕ ਪੁੱਤ ਵਾਸਤੇ ਹੀ ਸਦਾ ਦਿੱਲੀ ਕਦੀ ਕਿਦਾਈ ਆਉਣਾ ਇੱਥੇ ਮਿਲਣਾ ਤੇ ਕਿਉਂਕਿ ਪੰਜ ਦਿਨ ਅਦਾਲਤ ਲੱਗਦੀ ਸੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਸੀ ਤੇ ਬਾਪੂ ਜੀ ਜ਼ਿੰਦਗੀ ਦਾ ਉਹੀ ਸਭ ਤੋਂ ਵੱਡਾ ਜ਼ਰੂਰੀ ਕੰਮ ਸੀ ਉੱਥੇ ਮਤਲਬ ਉਹਨਾਂ ਦੀ ਮੁਲਾਕਾਤ ਕਰਨੀ ਉਹਨਾਂ ਦੀ ਰੋਜ਼ ਅਦਾਲਤ ਜਾਣਾ ਪੰਜ ਦਿਨ ਜਾਂਦੇ ਸੀ ਪੰਜ ਦਿਨ ਲਗਾਤਾਰ ਪੰਜ ਦਿਨ ਲਗਾਤਾਰ ਮਤਲਬ ਹਿੰਦੁਸਤਾਨ ਦਾ ਇਹ ਪਹਿਲਾ ਕੇਸ ਸੀ ਚਲੋ ਪ੍ਰਾਈਮ ਮਿਨਿਸਟਰ ਮਰਨਾ ਵੀ ਇੱਕ ਪਹਿਲਾ ਹੀ ਕੇਸ ਸੀ ਕਿ ਕਿਸੇ ਮਤਲਬ ਅਦਾਲਤ ਅੰਦਰ ਹੀ ਮੁਰਜ਼ਮ ਨੂੰ ਸੁਣਿਆ ਹੋਵੇ ਇਹ ਅੰਦਰ ਤਿਹਾਰ ਜੇਲ੍ਹ ਦੇ ਅੰਦਰ ਅਦਾਲਤ ਲੱਗਦੀ ਸੀ ਬਾਹਰ ਨਹੀਂ ਸੀ ਇਹਨਾਂ ਨੂੰ ਲੈ ਕੇ ਜਾਂਦੇ ਅੰਦਰ ਹੀ ਲੱਗਦੀ ਸੀ 2 ਨੰਬਰ ਗੇਟ ਤੇ ਤੇ ਬਾਪੂ ਜੀ ਫਿਰ ਕਈ ਵਾਰੀ ਜਦੋਂ ਆਪਾਂ ਰਾਤ ਨੂੰ ਇਕੱਠੇ ਹੁੰਦੇ ਸੀ ਤੇ ਉਹ ਆਪਣੇ ਪੁੱਤ ਦੀਆਂ ਜਿਹੜੀਆਂ ਜੀਵਨ ਦੀਆਂ ਬਚਪਨ ਦੀਆਂ ਯਾਦਾਂ ਉਹ ਮੇਰੇ ਨਾਲ ਮਤਲਬ ਸਾਂਝੀਆਂ ਕਰਦੇ ਤੇ ਉਹ ਬਾਪੂ ਜੀ ਨੇ ਉਹਨਾਂ ਦੇ ਬਚਪਨ ਦੀ ਇੱਕ ਕਹਾਣੀ ਸੁਣਾਈ ਵੀ ਕਿ ਬਚਪਨ ਤੋਂ ਇਹਦੇ ਲੱਛਣ ਮਤਲਬ ਜਿਹੜੇ ਸੀ ਉਹ ਬੜੇ ਦਲੇਰੀ ਦੇ ਸੀ ਇਤਰਾ ਦੇ ਸੀ ਇਹ ਤੇ ਪੜਦਾ ਸੀ ਹਾਈ ਸਕੈਂਡਰੀ ਡੇਰਾ ਬਾਬਾ ਨਾਨਕ ਤੇ ਕੀ ਹੋਇਆ ਕਿ ਇੱਕ ਇਥੋਂ ਪਿਛਲੇ ਸਾਲ ਆਪਣਾ ਦੋਸਤ ਸੀ ਕਈ ਯਾਰ ਦਾ ਉਹ ਪੂਰਾ ਹੋ ਗਿਆ ਸਰਦਾਰ ਭਗਵੰਤ ਸਿੰਘ ਇਹ ਮੈਨੂੰ ਉਹਨੇ ਗੱਲ ਦੱਸੀ ਕਹਿੰਦਾ ਵੀ ਅਸੀਂ ਇਕੱਠੇ ਜਾਂਦੇ ਸੀ ਇਤੋਂ ਬਸ ਤੇ ਚੜ ਕੇ ਤੇ ਇਤੋਂ ਚਵਾਨੀ ਕਰਾਇਆ ਲੱਗਦਾ ਸੀ 4 25 ਪੈਸੇ ਉਹ ਡੇਰਾ ਬਾਬਾ ਨਾਨਕ ਤੇ ਅਸੀਂ ਤੇ ਕਹਿੰਦਾ ਸਕੂਲ ਵਾਲੇ ਬੱਚੇ ਦੇ ਅਸੀਂ ਦੇ ਕਿਸ ਨੂੰ ਦੇਣਾ ਹੀ ਨਹੀਂ ਸੀ ਤੇ ਬਸਾਂ 'ਚ ਭੀੜ ਬੜੀ ਹੁੰਦੀ ਸੀ ਲੋਕ ਬਾਹਰ ਲੰਮਕੇ ਹੁੰਦੇ ਸੀ ਤੇ ਕਹਿੰਦਾ ਇਹ ਮਗਲੀ ਵਾਰੀ ਝੜ ਗਿਆ ਤੇ ਅਸੀਂ ਅਰੂਆਲੋਂ ਚੜੇ ਤੇ ਅਸੀਂ ਅਗਲੀ ਵਾਰੀ ਚੜੇ ਤੇ ਇੱਕ ਕੋਈ ਬਜ਼ੁਰਗ ਚੜਿਆ ਉਹਦੇ ਕੋਲ 2 ਰੁਪਏ ਸੀ ਤੇ ਉਹ ਵੀ ਮਗਰਲੀ ਵਾਰੀ ਚੜਿਆ ਤੇ ਉਹ ਕਨੈਕਟਰ ਨੂੰ 2 ਰੁਪਏ ਦਿੱਤੇ ਤੇ ਕਨੈਕਟਰ ਉਹਦੇ ਨਾਲ ਲੜ ਪਿਆ ਵੀ ਇਹ ਤੂੰ 5 ਹੀ ਪੈਸੇ ਖੁੱਲੇ ਦੇ ਚਵਾਨੀ ਖੁੱਲੀ ਦੇ ਉਹ ਕਹਿੰਦਾ ਮੇਰੇ ਕੋਲ ਨਹੀਂ ਹੈ ਤੇ ਉਹ ਉਹਨੇ ਨਾ ਬਜ਼ੁਰਗ ਨੂੰ ਮਤਲਬ ਕੋਈ ਗਲਤ ਬੋਲ ਦਿੱਤਾ ਉਹਦੇ ਹੱਥੋਂ ਪਾਈ ਹੋ ਗਿਆ ਇਹ ਉੱਥੇ ਖੜਾ ਸੀ ਉਹਦੇ ਕੋਲ ਜਦੋਂ ਕਾਲਾਂ ਵਾਲੀ ਚੌਂਕ ਜਾ ਕੇ ਬੱਸ ਰੁਗੀ ਤੇ ਇਹਨੇ ਕਨੈਕਟਰ ਢਾ ਲਿਆ ਹੁਣ ਤੁਸੀਂ ਲਾਓਗੇ ਉਦੋਂ 15 16 ਸਾਲ ਦੀ ਉਮਰ ਦਾ ਹੋਏਗਾ ਕਨੈਕਟਰ ਨੂੰ ਢਾ ਕੇ ਤੇ ਕੁੱਟ ਤਾ ਜਦੋਂ ਰੌਲਾ ਪੈ ਗਿਆ ਤੇ ਭਗਵਾਨ ਸਿੰਘ ਕਹਿੰਦਾ ਅਸੀਂ ਅਗਲੀ ਵਾਰੀ ਤੋਂ ਥੱਲੇ ਉਤਰੇ ਵੀ ਯਾਰ ਪਿੱਛੇ ਲੜਾਈ ਹੋ ਗਈ ਤੇ ਵੇਖਿਆ ਤੇ ਇਹ ਸਤਵੰਦ ਨੂੰ ਕੁੱਟਣ ਡਿਆ ਸੀ ਤੇ ਅਸੀਂ ਸ਼ਿਦਾਤ ਦਾ ਤੇ ਚਲੋ ਆਂਦਾ ਵੀ ਇਹ ਬਜ਼ੁਰਗ ਨੂੰ ਗਲਤ ਬੋਲਿਆ ਕਾਮੈਨ ਮਤਲਬ ਮਾਰਿਆ ਤੇ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਉਹਨੂੰ ਗਿਆ ਜਦੋਂ ਸਕੂਲ ਜਲ ਗਿਆ ਤੇ ਉਹਨੂੰ ਪੁੱਛਿਆ ਵੀ ਯਾਰਾ ਤੂੰ ਸਾਨੂੰ ਤੇ ਬੁਲਾ ਲੇਂਦਾ ਜੇ ਤੂੰ ਕੁੱਟਣਾ ਹੀ ਸੀ ਤੇ ਕਹਿੰਦਾ ਉਹ ਬੜੇ ਮਤਲਬ ਆਗੂ ਅਨਚੰਤ ਦੇ ਵਿੱਚ ਬੋਲਿਆ ਆਂਦਾ ਵੀ ਉਹ ਕਿਹੜਾ ਮੈਨੂੰ ਤਕੜਾ ਸੀ ਮਤਲਬ ਉਹ 15 ਸਾਲ ਦੀ ਉਮਰ 'ਚ ਬੰਦੇ ਨਾਲੋਂ ਆਪਣੇ ਆਪ ਨੂੰ ਤਕੜਾ ਸਮਝਦਾ ਸੀ ਉਹਨੂੰ ਗਾਲ ਪੈਣ ਲੱਗੇ ਉਹਨੇ ਵੇਖਿਆ ਹੀ ਨਹੀਂ ਤੇ ਉਹ ਨਜ਼ਾਇਜ਼ ਜਿਹੜੀ ਗੱਲ ਹੈ ਉਹ ਉਹਦੇ ਤੋਂ ਉਹਨੂੰ ਬਰਦਾਸ਼ਤ ਨਹੀਂ ਕੀਤਾ ਫਿਰ ਇਹ 1978 ਦੇ ਲਾਗੇ ਦੀ ਗੱਲ ਆ ਇਹਨਾਂ ਦੀ ਇੱਕ ਜ਼ਮੀਨ ਹੈ ਗੋਲਾ ਢੋਲਾ ਬਾਰਡਰ ਦੇ ਉੱਤੇ ਬਿਲਕੁਲੋ ਅਗਲੇ ਬਨੇ ਪੱਟੀ ਆ ਜਾਂਦੀ ਹੈ ਪਾਕਿਸਤਾਨ ਦੀ ਤੇ ਦਰਿਆਉਂ ਪਾਰ ਆ ਉੱਥੇ ਕਾਣਕ ਕਣਕ ਬੀਜਣ ਜਾਂਦੇ ਸੀ ਤੇ ਉੱਥੇ ਗਏ ਤੇ ਉੱਥੇ ਹਲਵਾ ਰਹੇ ਸੀ ਹਲਵਾਉਂਦਿਆਂ ਇਸ ਜਵੰਤ ਵੀ ਉੱਥੇ ਗਿਆ ਸੀ ਤੇ ਜਾਚੇ ਕਦੇ ਵਾਪਸ ਆ ਗਏ ਤੇ ਜਦੋਂ ਉੱਥੇ ਕੋਈ ਉਹ ਕਿਲੋਮੀਟਰ ਦੇ ਕਰੀਬ ਉਹਦੇ ਵਿੱਚੋਂ ਦਰਿਆ ਦੀ ਜਿਹੜੀ ਪਹਾੜਿਆ ਉਹਦੇ ਵਿੱਚੋਂ ਨੰਘ ਕੇ ਜਾਣਾ ਪੈਂਦਾ ਗੋਡੇ-ਗੋਡੇ ਬੰਦਾ ਖੁੱਬਦਾ ਜਾਂਦਾ ਉਹ ਜਦੋਂ ਉੱਥੋਂ ਦੀ ਬੰਦਾ ਜਾਂਦਾ ਤੇ ਆਉਂਦਾ ਤੇ ਉਹਦੇ ਉਹ ਰਾਹ ਜੀ ਉਹਨੂੰ ਭੁੱਖ ਲੱਗ ਜਾਂਦੀ ਐਨੇ ਜੀ ਤੇ ਉੱਥੇ ਬੰਦਾ ਬੜੀ ਬੇਸਬਰੀ ਨਾਲ ਰੋਟੀ ਡੀਗਦਾ ਵੀ ਰੋਟੀ ਆ ਜਾਏ ਯਾਰ ਰੋਟੀ ਖਾ ਲਈਏ ਇਨੇ ਕੀਤਾ ਵੀ ਉਹਨਾਂ ਨੂੰ ਡੰਗਰਾਂ ਨੂੰ ਉੱਥੇ ਕਿਹੜੇ ਪੱਠੇ ਉੱਥੇ ਵੱਢ ਕੇ ਪਾਉਣੇ ਛੱਡ ਦਿੱਤਾ ਉਸ ਜੰਗਲ ਚ ਚੁਗਣੇ ਸ਼ੁਰੂ ਹੋ ਗਏ ਜਿਹੜੇ ਬਲਦ ਹੀ ਦੋਨੋਂ ਇਹ ਸੌਂ ਗਏ ਬੇਪਰਵਾਹ ਬੋਰ ਸੀ ਇਹ ਸੌਂ ਗਿਆ ਕਿ ਬੱਚਾ ਸੀ ਥੱਕਿਆ ਹੋਊ ਸੌਂ ਗਿਆ ਉਹ ਦੋਨੋਂ ਹੀ ਬਲਦ ਪਾਸਤਾਨਾਂ ਗਏ ਉਹ ਪਾਸਤਾਨ ਜਲ ਗਏ ਤੇ ਹੁਣ ਜਦੋਂ ਇਹ ਚਾਚਾ ਹੀ ਹੁਣੀ ਗਏ ਤੇ ਉਹ ਬਲਦ ਲੱਭਣ ਨਾ ਉਹ ਜੰਗਲ ਬੇਲੇ ਵਿੱਚ ਉਹ ਲੱਭੇ ਜਿਹੜੇ ਉਹਦਾ ਦਰਿਆ ਦਾ ਬੇਲਾ ਪਰ ਉਹ ਨਹੀਂ ਲੱਭੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਡੰਗਰ ਪਸ਼ੂ ਪਾ ਉਧਰ ਬਲਦ ਬਾੜ ਚੱਲ ਗਏ ਤਾਂ ਇਹ ਉਹਨਾਂ ਨੂੰ ਇਹ ਕਾਲਾ ਬਵੇ ਕਿ ਮੈਂ ਜਾ ਕੇ ਤੇ ਉਧਰੋਂ ਲੈ ਆਉਣਾ ਉਧਰ ਚੱਕਰ ਮਾਰ ਆ ਉਹਨਾਂ ਦੇ ਲੈ ਆਉਣਾ ਉਹ ਵੀ ਐਸਾ ਬਾਲੇ ਆਖਣ ਵੀ ਨਹੀਂ ਉਦੋਂ ਤਾਰ ਨਹੀਂ ਸੀ ਹੁੰਦੀ ਤੇ ਉਹ ਕਹਿਣ ਵੀ ਨਹੀਂ ਅੰਦਰ ਉਧਰ ਨਹੀਂ ਜਾ ਸਕਦਾ ਉਹ ਕਹਿੰਦਾ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਕਿ ਜਾ ਕੇ ਉਹ ਨਹੀਂ ਸਕਦਾ ਮੈਂ ਜਾ ਕੇ ਉਹਨਾਂ ਨੂੰ ਮੋੜ ਲਿਆਉਣਾ ਉਹ ਉਹ ਨਜ਼ਰ ਨੂੰ ਬਾਪੂ ਜੀ ਭਾਈ ਸਾਹਿਬ ਦੇ ਪਿਤਾ ਜੀ ਬਾਪੂ ਤਰਲੋਗ ਸਿੰਘ ਵੀ ਜਲ ਗਏ ਤੋਂ ਪਿੰਡ ਵੀ ਸੁਨਿਆ ਮਿਲ ਗਿਆ ਕਿ ਇਦਾਂ ਬਲਦਾਂ ਦੀ ਜੋੜੀ ਦੇ ਉਧਰ ਚਲ ਗਈ ਹੈ ਪਾਕਿਸਤਾਨ ਫਿਰ ਸਤਵੰਤ ਦੇ ਦਾਦਾ ਜੀ ਬਾਪੂ ਕਰਤਾਰ ਸਿੰਘ ਉਹਨਾਂ ਦਾ ਨਾਂ ਸੀ ਇਹਨਾਂ ਦਾ ਪਿੰਡ ਅਗਲੇ ਬੰਨੇ ਪਾਕਿਸਤਾਨ ਦੇ ਵਿੱਚ ਮੰਜੀ 도ੜ ਪਿੰਡ ਹੈ ਤੇ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰ੍ਹਾਂ ਦਾ ਹਿਸਾਬ ਕਿਤਾ ਸੀ ਬਾਪੂ ਜੀ ਦੋ ਭਰਾ ਸੀ ਕਰਤਾਰ ਸਿੰਘ ਤੇ ਜਸਵੰਤ ਸਿੰਘ ਇਹ ਉਧਰੋਂ ਆਏ ਸੀ ਪਾਕਿਸਤਾਨੋਂ ਤੇ 32 ਸਾਲ ਆਇਆ ਨੂੰ ਹੋ ਗਏ ਉਧਰੋਂ 47 ਜਾਏ ਆ ਤੇ 78 77 ਦੀ ਗੱਲ ਹੈ ਤੇ ਬਾਬੂ ਕਰਤਾਰ ਸਿੰਘ ਨੀ ਬਜ਼ੁਰਗ ਹੀ ਉਹ ਵੀ ਚੱਲ ਗਏ ਉੱਥੇ ਬਾਰਡਰ ਤੇ ਪੀਪਲ ਤਾਂ ਦੋਵੇਂ ਚੱਲ ਗਏ ਆ ਤੇ ਹੁਣ ਕਿਤਰਾ ਜੱਲੂਗਾ ਕਿਤਰਾ ਉਹ ਵਾਪਸ ਕਰਾਉਣੇ ਬਾਬੂ ਜੀ ਜਲਗੇ ਤੇ ਜਦੋਂ ਇਹ ਸ਼ਾਮਾ ਬੈਣ ਲੱਗੀਆਂ ਇਹ ਇੰਨਾ ਗਰਮ ਕਾਲਾ ਵੀ ਇਹ ਕਹਿੰਦਾ ਵੀ ਤੁਸੀਂ ਇਤਰਾ ਕਰੋ ਮੈਨੂੰ 2 ਮਿੰਟ ਦਿਓ ਤੋ ਬੀਐਸਐਫ ਦਾ ਅਫਸਰ ਆਂਦਾ ਵੀ ਕੀ ਕਰੇਗਾ 2 ਮਿੰਟ ਚ ਕਹਿੰਦਾ ਉਹ ਜਿਹੜੇ ਉਹਨਾਂ ਦੇ ਡੰਗਰ ਚੁਗਦੇ ਮੈਂ ਉਹ ਘੇਰ ਲਿਆਉਂਦਾ ਤੇ ਉਹ ਸਾਡੇ ਦੇ ਜਾਣਗੇ ਆਪਣੇ ਲੈ ਜਾਣਗੇ ਵੀ ਮੈਂ ਉਹ ਲੈ ਆਉਂਦਾ ਉਹ ਕਹਿੰਦੇ ਬੇੜਾ ਇਤਰਾ ਨਹੀਂ ਕਰ ਸਕਦੇ ਮਤਲਬ ਇੰਨਾ ਕਾਲਾ ਇੰਨੀ ਦਲੇਰੀ ਕਰ ਰਿਹਾ ਵੀ ਮੈਂ ਪਾਕਿਸਤਾਨ ਜਾ ਕੇ ਲੈ ਆਉਂਦਾ ਉਹਨਾਂ ਦੇ ਸਾਰਿਆਂ ਦੇ ਕਹਿਣ ਦੇ ਬਾਵਜੂਦ ਕਹਿ ਰਿਹਾ ਮੈਂ ਪਰ ਜਾ ਕੇ ਲੈ ਆਉਂਦਾ ਤੇ ਜੇ ਨਹੀਂ ਆ ਤਾਂ ਫਿਰ ਬਦਲਾ ਲੈਣ ਦੀ ਗੱਲ ਵੀ ਉਹਨਾਂ ਦੇ ਡੰਗਰ ਲੈ ਆਉਂਦਾ ਆਪੇ ਸਾਡੇ ਦੇ ਜਾਣਗੇ ਤੇ ਉਹ ਲੈ ਜਾਣਗੇ ਬਾਪੂ ਜੀ ਕਹਿੰਦੇ ਨਾ ਇਹ ਕੰਮ ਨਾ ਕਰ ਫਿਰ ਬਾਪੂ ਜੀ ਵੱਡੇ ਜਿਹੜੇ ਗਏ ਦਾਦਾ ਜੀ ਇਹਨਾਂ ਦੇ ਉਹਨਾਂ ਨੇ ਕਿਹਾ ਵੀ ਉਹ ਬੰਦਿਆ ਨਾ ਮੇਰੀ ਗੱਲ ਕਰਾਓ ਮੇਰਾ ਸਨੇਹਾ ਘਲਾ ਦਿਓ ਉਹਨਾਂ ਨੇ ਫਿਰ ਆਪਣੇ ਪਿੰਡ ਸਨੇਹਾ ਘਲਾ 32 ਸਾਲ ਬਾਅਦ ਕਿ ਜੇ ਉਹ ਮੇਰੇ ਸਾਡੇ ਪਿੰਡ ਸੁਨਾਹ ਦੇ ਦਿਓ ਵੀ ਇਤਰਾ ਲੰਮੜਦਾਰਾਂ ਦੀ ਜੋਗ ਹੈ ਲੰਮੜਦਾਰ ਸੀ ਉਥੋਂ ਦੇ ਇੱਥੇ ਵੀ ਲੰਮੜਦਾਰੀ ਬਾਪੂ ਜੀ ਕਰਦੇ ਸੀ ਤੇ ਸਰਪੰਚ ਵੀ ਸੀ ਪਿੰਡ ਦੇ ਤੇ ਉਹਨਾਂ ਨੇ ਕਿ ਵੀ ਮੇਰਾ ਸਨਹਿਆ ਦੇ ਦਿਓ ਵੀ ਉਹਨਾਂ ਦੇ ਇਤਰਾ ਬਲਦ ਆ ਗਏ ਤੇ ਉਹ ਸਾਡੇ ਬਲਦ ਉਹ ਫਿਰ ਤੀਸਰੇ ਦਿਨ ਉਹਨਾਂ ਨੇ ਉਥੋਂ ਉਹਨਾਂ ਦੇ ਪਿੰਡ ਦੇ ਬੰਦਿਆਂ ਨੇ ਇਹਨਾਂ ਮਾਣ ਕੀਤਾ 32 ਸਾਲ ਬਾਅਦ ਵੀ ਉਹ ਬਲਦ ਉਥੋਂ ਲੱਭ ਕੇ ਦੁਬਾਰਾ ਵਾਪਸ ਇਹਨਾਂ ਨੂੰ ਕਰਵਾਏ ਤੋਂ ਇਹ ਉਹ ਬਾਪੂ ਜੀ ਉਹਨਾਂ ਦੀ ਇਹ ਮਤਲਬ ਬਚਪੜ ਦੀਆਂ ਜਾਂਦਾ ਜਿਹੜੀ ਉਹ ਮੇਰੇ ਨਾਲ ਸਾਂਝੀਆਂ ਕਰਦੇ ਸੀ ਫਿਰ ਇੱਕ ਗੱਲ ਬੜੀ ਰੌਚਕਾ ਤੇ ਪੜਨ ਜਾਂਦਾ ਸੀ ਤੇ ਉੱਥੇ ਕਦੇ ਵੇਖਿਆ ਵੀ ਮਾਸਟਰਾਂ ਨੇ ਰੋਂਨ ਲਈ ਹੈ ਉਹ ਹਜੇ ਕੁਆਰੀ ਕੁੜੀ ਮਤਲਬ ਆਈ ਸੀ ਲੱਗ ਕੇ ਟੀਚਰ ਤੋਂ ਮਾਸਟਰਾਂ ਨੇ ਰੋਂਦਿਆਂ ਵੇਖ ਕੇ ਨਾ ਤੇ ਇੱਕਦਮ ਉਹਨੂੰ ਪੁੱਛ ਲਿਆ ਨਿਸ਼ੰਗ ਬਹੁਤ ਸੀ ਮਤਲਬ ਸੰਗਾਉ ਨਹੀਂ ਸੀ ਸੁਭਾਅ ਬਿਲਕੁਲ ਹੈਗਾ ਉਹਨੂੰ ਪੁੱਛਦਾ ਕਹਿੰਦਾ ਵੀ ਮੈਡਮ ਕੀ ਗੱਲ ਹੈ ਤੁਸੀਂ ਕਿਉਂ ਰੋਈ ਕਿਉਂ ਰੋਣ ਕਿਉਂ ਨਹੀਂ ਹੈ ਉਹ ਕਦੇ ਕੱਲੀ ਬੈਠੀ ਰੋ ਰਹੀ ਹੋਣੀ ਕਹਿੰਦਾ ਵੀ ਕੋਈ ਨਹੀਂ ਗੱਲ ਉਹ ਲਗਾਉਣ ਲੱਗੀ ਕਹਿੰਦਾ ਨਹੀਂ ਕੋਈ ਗੱਲ ਤੂੰ ਦੱਸ ਉਹਨੇ ਦੱਸਿਆ ਵੀ ਇਹ ਟੀਚਰ ਉਹ ਅਨਮੈਰਿਡ ਸੀ ਹਜੇ ਲੱਗ ਕੇ ਆਈ ਸੀ ਨਵੀਂ ਪਹਿਲੀ ਪੋਸਟ ਹੀ ਉਹਦੀ ਇੱਥੇ ਹੋਈ ਤੇ ਉਹ ਕਹਿੰਦੀ ਵੀ ਇਹ ਮੈਨੂੰ ਮਤਲਬ ਗਲਤ ਬੋਲਦਾ ਹੈ ਟੀਚਰ ਤੇ ਕਹਿੰਦਾ ਕੋਈ ਨਹੀਂ ਇਹਦਾ ਕਰਦਾ ਇੱਜ਼ਤ ਬਾਪੂ ਜੀ ਕਿਤੇ ਕੋਈ ਹਥਿਆਰ ਹੋਣਾ ਪਿਆ ਪਿਸਤੌਲ ਸੀ ਪਿਆ ਬਾਪੂ ਜੀ ਦਾ ਇਨੂੰ ਕਿਤੇ ਪਤਾ ਸੀ ਕਿਉਂਕਿ ਉਹ ਦੂਜੇ ਵੀ ਦੇ ਭਰਾ ਹੈਗੇ ਪਰ ਉਹਨਾਂ ਦਾ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਹੈ ਤੇ ਉਹਦਾ ਸੁਭਾਅ ਇਹੋ ਜਿਹਾ ਸੀ ਬਚਪਨ ਜੀ ਉਹਨੂੰ ਪਤਾ ਸੀ ਕਿ ਹਥਿਆਰ ਇੱਥੇ ਰੱਖਿਆ ਉਹ ਬਾਬੂ ਜੀ ਦਾ ਹਥਿਆਰ ਲੈ ਗਿਆ ਉਹਦੇ 'ਚ ਪਾ ਕੇ ਕਿਤਾਬਾਂ ਵਾਲੇ ਝੋਲੇ 'ਚ ਲੈ ਗਿਆ ਤੇ ਇੰਨੀ ਦਲੇਰੀ ਕੀਤੀ ਕਿ ਇੱਕ ਟੀਚਰ ਨੂੰ ਜਾ ਕੇ ਉਹਦੇ ਰੱਖ ਦਿੱਤਾ ਕਹਿੰਦਾ ਵੀ ਤੂੰ ਐਤਰਾ ਇਤਰਾ ਮੈਡਮ ਨੂੰ ਤੰਗ ਕਰਦਾ ਸੀ ਬੋਲਦਾ ਸੀ ਨਾਲ ਤੈਨੂੰ ਮਾਰ ਦੇਣਾ ਉਨੇ ਉਹਦੇ ਕੋ ਹੱਥ ਜੋੜ ਕੇ ਜਾਨ ਚੜਾਈ ਤੇ ਉਹ ਬਦਲੀ ਕਰਾ ਗਿਆ ਉਹ ਮੁੜ ਕੇ ਟੀਚਰ ਨਹੀਂ ਇੱਥੇ ਆਇਆ ਉੱਥੇ ਖੱਪ ਬੈ ਗਈ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਇਹ ਸਦਵੰਦ ਇੱਥੇ ਹਥਿਆਰ ਲੈ ਕੇ ਆ ਗਿਆ ਫਿਰ ਉਹਦੇ ਪਿਸਤੌਲ ਲੈ ਕੇ ਆਇਆ ਇਹ ਭੱਜ ਆਇਆ ਤੇ ਉਹ ਪ੍ਰਿੰਸੀਪਲ ਨੇ ਕਿਹਾ ਵੀ ਤੂੰ ਆਪਣੇ ਪਿਓ ਨੂੰ ਲੈ ਕੇ ਆ ਤੋ ਵੇ ਬਾਪੂ ਜੀ ਨੂੰ ਕਹਿੰਦਾ ਵੀ ਵੀ ਮੈਨੂੰ ਪ੍ਰਿੰਸੀਪਲ ਸਕੂਲ ਨਹੀਂ ਲੈਂਦੀ ਉਹ ਕਹਿੰਦੀ ਵੀ ਤੂੰ ਪ੍ਰਿੰਸੀਪਲ ਨਹੀਂ ਲੈਂਦਾ ਉਹ ਕਹਿੰਦਾ ਉਹਨੂੰ ਲੈ ਕੇ ਆ ਬਾਪੂ ਜੀ ਨੇ ਗੱਲ ਕੀ ਹੋਈ ਕਹਿੰਦਾ ਵੀ ਉਹ ਇਤਰਾ ਰੌਲਾ ਪਾਉਂਦੇ ਵੀ ਪਸਤੌਲ ਲੈ ਕੇ ਆਇਆ ਬਾਪੂ ਜੀ ਨੇ ਦੱਸ ਤੇ ਕਹਿੰਦਾ ਵੀ ਨਹੀਂ ਮੈਂ ਨਹੀਂ ਘੜਿਆ ਫਿਰ ਬਾਪੂ ਜੀ ਸਿਆਣੇ ਸੀ ਉਹਨਾਂ ਨੂੰ ਸਮਝ ਲੱਗ ਗਈ ਵੀ ਇਹਨੇ ਪੁੱਠਾ ਕੰਮ ਕੀਤਾ ਇਹ ਕਿਤੇ ਲੈ ਗਿਆ ਉਹਨਾ ਉਹਨਾਂ ਨੇ ਉਹਨੂੰ ਬੁਕਾ ਲਿਆ ਫਿਰ ਬਾਪੂ ਜੀ ਪ੍ਰਿੰਸੀਪਲ ਕੋ ਗਏ ਉਹ ਪ੍ਰਿੰਸੀਪਲ ਕਹਿੰਦਾ ਵੀ ਮਤਲਬ ਮੈਂ ਬੱਚੇ ਨੂੰ ਕਿਤਰਾ ਇੱਥੇ ਰੱਖ ਸਕਦਾ ਐ ਏਦੇ ਇਥੇ ਟੀਚਰ ਨੂੰ ਆਣਗੇ ਤਾਂ ਮਕੀ ਦਿੰਦਾ ਤੇ ਹਥਿਆਰ ਲੈ ਕੇ ਆਇਆ ਇਥੇ ਫਿਰ ਬਾਪੂ ਜੀ ਨੇ ਪੜਦਾ ਪਾਇਆ ਵੀ ਕੋਣੇ ਗੱਲ ਸਪਸ਼ਟ ਤੇ ਕਹਿ ਨਹੀਂ ਸਕਦੇ ਨਜਾਇਜ਼ ਦੇ ਆ ਰਹੇ ਤੇ ਸਾਡੇ ਕੋ ਹੈਗਾ ਤੇ ਨਾਲੇ ਫਿਰ ਮੁੰਡੇ ਨੂੰ ਲੈਣਗੇ ਨਹੀਂ ਬਾਪੂ ਜੀ ਕਹਿੰਦੇ ਉਹ ਕਿਦੋਂ ਖਡਾਉਣਾ ਖਡੂਣਾ ਪਿਸਤੌਲ ਲਿਆਇਆ ਉਹ ਨਾ ਪਿਸਤੌਲ ਸਾਡੇ ਕੋ ਕਿੱਥੋਂ ਆ ਗਿਆ ਇਹਨੇ ਪਿਸਤੌਲ ਕਿੱਥੋਂ ਲਿਆ ਉਹ ਤਾਂ ਤੋ ਇਹ ਨਹੀਂ ਗੱਲ ਗਏਗੇ ਫਿਰ ਦੁਬਾਰਾ ਉਹਨੂੰ ਉੱਥੇ ਬਿਠਾ ਗਿਆ ਇਹ ਬਾਪੂ ਜੀ ਬੜੇ ਮਤਲਬ ਫਿਰ ਉਹਨੂੰ ਯਾਦ ਕਰਦੇ ਸੀ ਤੇ ਕਹਿੰਦੇ ਯਾਰ ਉਹਦੇ ਕੰਮ ਤਾਂ ਇਹ ਬਚਪਨ ਚ ਹੀ ਇਸ ਤਰ੍ਹਾਂ ਦੇ ਸੀ ਵੀ ਇਹੋ ਜੀ ਦਲੇਰੀ ਦੇ ਕੰਮ ਉਹ ਕਰ ਦਿੰਦਾ ਸੀ ਵੀ ਜਿਹੜੇ ਮਤਲਬ ਉਹ ਵੀ ਕਿੱਸਾ ਸੁਣਿਆ ਹੋਇਆ ਹੈ ਵੀ ਕੋਈ ਜੁੱਤੀ ਵਾਲਾ ਕਿੱਸਾ ਵੀ ਸੀਗਾ ਹਾਂ ਉਹ ਤੇ ਉਹ ਦਿੱਲੀ ਦੀਆਂ ਗੱਲਾਂ ਤੇ ਜਦੋਂ ਹੁਣ ਇੰਦਰਾ ਗਾਂਧੀ ਮਾਰਨ ਤੋਂ ਪਹਿਲੋਂ ਦੀਆਂ ਜਿਹੜੀਆਂ ਉੱਥੇ ਮਤਲਬ ਉਹਦੀਆਂ ਜੀਵਨ ਦੀਆਂ ਗਾਥਾ ਹੈ ਕਿਉਂਕਿ ਉਦੋਂ ਵੀ ਉਹ ਕੋਈ ਬਹੁਤ ਹੀ ਜ਼ਿਆਦੀ ਉਮਰ ਤਾਂ ਹੈ ਨਹੀਂ ਸੀ ਉਹਨਾਂ ਨੇ ਨਹੀਂ ਉਮਰ ਤਾਂ ਬਹੁਤ ਛੋਟੀ ਸੀ ਪਰ ਉਹਦੀਆਂ ਜੀਵਨ ਦੀਆਂ ਗਾਥਾ ਕਿਹੋ ਜੀਆਂ ਸੀ ਅ ਜਿਹੜੀਆਂ ਮੇਰੇ ਜੀਵਨ ਨਾਲ ਉਹਨਾਂ ਦੇ ਬਤੀਤ ਹੋਈਆਂ ਮੈਂ ਉਹ ਕੋ ਸਾਂਝੀ ਲਗਾ ਕਰਨ ਪੇ ਮੇਰਾ ਤੇ ਉਹਨਾਂ ਦਾ ਮੈਂ ਪੈਰ ਦਾ ਸਹਜ ਜਿਹੜਾ ਜੁੱਤੀ ਦਾ ਵੈਸੇ ਉਹਦਾ ਸਰੀਰ ਤੋਂ ਬਹੁਤ ਤਗੜੇ ਸੀ ਮੈਂ ਬਹੁਤ ਪਤਲਾ ਹੋ ਗਿਆ ਸੀ ਤੇ ਇੱਕੋ ਜਿਹਾ ਸੀ ਤੇ ਮੈਂ ਨਾ ਲਾਹੌਰੀ ਲਾਹੌਰ ਵਾਲਿਆਂ ਦੀ ਉੱਥੇ ਦੁਕਾਨ ਸੀ ਲਾਜਪਤਰਾਜ ਮਾਰਕੀਟ ਉੱਥੋਂ ਮੈਂ ਅਸੀਂ ਮੈਨੂੰ ਜਿਆਦਾ ਸ਼ੌਂਕ ਸੀ ਖੁੱਸੇ ਵਾਲੀ ਜੁੱਤੀ ਪਾਉਣ ਦਾ ਮੋਛਾਂ ਵਾਲੀ ਤੇ ਉਹ ਮੈਂ ਚਿੱਲੇ ਵਾਲਾ ਜੁੱਤਲ ਜੁੱਤੀ ਲਿਆਂਦੀ ਦੇ ਈ ਆਇਆ ਤੇ ਮੈਂ ਡਿੱਗੀ ਖੋਲ ਕੇ ਡਿੱਗੀ ਚ ਰੱਖੀ ਸੀ ਕਦੀ ਕਦੇ ਪਾਉਂਦੇ ਸੀ ਇਹਨੇ ਵੇਖਿਆ ਵੀ ਨਵੀਂ ਜੁੱਤੀ ਐ ਤੇ ਇਹ ਇੱਕਦਮ ਵੇਖ ਕੇ ਤੇ ਉਹਦੇ ਮੋਹਤ ਹੋਇਆ ਮਤਲਬ ਇਹਨੂੰ ਚੰਗੀ ਲੱਗੀ ਤੇ ਇਹ ਕਹਿੰਦਾ ਵੀ ਆਪਣੀ ਜੁੱਤੀ ਲਾ ਕੇ ਬੂੜੋ ਤੇ ਰੱਖਦੇ ਕਹਿੰਦਾ ਮੈਂ ਸਵੇਰੇ ਗੱਲ ਨਾਲ ਗੁਰਦੁਆਰੇ ਜਾਣਾ ਬੰਗਲਾ ਸਾਹਿਬ ਤੇ ਕਮੀਜ਼ ਪਜਾਮੇ ਨਾਲ ਪਾ ਕੇ ਜਾਊਂਗਾ ਤੇ ਇਹ ਜੁੱਤੀ ਪਾ ਕੇ ਲੈ ਗਿਆ ਜੁੱਤੀ ਪਾ ਕੇ ਲੈ ਗਿਆ ਤੇ ਤਿੰਨ ਚਾਰ ਦਿਨ ਆਇਆ ਨਹੀਂ ਤੇ ਨਾ ਚੋਂ ਦੇਣਾ ਵੈਸੇ ਰੋਜ਼ ਹੀ ਆਉਂਦਾ ਸੀ ਦਨ ਚਾਰ ਦਿਨ ਨਹੀਂ ਆਇਆ ਤਨਾ ਚੋਂ ਦਿਨਾ ਬਾਅਦ ਆਇਆ ਤੇ ਮੇਰੇ ਤੋਂ ਚੋਰੀ ਨਾ ਮਤਲਬ ਅਸੀਂ ਬੈਂਚ ਤੇ ਬੈਠੇ ਆ ਤੇ ਸਿੱਧਾ ਗੱਡੀ ਕੋਲ ਹੀ ਗਿਆ ਤੇ ਗੱਡੀ ਕੋਲ ਜਾ ਕੇ ਡਿੱਗੀ ਖੋਲ ਕੇ ਤੇ ਉਹਦੇ ਵਿੱਚ ਜੁੱਤੀ ਆਪਣੀ ਲੈਣ ਲੱਗਾ ਤੇ ਮੇਰੀ ਉੱਥੇ ਰੱਖਣ ਲੱਗਾ ਉਹ ਮੈਂ ਵੀ ਉਹਦੇ ਉੱਥੇ ਚੱਲ ਗਿਆ ਤੇ ਮੈਂ ਵੇਖਿਆ ਤੇ ਉਹਦੀ ਨੋਕ ਜਿਹੜੀ ਉਹ ਜਿਦ ਤਰਾ ਫਿਸੀ ਹੁੰਦੀ ਆ ਹੰਡ ਕੇ ਉਤਰਾ ਹੋ ਗਈ ਉਹ ਨਵੀਂ ਜੁੱਤੀ ਦੀ ਤੇ ਮੈਂ ਉਹਨੂੰ ਗਿਆ ਮੈਂ ਕਿਹਾ ਇਹ ਇਹ ਜੁੱਤੀ ਮੈਂ ਪਾ ਕੇ ਦੌੜ ਲਾਉਣ ਚਲ ਗਿਆ ਤੇ ਮਤਲਬ ਇਹਦੀ ਦੇ ਮੋਛ ਵੀ ਨਹੀਂ ਮਤਲਬ ਇੱਕ ਤੋੜ ਦਿਆ ਮੈਨੂੰ ਕਹਿੰਦਾ ਵੀ ਇਹ ਨਹੀਂ ਯਾਰ ਦੌੜ ਤੇ ਨਹੀਂ ਲਾਉਣ ਗਿਆ ਇਹਦੇ ਨਾਲ ਨਾ ਇੱਕ ਨੂੰ ਭਿੰਡਰਾ ਵਾਲੇ ਦੇ ਦਰਸ਼ਨ ਕਰਾਏ ਮੈਂ ਕਿਹਾ ਵੀ ਕੀ मतलब ਇਹ ਇਹ ਕਿਹਤਰਾ ਦੀ ਗੱਲ ਹੋਈ ਭਿੰਡਰਾੜੇ ਦੇ ਦਰਸ਼ਨ ਕਰ ਜੁੱਤੀ ਨਾ ਘਰਾਤੇ ਫਿਰ ਉਹਨੇ ਮੈਨੂੰ ਜਿਹੜੀ ਗੱਲ ਦੱਸੀ ਉਹ ਬੜੀ ਰੋਚਕ ਸੀ ਮੈਂ ਵੀ ਉਹਨੂੰ ਬਹੁਤ ਮਹਿਸੂਸ ਕਰਦਾ ਯਾਦ ਕਰਦਾ ਹਾਂ ਉਸ ਗੱਲ ਨੂੰ ਕਿ ਕਿਸ ਤਰ੍ਹਾਂ ਦਾ ਸੁਭਾਅ ਦੇ ਵਿੱਚ ਸੀ ਉਹਦੇ ਵੀ ਇੱਕਦਮ ਕੋਈ ਐਕਸ਼ਨ ਇਸ ਤਰ੍ਹਾਂ ਕਰ ਦੇਣਾ ਮਾਲਕਾ ਗੰਜ ਜਿਹੜਾ ਹਨੂਮਾਨ ਖਾੜਾ ਸੀ ਜਿੱਥੇ ਉਹ ਰੋਜ਼ ਹੀ ਵਰਜਿਸ਼ ਕਰਨ ਜਾਂਦਾ ਸੀ ਉਥੋਂ ਫੋਰ ਸੀਟਰ ਚਰਾਏ ਜੋ ਜਲਦੇ ਸੀ ਜਿਹੜੇ ਫਦੇਬੁਰੀ ਤੱਕ ਆਉਂਦੇ ਸੀ ਤੇ ਉਹਦੇ ਵਿੱਚ ਉਹ ਫੋਰ ਸੀਟਰ ਮੋਟਰਸਾਈਕਲ ਦਾ ਬਣਿਆ ਦਾ ਉਹਦੇ ਦੋ ਬੰਨੀ टांगे ਵਾਂਗੂ ਮਤਲਬ ਸਵਾਰੀਆਂ ਇੱਕ ਦੂਜੇ ਵੱਲ ਮੂੰਹ ਕਰਕੇ ਚਾਰ ਉਧਰ ਚਾਰ ਉਧਰ ਬੈਂਦੀਆਂ ਸੀ ਉਹ ਜਿਵੇਂ ਉੱਤੇ ਪੈਰ ਰੱਖ ਕੇ ਚੜੀਦਾ ਇੱਕ ਸਵਾਰੀ ਜੇ ਕਿਤੇ ਜਾਦੀਆਂ ਹੋ ਜਾਣ ਤੇ ਉਹ ਲਮਕ ਵੀ ਜਾਂਦੀ ਇਹਨੇ ਉਹ ਪਿੱਛੇ ਉਹਦੇ ਖੜਾ ਹੋਇਆ ਸੀ ਤੇ ਇਹਨੇ ਉਦੋਂ ਕੇਸ ਜਿਹੜੇ ਸੀ ਉਹ ਕੱਟੇ ਹੋਏ ਸੀ ਤੇ ਇਹਦੇ ਨਾਲ ਇੱਕ ਫਾਸਟ ਜਿਹੜੀ ਪਿੱਛੋਂ ਚੜਨ ਵੇਲੇ ਸਵਾਰੀ ਸੀ ਉਹ ਇੱਕ ਸਰਦਾਰ ਬੈਠਾ ਸੀ ਤੇ ਇੱਕ ਬਾਹੂ ਬੈਠਾ ਸੀ ਉਹ ਬਾਹੂ ਤੰਗੜਾ ਹਟਾ ਕਟਾ ਸੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਿਹੜੇ ਬਾਰ ਰਹਿਣ ਵਾਲੇ ਲੋਕ ਆ ਪੰਜਾਬ ਦੀ ਸਟੇਟ ਤੋਂ ਲੋਕ ਸਿੱਖਾਂ ਨੂੰ ਇੱਕ ਟਾਂਚ ਕਰਦੇ ਸੀ ਤਾਨਾ ਦਿੰਦੇ ਸੀ ਮਜ਼ਾਕ ਉਡਾਉਂਦੇ ਸੀ ਤੇ ਉਹ ਬਾਊ ਜਿਹੜਾ ਅਸੀਂ ਆਟਾ ਕਟਾ ਉਹ ਸੈਕਟਰੀ ਉਹਨੇ ਲਾ ਲਈ ਤੇ ਜਿਹੜਾ ਸਾਹਮਣੇ ਸਰਦਾਰ ਬੈਠਾ ਸੀ ਉਹ ਬਜ਼ੁਰਗ ਸੀ ਉਹਨੇ ਉਹਨੂੰ ਕਿਹਾ ਬਾਊ ਜੀ ਤੁਸੀਂ ਮੇਰੇ ਲਾਗੇ ਸੈਕਟਰੀ ਨਾ ਬਿਓ ਉਹ ਬਾਊ ਜਿਹੜਾ ਸੀ ਉਹਨੇ ਉਹਨੂੰ ਟਾਂਚ ਕਰਕੇ ਆਹ ਕਹਿੰਦਾ ਇਹ ਪਿੰਡਰਾਂ ਵਾਲੇ ਦਾ ਰਾਜ ਨਹੀਂ ਐ ਇਹ ਦਿੱਲੀ ਆ ਕੀ ਇਹਦੇ ਦੂਸੇ ਇੱਕ ਟਾਂ ਬੰਦ ਕਰਾਉਂਦੇ ਹੋ ਤੇ ਉਹ ਬੜੇ ਟੌਰ ਨਾਲ ਸਿਕਟ ਪੀਂਦਾ ਰਿਹਾ ਅ ਸੁਤਵੰਤ ਵੀ ਪਿੱਛੇ ਖੜਾ ਰਿਹਾ ਤੇ ਉਹ ਸਾਰੇ ਸੀਨ ਨੂੰ ਵੇਖਦਾ ਰਿਹਾ ਤੇ ਜਦੋਂ ਉਹ ਫਦੇਪੁਰੀ ਪਹੁੰਚਿਆ ਤੇ ਫਦੇਪੁਰੀ ਪ੍ਰਾਣੀ ਦਿੱਲੀ ਸਟੇਸ਼ਨ ਦੇ ਨਾਲ ਜੰਗਲਾਤ ਦਾ ਜਿਹੜਾ ਹਿੱਸਾ ਵਾ ਜਿੱਥੇ ਗੱਡੀਆਂ ਜੰਗਲ ਚ ਜਾ ਕੇ ਲਾਈ ਜਾਂਦੇ ਜਿਹੜੀਆਂ ਉੱਥੇ ਸਟਾਪ ਕਰਨੀਆਂ ਹੁੰਦੀਆਂ ਉਹ ਉੱਥੇ ਤਕਰੀਬਨ 18-19 ਪਲੇਟਫਾਰਮ ਆ ਉੱਥੇ ਉਹਦੇ ਨਾਲ ਹੀ ਉਹਦਾ ਗੇਟ ਸੀ ਜੰਗਲਾਂ ਆਦ ਦਾ ਉੱਥੇ ਜਦੋਂ ਫੋਰ ਸੀਟਰ ਤੋਂ ਉੱਤਰ ਆਦੇ ਨੇ ਬਾਉ ਦੇ ਨਾਲ ਬਾਉ ਫੜ ਲਿਆ ਬਾਉ ਫੜ ਕੇ ਤੇ ਉਹਨੂੰ ਕਹਿੰਦਾ ਬਾਉ ਜੀ ਵੀ ਆਪ ਭਿੰਡਰਾਂ ਵਾਲੇ ਕੀ ਬਾਤ ਕਰ ਰਹੇ ਤੇ ਤੋਂ ਮੈਨੇ ਉਹਨ ਉਹਨ ਕੇ ਲਈਏ ਕੋ ਸੋਨਾ ਹੈ ਤੇ ਮੈਂ ਆਪਸੇ ਬਾਤ ਕਰਨੀ ਚਾਹਤਾ ਹੂੰ ਤੋ ਬਾਉ ਜਿਹੜਾ ਸੀ ਉਹ ਬੜੇ ਪ੍ਰੇਮ ਨਾਲ ਉਹਨੇ ਵੇਖਿਆ ਵੀ ਇਹ ਕੋਈ ਕੀ ਗੱਲ ਦੱਸੂਗਾ ਭਿੰਡਰਾਂ ਵਾਲੇ ਦੀ ਮੈਨੂੰ ਉਹਦੇ ਨਾਲ ਮਤਲਬ ਉਧਰ ਦੁਆਰਵਾਲ ਨੂੰ ਹੋ ਗਿਆ ਤੇ ਗੇਟ ਤੋਂ ਉਹਨੂੰ ਅੰਦਰ ਲੈ ਗਿਆ ਹੁਣ ਉਹ ਤੇ ਜੰਗਲਾਤ ਦਾ ਏਰੀਆ ਵਾ ਬੜੀ ਆਦ ਕੋਈ ਉਥੇ ਪਸ਼ਾਪਕਰ ਨੂੰ ਉਹ ਬਨੇ ਜਾਂਦਾ ਹੋਊਗਾ ਹੋਰ ਉਧਰ ਕਿਸੇ ਨੇ ਕੀ ਲੈਣ ਜਾਣਾ ਜੰਗਲ ਚ ਉਧਰ ਲੈ ਗਿਆ ਤੇ ਜਦੋਂ ਉਹਨੂੰ ਆਂਦਾ ਆਂਦਾ ਵੀ ਮੈਨੂੰ ਪਤਾ ਲੱਗਾ ਵੀ ਪਿੰਡਰਾਲਾ ਜੀਂਦਾ ਹੈ ਕਹਿੰਦਾ ਆਪਕੋ ਕਾਹਦੇ ਪਤਾ ਚੱਲਿਆ ਬਸ ਇੰਨੀ ਗੱਲ ਕਹਿ ਕੇ ਕਹਿੰਦਾ ਹੁਣੇ ਤੈਨੂੰ ਦਿਖਾਉਂਦਾ ਪਿੰਡਰਾਲਾ ਹੈਗਾ ਮਾਰਿਆ ਚੁੱਕ ਕੇ ਰੇਲ ਦੀ ਪਰੜੀਆਂ ਦੇ ਤੇ ਜੋ ਕੇ ਧੰਨਵਾਦ ਮੋਇਆ ਕਰਕੇ ਤੇ ਉਹ ਆਂਦਾ ਵੀ ਇਹ 76 ਦੇ ਨਾਲ ਉਹਨੇ ਸਰਚ 76 ਬਾਰੇ ਮੈਂ ਤਾਂ ਇਹਦੀ ਮੁੱਛ ਜਿਹੜੀ ਆ ਉਹ ਟੇਢੀ ਹੋ ਗਈ ਹੈ ਤੇ ਉਹਨੂੰ ਪਿੰਡ ਵਾਲਾ ਦਿਖਾਇਆ ਕਹਿੰਦਾ ਮੈਨੂੰ ਬਾਅਦ ਚ ਪਤਾ ਲੱਗਾ ਵੀ ਇਨਕੁਆਰੀ ਕਰਦੇ ਫਿਰਦੇ ਸੀ ਮੈਂ ਤਾਂ ਹੀ ਦਿਨ ਚਾਰ ਦਿਨ ਨਹੀਂ ਆਇਆ ਕਿ ਉਹ ਪੁਲਿਸ ਵਾਲਾ ਹੀ ਸੀ ਬੰਦਾ ਪੁਲਸ ਦਾ ਇੰਸਪੈਕਟਰ ਹੀ ਜਿਹੜਾ ਕੁੱਟਿਆ ਗਿਆ ਤੇ ਮੈਂ ਤਾਂ ਹੀ ਪੰਜਾਰ ਦਿਨ ਆਇਆ ਨਹੀਂਗਾ ਵੀ ਬਦਲ ਉਹ ਗੱਲ ਠੰਡੀ ਹੋ ਜੇ ਵੀ ਬੰਦਾ ਉਹ ਆਇਆ ਸੀ ਕੋਈ ਨਿਕਲ ਗਿਆ ਤੋਂ ਇਸ ਕਰਕੇ ਉਹ ਪੰਜੀ ਚੌਂ ਦੇਣੀ ਆਇਆ ਉਸ ਤਰ੍ਹਾਂ ਦਾ ਉਹਦੇ ਸੁਭਾਅ ਦੇ ਅੰਦਰ ਸੀ ਕਿ ਜੇ ਉਹਦੇ ਸਾਹਮਣੇ ਕੋਈ ਦੂਜੇ ਨਾਲ ਜ਼ਿਆਸਤੀ ਹੁੰਦੀ ਹੋਏ ਉਹ ਤੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ ਦੂਜੇ ਦੀ ਹੈਲਪ ਕਰਨ ਵਾਸਤੇ ਉਹ ਇੱਕ ਮਿੰਟ ਜਿ ਤਿਆਰ ਹੋ ਜਾਂਦਾ ਸੀ ਤੁਸੀਂ ਇਹਨਾਂ ਗੱਲਾਂ ਤੋਂ ਤੁਸੀਂ ਹਿਸਾਬ ਲਾਓਗੇ ਬਈ ਦੂਸਰੇ ਤੇ ਕੋਈ ਜ਼ਿਆਸਤੀ ਹੋ ਰਹੀ ਤੇ ਉਹ ਵੀ ਬਰਦਾਸ਼ਤ ਨਹੀਂ ਸੀ ਕਰਦਾ ਤਾਂ ਇੱਕ ਦਿਨ ਰਾਤ ਮੈਨੂੰ ਤਕਰੀਬਨ 1.5 ਵਜੇ ਆਣ ਕੇ ਠਾਲਿਆ ਇੱਕ ਮੁੰਡਾ ਉਹਦੇ ਨਾਲ ਹੋਰ ਸੀ ਦੇ ਅਸੀਂ ਸਾਡਾ ਵੀ ਉਦੋਂ ਕਿਹੜਾ ਵਿਆਹ ਹੋਇਆ ਸੀ ਅਸੀਂ ਵੀ 22 ਸਾਲ ਦੀ ਉਮਰ ਸੀ ਤੇ ਅਸੀਂ ਸਟੇਸ਼ਨ ਤੇ ਹੀ ਸੌਂਦੇ ਸੀ ਗੱਡੀਆਂ 'ਚ ਤੇ ਸਟੇਸ਼ਨ ਤੇ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਹੈ। ਤੋਂ ਮੇਰੀ ਗੱਡੀ ਵਿੱਚ ਫਸੀ ਸੀ ਉਹਨੂੰ ਨੰਬਰ ਦਾ ਪਤਾ ਆਣ ਕੇ ਮੈਨੂੰ ਉਠਾਲ ਲਿਆ। ਸਰਦੀਆਂ ਦੇ ਦਿਨ ਸੀ ਤੇ ਮੈਨੂੰ ਆਂਦਾ ਵੀ ਓਟ ਓਟ ਚੱਲੀਏ। ਗੱਡੀ ਘੜ ਮੈਂ ਕਿਹਾ ਗੱਡੀਆਂ ਦੇ ਅਨੁਸਾਰੀਆਂ ਡਰਾਈਵਰ ਸਾਰੇ ਠਾਲਣੇ ਪੈਣੇ ਆਗੇ ਪਿਛੇ ਕਰਕੇ ਤਾਂ ਹੀ ਨਿਕਲੂਗੀ। ਤੋ ਕਿਤਰਾ ਕੱਢਾਂਗੇ ਗੱਡੀ ਤੇ ਮੈਨੂੰ ਕਹਿੰਦਾ ਕੋਈ ਗੱਲ ਨਹੀਂ 3 ਵੀਲਰਾਂ ਨੂੰ ਤਾਂ ਗੱਲ ਆ ਗਈ ਅੱਗੇ ਪਿੱਛੇ ਕਰਤਾ ਤੇ ਮੈਂ ਵੇਖਿਆ ਵੀ ਜਿਹੜੀ ਗੱਡੀਆਂ ਦੀ ਅੱਗੇ ਜਗ੍ਹਾ ਹੈਗੀ ਮੈਸੂਤੇਆਂ ਡਰਾਈਵਰਾਂ ਦੇ ਅੱਗੇ ਅੱਗੇ ਗੱਡੀਆਂ ਧੱਕ ਕੇ ਗਾਂ ਨਾਲ ਕਰਦੀਆਂ ਤੇ ਪਰੜੀ ਟਪਾਈ ਗੱਡੀ ਤੇ ਲੈ ਗਏ ਮੈਂ ਸੋਚਿਆ ਵੀ ਇਹਨੇ ਉੱਥੇ ਇੰਦਰਾ ਗਾਂਧੀ ਕੂਟੀ ਜਾਣਾ ਤੇ ਮੈਂ ਇਹਨੂੰ ਪੁੱਛਿਆ ਵੀ ਇਹ ਵੇਲੇ ਕਿੱਥੋਂ ਆਇਆ ਕਹਿੰਦਾ ਤੈਨੂੰ ਦੱਸਦਾ ਮੈਂ ਕਦੇ ਪਾਲਟੀ ਚ ਗਏ ਤੇ ਮੈਨੂੰ ਕਹਿੰਦਾ ਸਿਵਲ ਲੈਣ ਲੈ ਸਿਵਲ ਲੈਂਡ ਜਿੱਧਰ ਪੁਲਿਸ ਲੈਂਡ ਸੀ ਉਹਦੇ ਉੱਥੇ ਉਧਰ ਲੈ ਕੀਜਵੇ ਗੈਂਪਲ ਤੇ ਮੈਂ ਮੈਂ ਚਲੋ ਮੈਂ ਜਿਆਦੇ ਸਵਾਲ ਨਹੀਂ ਕੀਤੇ ਮੁੰਡਾ ਨਾਲ ਸੀ ਮੈਂ ਚਲੋ ਚਲਦੇ ਚਲੇ ਗਏ ਉੱਥੇ ਕਿਸੇ ਨੇ 6 बाई 8 ਦਾ ਨਵਾਂ ਖੋਖਾ ਬਣਾ ਕੇ ਨਾ ਲੱਕੜੀ ਦਾ ਤੇ ਉਹ ਕਦੇ ਸੜਕ ਤੇ ਰੱਖਿਆ ਸੀ ਕਿ ਜ਼ਰੂਰ ਲਾੜ ਹੋਇਆ ਹੋਊਗਾ ਕਿਸੇ ਨੇ ਉੱਤੇ ਲਾਉਣਾ ਹੋਊਗਾ ਚਲਾਉਣਾ ਹੋਊਗਾ ਇਹ ਮੈਨੂੰ ਆਂਦਾ ਵੀ ਇਹ ਕੋਖਾ ਰਾਂ ਗੱਡੀ ਦੇ ਉੱਤੇ ਲਾਦ ਕੇ ਤੇ ਉੱਥੇ ਲੈ ਕੇ ਜਾਣਾ ਮੈਂ ਕਿਹਾ ਤੂੰ ਕੀ ਕਰਨਾ ਏ ਕੋਖਾ ਕਹਿੰਦਾ ਉਹ ਜਿਹੜਾ ਜਿਹੜਾ ਉੱਥੇ ਇਹਨਾਂ ਦੀ ਲੈਂਡ ਦੇ ਸਾਹਮਣੇ ਤੀਨ ਮੂਰਤੀ ਲੈਂਡ ਦੇ ਸਾਹਮਣੇ ਜਿੱਥੇ ਇਹਨਾਂ ਦੀ ਪੁਲਿਸ ਲੈਂਡ ਸੀ ਉਹਦੇ ਸਾਹਮਣੇ ਇੱਕ ਕੋਖਾ ਸੀ ਉਹਦੇ 2 ਕਿਲੋਮੀਟਰ ਦੇ ਲਾਗੇ ਜਾ ਕੇ ਕੋਈ ਮਾਰਕੀਟ ਨਹੀਂ ਸੀ ਤੋ ਉਹ ਵੀ ਇਹ ਪੁਲਿਸ ਵਾਲੇ ਉੱਥੋਂ ਚਾਹ ਜੂ ਪੀਂਦੇ ਸੀ ਜਿਹੜੇ ਬਾਕੀ ਮਨਿਸਟਰਾਂ ਦੀਆਂ ਕੋਠੀਆਂ ਪ੍ਰਾਈਮ ਮਨਿਸਟਰ ਦੀ ਕੋਠੀ ਤੇ ਕੋਠੀਆਂ ਮਨਿਸਟਰਾਂ ਦੀਆਂ ਉੱਥੇ ਕੋਈ ਨੇੜੇ ਕੋਈ ਚੀਜ਼ ਮਾਰਕੀਟ ਹੀ ਕੋਈ ਮਿਲਦਾ ਹੀ ਕੁਝ ਨਹੀਂ ਖਾਣ ਲਈ ਹੁਣ ਉਹਦੇ ਪਿੱਛੇ ਕੀ ਪ੍ਰੋਬਲਮ ਸੀ ਉਹ ਖੋਖਾ ਚੁਕੂਣ ਦਾ ਕੀ ਮਤਲਬ ਸੀ ਉਹ ਖੋਖਾ ਚੁਕੂਣ ਦਾ ਇਹ ਮਤਲਬ ਸੀ ਕਿ ਉਹ ਜਿਹੜਾ ਖੋਖੇ ਵਾਲਾ ਉਹਦੇ ਕੋਲ 4x4 ਦਾ ਛੋੜਾ ਰਿਹਾ ਕਿ ਖੋਖਾ ਸੀ ਤੇ ਉਹ ਚਾਹ ਬਣਾਉਂਦਾ ਸੀ ਬੜੀ ਅਤ ਮੱਠੀ ਦੇ ਦਿੰਦਾ ਸੀ ਕਿਸੇ ਨੂੰ ਫੈਨ ਦੇ ਦਿੰਦਾ ਸੀ ਤੇ ਇਹ ਤੋਂ ਬਾਅਦ ਉਹ ਕੁਝ ਰੱਖਦਾ ਨਹੀਂ ਸੀ ਹੁਣ ਇਹ ਸਵੇਰੇ 7 ਕਿਲੋਮੀਟਰ ਉੱਠ ਕੇ ਤਰੋੜ ਲਾ ਗਿਆ ਤੇ ਇਹਨੂੰ ਚਾਹੀਦੀ ਹੁੰਦੀ ਖਰਾਗ ਬਹੁਤ ਤੇ ਉਹ ਤੋਂ ਮਿਲਦਾ ਕੁਝ ਨਹੀਂ ਸੀ ਤੋ ਇਹ ਉਹਨੂੰ ਕਹਿੰਦਾ ਸੀ ਵੀ ਤੂੰ ਕੋ ਮਤਲਬ ਖਾਨ ਲਈ ਵੀ ਕੁਝ ਰੱਖਿਆ ਕਰ ਤੂੰ ਤੇ ਮਤਲਬ ਰੱਖਦਾ ਕੁਝ ਨਹੀਂ ਤੋ ਉਹ ਕਹਿੰਦਾ ਮੇਰੇ ਕੋ ਜਗ੍ਹਾ ਹੀ ਨਹੀਂ ਰੱਖਾ ਕਿ ਤਰਾ ਤੋ ਉਹ ਕਦੇ ਉਧਰੋਂ ਆ ਰਿਹਾ ਸੀ ਪਾਰਟੀ ਤੋਂ ਤੇ ਉਹ ਖੋਖਾ ਉਹਦੀ ਨਜ਼ਰ ਪੈ ਗਿਆ ਤੇ ਉਹਨੇ ਸੋਚਿਆ ਵੀ ਅੱਜ ਉਹਨੂੰ ਜਿਹੜੀ ਥਾਂ ਮਾਰ ਸਮਾਨ ਰੱਖਣ ਵਾਲੀ ਲਾਇ ਲੀਏ ਉਹ ਮੈਨੂੰ ਕਹਿੰਦਾ ਵੀ ਇਹ ਗੱਡੀ ਦੇ ਉੱਤੇ ਲਾ ਦੋ ਮੇਰੇ ਕੋ ਮੈਸਟਰਡ ਗੱਡੀ ਸੀ ਤੇ ਮੈਂ ਵੀ ਇਹ ਖੋਖੇ ਦਾ ਵਜ਼ਨ ਆ ਲੱਕੜ ਦਾ ਬਣਿਆ ਹੋਇਆ ਮੇਰੇ ਜੰਗਲਾ ਟੁੱਟ ਜਾਏਗਾ ਤੇ ਨਾਲੇ ਗੱਡੀ ਤੋੜਾਂਗੇ ਨਾਲੇ ਖੋਖਾ ਟੁੱਟ ਜਾਊਗਾ ਤੇ ਮੈਂ ਆਇਆ ਇਹ ਨਹੀਂ ਜਾਣਾ ਕਹਿੰਦਾ ਮੈਂ ਇਦਰਾ ਕਰਕੇ ਉਹਨੂੰ ਫੜ ਕੇ ਹੱਥ ਨਾਲ ਲਾ ਕੇ ਕਹਿੰਦਾ ਹਲਕਾ ਹੀ ਹੈ ਉਹ ਮੈਂ ਕਿਹਾ ਤੈਨੂੰ ਦੇ ਤੂੰ ਹਲਕਾ ਹੀ ਲੱਗਣਾ ਪਰ ਇਹ ਗੱਡੀ ਦੀ ਉਹ ਵੇਖ ਜਿਹਦੇ ਨਾਲ ਜੰਗਲਾ ਲੱਗਾ ਉਹਦੀ ਕਿੱਡੀ ਕੀ ਮਤਲਬ ਹੋएगी ਤਾਂ ਇੰਨੇ ਦੇਰ ਨੂੰ ਇੱਕ ਮੈਟਾਡੋਰ ਆ ਗਿਆ ਉਦੋਂ ਛੋਟੀ ਗੱਡੀ ਹੁੰਦੀ ਸੀ ਮੈਟਾਡੋਰ ਉਹ ਮੈਟਾਡੋਰ ਵਾਲਾ ਆ ਗਿਆ ਤੇ ਉਹਨੂੰ ਹੱਥ ਦੇਦਾ ਉਹਨੂੰ ਹੱਥ ਦੇ ਦਦਾ ਤੇ ਉਹ ਕਹਿੰਦਾ ਵੀ ਕਿ ਮਤਲਬ ਬੀ ਐਟੀ ਮੋਤੇ ਇੰਦਰਾ ਗਾਂਧੀ ਦੀ ਕੋਠੀ ਪ੍ਰਾਈਮ ਮਿਨਿਸਟਰ ਹਾਊਸ ਤੱਕ ਲੈ ਕੇ ਜਾਣਾ ਹੈ ਖੋਖਾ ਖੋਖਾ ਚੋੜੀ ਚੋਕਰੇ ਕਿਸ ਦਾ ਤੋ ਛੜਕ ਤੋ ਤੇ ਉਹ ਉਹ ਕਹਿੰਦਾ ਵੀ ਮੈਂ ਮਤਲਬ 150 ਰੁਪਈਆ ਲਵਾਂਗਾ ਨਾ 200 ਰੁਪਈਆ ਲਵਾਂਗਾ ਇਹ ਉਹਨੂੰ ਆਂਦਾ ਵੀ ਇਹਨੇ ਹੱਥ ਜੇਬ ਚ ਪਾ ਰਿਆ ਤਾਂ 60 ਰੁਪਈਏ ਨਿਕਲੇ ਕਹਿੰਦਾ ਵੀ ਆਹ 60 ਰੁਪਈਏ ਦੇ ਦੂੰਗਾ ਜੇ ਚੱਲੇਗਾ ਤਾਂ ਠੀਕ ਹੈ ਨਹੀਂ ਤੇ ਮੈਂ ਪੁਲਿਸ ਵਾਲੇ ਦਾ ਹਦ ਅਧਾਰ ਨਾਲ ਲੈ ਜਾਊਗਾ ਕੋਈ ਪੈਸਾ ਵੀ ਨਹੀਂ ਦਊਗਾ ਤੇ ਲੈ ਕੇ ਚੱਲੂਗਾ ਮੈਂ ਵੇਖਿਆ ਵੀ ਇਹਦੇ ਨਾਲ ਵੀ ਗਰੀਬ ਨਾਲ ਗਰੀਬਤਾ ਹੋ ਜਣੀ ਹੈ ਮੈਂ ਉਹਨੂੰ ਆਪਣੀ ਜੇਬ ਜੋ 50 ਰੁਪਏ ਦਿੱਤੇ ਤੇ ਮੈਂ ਆਹ ਆਲਾ ਤੂੰ 100 ਰੁਪਏ ਲੈ ਤੇ ਛਾੜਿਆ ਨਹੀਂ ਦੇਨੇ ਤੈਨੂੰ ਉਦਰਾ ਹੀ ਲੈ ਜਾਣਾ ਚਲੋ ਮੰਨ ਗਿਆ ਤੇ ਅਸੀਂ ਚੋਕ ਕੇ ਖੋਖਾ ਉਚਾਰੇ ਜਾਣਿਆਂ ਨੇ ਚਾਰ ਜਾਣੇ ਹੋ ਗਏ ਚਾਰੇ ਜਾਣੇ ਚੋਕ ਕੇ ਉਹ ਬੈਡਾ ਡੋਰ ਲਾਤਾ ਹਾਂ ਉਹ ਅੱਜ ਵੀ ਉਥੇ ਦੋ ਖੋਕੇ ਲੱਗੇ ਹੋਏ ਆ ਉਹ ਖੋਕਾ ਤੇ ਗੜ ਗਿਆ ਹੋਏਗਾ ਪਰ ਉਹਦੀ ਜਗ੍ਹਾ ਫੇਰ ਹੈਗਾ ਮੈਂ ਜਦੋਂ ਵੀ ਉੱਥੋਂ ਲੰਘਦਾ ਤੇ ਮੈਨੂੰ ਉਹ ਸੀਨ ਚੇਤੇ ਆ ਜਾਂਦਾ ਬੇਪਰਵਾਹੀ ਉਹਦੀ ਮੈਂ ਲੱਗਾ ਇੱਕ ਦਸਣ ਆਮ ਉਹਦੇ ਨਾਲ ਦਾ ਹੁਣ ਇੱਕ ਮੁੰਡਾ ਮਨਿੰਦਰ ਸਿੰਘ ਲਟਾਇਰ ਹੋਇਆ ਧਾਰੀ ਹਾਲ ਦੇ ਲੱਗੇਦਾ ਸੀ ਉਹ ਇੱਕ ਦਿਨ ਹੁਣ ਮੇਰੇ ਕੋਲ ਸੀਸਗਨ ਸਾਹਿਬ ਆਇਆ ਦਫਤਰ ਬੈਠੇ ਦਾ ਤੇ ਗੱਲਾਂ ਛੇੜ ਪੀਆਂ ਤੋਂ ਮੇਰੇ ਕਰਕੇ ਭਾਈ ਸਾਹਿਬ ਦੀ ਗੱਲ ਕਰਨ ਲੱਗ ਗਿਆ ਕਹਿੰਦਾ ਯਾਰ ਉਹ ਬੜਾ ਬੇਪਰਵਾਹ ਆਦਮੀ ਸੀ ਪੇ ਸਾਨੂੰ ਤਾਂ ਕੀ ਪਤਾ ਸੀ ਵੀ ਉਹਨੇ ਇਸ ਤਰ੍ਹਾਂ ਦਾ ਕੰਡ ਕਰ ਦੇਣਾ ਕਹਿੰਦਾ ਉਸ ਬੰਦੇ ਦੀ ਤਾਂ 20 ਤਰੀਕ ਤੋਂ ਪਹਿਲਾਂ ਹੀ ਤਨਖਾਹ ਮੁੱਕ ਜਾਂਦੀ ਸੀ ਮਤਲਬ ਜਿੰਨੀ ਉਹਦੀ 900 ਰੁਪਿਆ ਤਨਖਾਹ ਸੀ ਨਾ ਉਦੋਂ ਬਾਅਦ ਉਹਦਾ ਪੇਟ ਨਹੀਂ ਸੀ ਭਰਦਾ ਉਹਦੇ ਨਾਲ ਖਰਚਾ ਸੀ ਉਹਦੀ ਖਰਾਕ ਬਹੁਤ ਜਿਆਦੀ ਸੀ ਦੋ ਤਿੰਨ ਬੰਦਿਆਂ ਦੀ ਖਰਾਕ ਆ ਜਾਂਦਾ ਸੀ ਉਹ ਤੇ ਉਹ ਜਦੋਂ ਗੱਲਾਂ ਜਲਪੀਆਂ ਤੇ ਮੈਂ ਉਹਨੂੰ ਉਹਦੀ ਗੱਲ ਮੈਂ ਵੀ ਫਿਰ ਉਹਨੂੰ ਦੱਸੀ ਸਾਰੇ ਬੰਦੇ ਬੈਠੇ ਸੀ ਮੈਂ ਕਿਹਾ ਵੀ ਮੈਨੂੰ ਵੀ ਯਾਦ ਹੈ ਕੋਈ ਦੀ ਗੱਲ ਵੀ ਜਿਹੜੀ ਤਨਖਾਹ ਮੁੱਕਣ ਵਾਲੀ ਵੀ ਇੰਨੀ ਜਲਦੀ ਉਹ ਤਨਖਾਹ ਹੀ ਖਾ ਜਾਂਦਾ ਸੀ ਸਾਰੀ ਅ ਐਦੋਂ ਅਸੀਂ ਜਾਣਦੇ ਆਂ ਪੁਰਾਣੀ ਦਿੱਲੀ ਤੋਂ ਤੇ ਲਾਲ ਕਿਲੇ ਨੂੰ ਕ੍ਰੋਸ ਕਰ ਰਹੇ ਆਂ ਤੇ ਮੈਨੂੰ ਕਹਿੰਦਾ ਵੀ ਮੈਂ ਪਿੰਡ ਨੂੰ ਜਾਣਾ ਤੇ ਮੈਨੂੰ ਪਿੰਡੋਂ ਆਏ ਨੂੰ 4 ਮਹੀਨੇ ਹੋ ਗਏ ਆ ਤੇ ਕਹਿੰਦਾ ਪੈਸਾ ਮੇਰੇ ਕੋਲ ਕੋਈ ਨਹੀਂ ਤੇ ਫਿਰ ਆ ਜੀ ਨਹੀਂ ਕਰਦਾ ਕਿਉਂਕਿ ਕਰਦਿਆ ਨੇ ਮਜਾਕੀਆ ਬਹੁਤ ਸੀ ਕਹਿੰਦਾ ਕਰਦਿਆ ਨੇ ਕਹਿਣਾ ਵੀ ਪੈਸਾ ਦਊਗਾ ਕੋਈ ਤੇ ਮੈਂ ਭਾਵੇਂ ਉਦਰਾ ਹੀ ਖੁਰ ਕਰਿਆ ਆਂ ਤੇ ਉਹਨਾਂ ਕਹਣਾ ਪੈਸੇ ਲਗਾ ਦੇਣ ਤੇ ਕਹਿੰਦਾ ਪੈਸਾ ਮੇਰੇ ਕੋਲ ਕੋਈ ਨਹੀਂ ਤੇ ਉਹਨਾਂ ਆਖਣਾ ਪੈਸੇ ਮਦਰਵਾ ਆਂ ਜੋ ਵੀ ਨਹੀਂ ਕੋਈ ਪੈਸਾ ਦੇ ਦਊਗਾ ਤੇ ਮੈਂ ਉਹਦੀ ਗੱਲ ਸੁਣ ਕੇ ਤੇ ਮੈਂ ਮੈਂ ਉਹਨੂੰ ਕਿਹਾ ਮੈਂ ਹੈ ਮਦਰਬ ਚਾਲ ਤੈਨੂੰ ਚਾਹੀਦੇ ਤੇ ਲੈ ਜਾ ਤੇ ਮੈਂ ਆਪਣੀ ਗੱਡੀ ਚਲਦੀ ਜੋ ਡੈਸ਼ਬੋਰਡ ਜੋ ਪੈਸੇ ਜਿੱਥੇ ਰੱਖਦੇ ਜਾਈ ਵੀ ਗੱਡੀ ਜੀ ਰੱਖਦੇ ਸਾਡੇ ਕੋਲ ਕਿਹੜਾ ਕੋਈ ਘਰ ਸੀ ਤੋਂ ਮੈਂ ਉਹਦੇ ਜੋ ਉਦੋਂ 150 ਵਾਲੇ ਦੋ ਪੰਜਾਂ ਵਾਲੇ ਵੀ ਨੋਟ ਹੁੰਦੇ ਸੀ ਤੋਂ ਵੱਡਾ ਨੋਟ ਹੀ ਰੱਖੀਦਾ ਸੀ ਕੁਝ ਆਲੇ ਸੋਲੇ ਸੀ ਮੈਂ ਉਹ ਗਨੇ ਤੇ ਮੇਰੇ ਕੋ 1700 ਰੁਪਈਆ ਨਿਕਲੇ ਤੇ ਨਾ ਬਾਈ ਉਹ ਤੇ ਮੈਂ ਨੂੰ ਕਿਹਾ ਮੈਂ 1500 ਰੁਪਈਆ ਵੀ ਲੈਣਾ ਤੇ ਲੈ ਲੈ ਚੱਲਦੀ ਜਲਦੀ ਗੱਡੀ 'ਚ ਜਮਾ ਮਜੀਦਵਾਲੀ ਗੱਡੀ ਦੇ ਬੱਤੀ ਤੇ ਪਹੁੰਚ ਗਏ ਤੇ ਮੈਨੂੰ ਆਂਦਾ ਵੀ ਫੇਰ ਕਹਿੰਦਾ ਤੂੰ ਮੰਗੇਗਾ ਇਹ ਆਖਰੀ ਵਾਰੀ ਉਦੋਂ ਆਉਣਾ ਇੱਥੇ ਦਿਵਾਲੀ ਦੇ ਦਿਨ ਆ ਰਹੇ ਤੇ ਮੈਂ ਮੈਨੂੰ ਗਿਆ ਵੀ ਮੈਂ ਤੈਨੂੰ ਦਾਨ ਥੋੜੀ ਲਗਾ ਕਰਨ ਵੀ ਮੰਗੂਗਾ ਹੀ ਤੇ ਇਹ ਕਹਿੰਦਾ ਤੂੰ ਰਹਿਣ ਦੇ ਮੈਂ ਦੋ ਵਾਰੀ ਗਿਆ ਵੀ ਲੈ ਲੈ ਤੇ ਕਹਿੰਦਾ ਨਹੀਂ ਰਹਿਣ ਦੇ ਮੈਂ ਨਾ ਥੋੜਾ ਆਪਣੇ ਅੰਦਰ ਦੇ ਜੋ ਮੇਰੇ ਆਇਆ ਸਮਝ ਮੈਂ ਇਹਨੂੰ ਗਿਆ ਵੀ ਫਿਰ ਉੱਤੋਂ ਡਿੱਗਣਗੇ ਵੀ ਜੇ ਤੂੰ ਲੈਂਦਾ ਨਹੀਂ ਦਰਿਆ ਗਾਂਜ ਗੱਡੀ ਉਹਨੇ ਜਿੱਥੇ ਵੜ ਗਈ ਹੈ ਤੇ ਮੈਂ ਕਿਹਾ ਫਿਰ ਉੱਤੋਂ ਡਿੱਗਣਗੇ ਜੇ ਨਹੀਂ ਲੈਣੇ ਤੇ ਤੇ ਉਹ ਕਹਿੰਦਾ ਕੀ ਬੜਾ ਦੇਗੀ ਪੈਣ ਮਤਲਬ ਬੜੀ ਬੇਪਰਵਾਹੀ ਚ ਕਹਿੰਦੇ ਕੀ ਬੋਦੇ ਡੇਗੀ ਪੈਣ ਤੇ ਮੈਂ ਮੈਂ ਵਾਇਗਰੂ ਮੇਰਾ ਜਾਣੇ ਮੇਰੀ ਜ਼ਿੰਦਗੀ ਇਹੋ ਜਿਹੀ ਨਹੀਂ ਨਾ ਮੈਂ ਇਸ ਤਰ੍ਹਾਂ ਦਾ ਜੀਵਨ ਮਤਲਬ ਕਦੀ ਸੋਝ ਹੀ ਸਕਦਾ ਉਹਦਾ ਰੰਗੀਲਾ ਜੀਵਨ ਸੀ ਅਗਲੇ ਬੰਨੇ ਜਦੋਂ ਦਰਿਆਗਾਂ ਚ ਕਰਾਸ ਕੀਤੀ ਤੇ ਉਹ ਲਗਭਗ 1 ਕਿਲੋਮੀਟਰ ਦੇ ਲਗਭਗ ਦਾ ਉਹ ਬਾਜ਼ਾਰ ਹੈ ਅੱਗੇ ਉਹ ਫਿਰ ਨਵੀਂ ਦਿੱਲੀ ਸ਼ੁਰੂ ਹੋ ਜਾਂਦੀ ਦਿੱਲੀ ਗੇਟ ਦੇ ਨਾਲ ਹੀ ਦਰਿਆਗਾਂ ਦੇ ਕੋਨੇ ਦੇ ਉੱਤੇ ਠਾਣਾ ਹੈ ਦਿੱਲੀ ਪੋਰਸਦਾ ਉਹ ਠਾਣੇ ਦੇ ਸਾਹਮਣੇ ਆਪਾਂ ਕ੍ਰੋਸ ਕਰ ਰਹੇ ਹਾਂ ਤੇ ਉਹਦੇ ਇੱਕ ਤਕੋਨਾ ਜਿਹਾ ਪਾਰਕ ਬਣਿਆ ਉਹਨੂੰ ਜੰਗਲਾ ਲੱਗਾ ਹੋਇਆ 4-4 5-5 ਫੁੱਟ ਦਾ ਉਹਦੇ ਵਿੱਚ ਉਹ ਬਦੀ ਦੇ ਗੱਡੀਆਂ ਖੜੀਆਂ ਹੋਣੀਆਂ ਲਾਲ ਬੱਦੀ ਤੇ ਮੈਂ ਗੱਡੀ ਹੌਲੀ ਕੀਤੀ ਆ ਤੇ ਇਹਦਾ ਧਿਆਨ ਛੇਰ ਕੇ ਉਹ ਸ਼ਿਕਾਰ ਤੇ ਚਲੇ ਗਿਆ ਮੈਨੂੰ ਕਹਸਾ ਮਾਰ ਬ੍ਰੇਕ ਬ੍ਰੇਕ ਬਾਹਰ ਮੇਰਾ ਜਾਣੇ ਬਣਾ ਵੀ ਕਿਉਂ ਕਹਿੰਦਾ ਬ੍ਰੇਕ ਮੈਂ ਬ੍ਰੇਕ ਲਾਤੀ ਬ੍ਰੇਕ ਲਾਤੀ ਦੇ ਨੇ ਇੱਕਦਮ ਐਕਸ਼ਨ ਚ ਦਰਵਾਜ਼ਾ ਖੋਲ੍ਹਿਆ ਉਹ ਖੋਲ ਕੇ ਦੇ ਮਾਰੀ ਛਾਲ ਜੰਗਲੇ ਦੇ ਉੱਤੇ ਹੱਥ ਰੱਖਿਆ ਤੇ ਟੱਪ ਗਿਆ 4 ਫੁੱਟ ਦਾ ਜੰਗਲਾ ਤੇ ਇਹਨੇ ਲਲਕਾਰਾ ਮਾਰਿਆ ਮੈਨੂੰ ਨਹੀਂ ਸਮਝ ਆਇਆ ਕੁਛ ਕੀ ਕਰ ਲਗਾ ਲਲਕਾਰਾ ਮਾਰਿਆ ਉਹ ਬੰਦੇ ਜੂਆ ਖੇਡ ਰਹੇ ਸੀ ਪੰਜ ਸੱਤ ਅੱਛਾ ਜੀ ਜਦੋਂ ਲਲਕਾਰਾ ਮਾਰਿਆ ਤੋ ਉਹਨਾਂ ਅਜ ਭੱਜ ਧੜਮਚ ਗਈ ਜਿਦ ਤਰ੍ਹਾਂ ਸ਼ੇਰ ਪੈਂਦਾ ਜਿਹੜ ਤੇ ਤੇ ਉਹ ਭੱਜ ਧੜਮਚ ਗਈ ਤੇ ਉਹ ਦੋ ਜਣਿਆਂ ਨੂੰ ਗਲੋਂ ਫੜ ਲਿਆ ਤੇ ਉਹ ਸਾਰੇ ਪੈਸੇ ਉਹ ਇਕੱਠੇ ਕਰਕੇ ਤੇ ਆਪਣੀ ਜੇਬ ਚ ਪਾ ਲੇ ਤੇ ਉਹ ਨਾਲ ਹੀ ਠਾਣਾ ਵਾ ਕੋਈ ਬਹੁਤੀ ਦੂਰ ਨਹੀਂ ਬਿਲਕੁਲ ਉਹ ਨਾਲ ਉਹਦੇ ਕੋਨੇ ਦੇ ਠਾਣਾ ਤੇ ਉਹਨਾਂ ਨੂੰ ਕਹਿੰਦਾ ਐ ਐਸਐਚਓ ਬੜਾ ਉਹਨਾਂ ਨੂੰ ਗੱਡੀ ਨਾਲ ਨੂੰ ਲਈ ਜਾਵੇ ਕੁਦਵਾ ਉਠਾਣਾ ਆਉਟਸਾਈਡ ਆ ਤੇ ਲਈ ਇੱਧਰ ਆਵੇ ਉਹਨਾਂ ਕਹਿੰਦਾ ਵੀ ਠਾਣੇਦਾਰ ਬੜਾ ਸਕਦਾ ਆ ਤੇ ਉਹਨੇ ਕੁੜੀ ਆਇਆ ਤੁਹਾਨੂੰ ਬੰਦ ਕਰ ਦੇਣਾ ਫਿਰ ਨਿਆਣੇ ਪੁੱਛਣਗੇ ਭਾਬਾ ਦੀਵਾਲੀ ਦੇ ਕਿੱਥੇ ਚਲ ਗਿਆ ਇਹ ਗੱਲ ਮੈਨੂੰ ਪਤਾ ਵੀ ਕੀ ਬੋਲ ਰਿਹਾ ਤੇ ਉਹ ਉਹ ਕਹਿੰਦੇ ਵੀ ਛੱਡ ਦੇ ਸਾਨੂੰ ਜਾਣ ਦੇ ਵੀ ਮਤਲਬ ਮਾਫੀ ਦੇ ਦੋ ਗਲਤੀ ਮਾਫੀ ਦੇ ਦੋ ਤੇ ਉਹ ਜੰਗਲੇ ਦੇ ਲਾਗੇ ਚ ਲੈ ਆ ਗਏ ਉਹਨਾਂ ਦਾ ਭੱਜੋ ਕੁੜੀ ਉਹ ਭੱਜ ਗਏ ਤੇ ਉਦੋਂ ਦੀ ਫੇਰ ਮਾਰੀ ਛਾਲ ਤੇ ਗੱਡੀ ਚ ਬਹਿ ਗਿਆ ਤੇ ਇਹਨੇ ਪੈਸੇ ਕੱਢਨੇ ਸ਼ੁਰੂ ਕਰਦੇ 4300 ਰੁਪਇਆ ਆ ਮੈਨੂੰ ਕਹਿੰਦਾ ਲੈ ਲੈ ਮੈਂ ਮਰਾ ਮਰਾ ਪੈ ਨਹੀਂ ਲੈਂਦਾ ਹਾਂ ਤੇ ਹਾਂ ਮੈਨੂੰ ਹੱਸ ਕੇ ਕਹਿੰਦਾ ਕਹਿੰਦਾ ਤੂੰ ਆਦਾ ਤਨ ਮੈਂ ਕਹਿਣਾ ਕੀ ਪਤਾ ਡੇਗੀ ਪਾਣ ਡੇਗ ਪਈ ਇਤਨਾ ਦਿਨ ਦੀ ਜੀਵਨ ਜੀਵਨ ਦੇ ਰੰਗੀਲੇ ਕੰਮ ਸੀ ਤੇ ਮਤਲਬ ਜਿਹੜਾ ਕੰਮ ਤੁਸੀਂ ਸੋਚ ਨਹੀਂ ਸਕਦੇ ਉਹ ਇੱਕ ਸਕਿੰਟ 'ਚ ਐਕਚਰ ਕਰ ਦਿੰਦਾ ਸੀ ਇੱਕ ASI ਮਦਰਾਸੀ ਮਿਲਿਆ ਮੈਨੂੰ ਉਹ ਅਸੀਂ ਉਹ ਮਨਾ ਰਹੇ ਸੀ ਨਾ ਤੇ ਲਾਲ ਕਿਲੇ ਦੇ ਫਦੇ ਦਿਵਸ ਤੇ ਉੱਥੇ ਉਹ CID ਵਾਲੇ ਸਾਰੇ ਵਿਭਾਗੇ ਆਏ ਤੇ ਉਹ ਪੁਲਿਸ ਵਾਲੇ ਜਿਹੜੇ ਮੇਰੇ ਵਾਕਬ ਸੀ ਉਹਨਾਂ ਨਾਲ ਖੜਾ ਸੀ ਤੇ ਉੱਥੇ ਕੋਈ ਗੱਲ ਬਿੰਦਰਾ ਗਾਂਧੀ ਦੇ ਚੱਲੀ ਤੇ ਉਹ ਐਸਆਈ ਤੋਂ ਮੇਰੇ ਕੋਲ ਉਹਨੇ ਕਹਿੰਦੇ ਦਾਤਾ ਵੀ ਉਹਨਾਂ ਦਾ ਸਦਵੰਦਾ ਭਰਾ ਹੈ ਤੇ ਉਹ ਪੁਲਿਸ ਵਾਲੇ ਜਿਹੜੇ ਇੰਟਰਸਟਿਡ ਹੋ ਗਏ ਪੁੱਛਣ ਲੱਗੇ ਪੁੱਛਣ ਲੱਗੇ ਤੇ ਉਹ ਐਸਆਈ ਨਾ ਮਦਰਾਸੀ ਵੀ ਆ ਗਿਆ ਮਦਰਾਸੀ ਆ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਉਹ ਉਹਨੇ ਵੀ ਆਪਣੀ ਗੱਲ ਵਿੱਚ ਸ਼ੇਅਰ ਕੀਤੀ ਕਹਿੰਦਾ ਅਰੇ ਬਾਬਾ ਉਹ ਤਾਂ ਬਹੁਤ ਬੇਪਰਵਾਹ ਆਦਮੀ ਦਾ ਕਹਿੰਦਾ ਅਮਨੇ ਵੀ ਉਹਨਾਂ ਦੇ ਸਾਥ ਡਿਊਟੀ ਕਰੀ ਹੈ ਕਹਦਾ ਉਹ ਤੋਂ 4 4 5 5 ਲੋਕਾਂ ਦੀ ਰੋਟੀ ਖਾ ਜਾਂਦਾ ਤਾਂ ਤੇ ਉਹ ਬਹੁਤ ਖਾਣਾ ਖਾਦਾ ਦਾ ਉਹ ਕਹਦਾ ਹਮੇਂ ਕਿਹਾ ਮਾਲਮ ਤਾਂ ਕਿ ਸੱਚੀ ਬੋਲ ਰਹਾ ਹੈ ਉਹ ਕਹਦਾ ਰੋਜ਼ ਹੀ ਕਹਿੰਦਾ ਸੀ ਬੁੜੀਆ ਨੂੰ ਮਾਰ ਦੇਗੇ ਤਾਂ ਹਾਂ ਹਮ ਨੂੰ ਹਮ ਨੂੰ ਕਿਹਾ ਮਾਰ ਬਤਾ ਸੱਚੀ ਮਾਰ ਦੇਗਾ ਤੋਂ ਕਹਦਾ ਉਸਨੇ ਐਸੇ ਹੀ ਮਾਰਦੀ ਹੈ ਉਹ ਰੋਜ਼ ਹੀ ਬੋਲਦਾ ਸੀ ਐਸੇ ਤੂੰ ਮਜ਼ਾਕ ਵਿੱਚ ਲੈਂਦੀ ਹਾਂ ਤੂੰ ਕਹਿੰਦਾ ਐਸੀ ਮਜ਼ਾਕ ਵਿੱਚ ਲੈਂਦੇ ਸੀ ਕਿ ਮਜ਼ਾਕ ਕਰਦਾ ਤੇ ਕਹਿੰਦਾ ਉਹ ਐਸੇ ਬੋਲ ਦਿੱਤਾ ਤਾਂ ਬੁੜੀਆ ਨੂੰ ਮਾਰ ਦੇਗੇ ਤੋ ਆਮ ਜੋ ਜਿਹੇ ਐਸੇ ਬੋਲਦਾ ਰਹਿਤਾ ਤੋ ਹਮੇਗਾ ਮਾਲੂਮਤਾ ਸੱਚ ਮੇ ਮਾਰ ਦੇਗਾ ਤੂ ਤੂ ਕਹਤਾ ਦੋ ਦੋ ਤਿੰਨ ਤਿੰਨ ਲੋਗੋ ਕੀ ਉਹ ਉਹਨੇ ਫਿਰ ਉਹਦੀ ਗੱਲ ਸੁਣਾਈ ਕਹਤਾ ਉਹ ਉਸਨੇ ਬੋਲਦੀ ਆ ਕਿ ਮੇਰੀ ਖਰਾਕ ਲੈ ਕੇ ਆਣਾ ਰੋਟੀ ਜਿਹੜੀ ਉਹਤੇ ਕੰਡੀਨ ਸੀ ਨਾ ਜਿਹਨੂੰ ਟੇਕਾ ਦਿੱਤਾ ਸੀ ਉਹ ਖਰਾਕ ਬੋਲਦੇ ਸੀ ਵੀ ਇੱਕ ਖਰਾਕ ਦੇ ਦੇ ਇੱਕ ਬੰਦੇ ਦੀ ਦੋ ਖਰਾਕ ਦੇ ਦੇ ਤੋ ਕਹਤਾ ਉਹ ਉਸਨੇ ਬੋਲਾ ਕਿ ਤਿੰਨ ਖਰਾਕ ਲੈ ਕੇ ਆਣਾ ਤੋ ਹਮਨੇ ਜਾ ਕੇ ਬੋਲਦੀ ਆ ਵੀ ਤਿੰਨ ਖਰਾਕ ਦੇ ਦੋ ਉਸ ਦਾ ਨਾਮ ਲਿਖਵਾ ਦਿਆ। ਤੋ ਕਹਦਾ ਉਹ ਉਹ ਕਹਦਾ ਵੀ ਤਿੰਨ ਖਰਾਕ ਉਸ ਨੂੰ ਕੈਸੇ ਦੇ ਦੇਗੇ? ਅਸੀਂ ਨਹੀਂ ਦੇਂਗੇ। ਉਹ ਕਹਿੰਦਾ ਲੜਪੜਾ ਤੇ ਕਹਦਾ ਮੈਂ ਆਣ ਕੇ ਉਸ ਨੂੰ ਬੋਲ ਦਿਆ ਭਾਈ ਉਹ ਨਹੀਂ deta। ਉਹ ਕਹਦਾ ਅਸੀਂ ਤਿੰਨ ਖਰਾਕ ਕੇ ਉਸ ਨੂੰ ਕੈਸੇ ਦੇ ਦੇਂਗੇ? ਉਸ ਨੂੰ ਬੋਲ ਜਾ ਆਣ ਕੇ ਖਾਏ। ਤੋ ਇਹ ਚੱਲ ਗਿਆ। ਤੇ ਉਹ ਉਹਨੇ ਉਹਦੇ ਉਹ ਤਿੰਨ ਖਰਾਕਾਂ ਖਾ ਚਾਰ ਖਾ ਪੰਜ ਖਾ। ਤੋ ਜਦੋਂ ਪੰਜ ਬੰਦਿਆਂ ਦੀ ਖਾ ਗਿਆ ਤੇ ਉਹ ਕਹਿੰਦਾ ਹੋਰ ਦੇ ਰੋਟੀ। ਉਗੰਦਾ ਦਾ ਜੀ ਕਿਤਨੀ ਖਾਓਗੇ ਮੇਰੇ ਕੋਲ ਛੋੜੋ ਕਹਤਾ ਕਹਤਾ ਤੁਮਨੇ ਮੈਨੇ ਤੇਰ ਕੋ ਬੋਲਾ ਦਾ 3 ਖਰਾਗ ਔਰ ਤੁਮਨੇ ਦੀ ਨਹੀਂ ਅਬ 5 ਹੋ ਗਈ ਆ ਵੀ ਹੋਰ ਖਾਉਂਗਾ ਉਹ ਕਹਤਾ ਜਿਤਨੀ ਆਪ ਬੋਲੋਗੇ ਮੈਂ ਦੇ ਦੇਂਗੇ ਪਰ ਐਸਾ ਬਾਤ ਕਰੋ ਆਮਨੇ ਐਸਾ ਨਾ ਕਰੋ ਤੋ ਕਹਤਾ ਉਹ 5 ਖਰਾਗ ਖਾ ਕੇ ਉਸ ਕੋ ਮਾਫੀ ਮਨਵਾ ਆ ਗਿਆ ਆਤਾ ਕਿ ਆਗੇ ਸੇ ਅਬ ਨਹੀਂ ਬੋਲੇਗੇ 3 ਹੀ ਦੇ ਦੇਗੇ ਤੋ ਕਹਤਾ ਇਤਨੀ ਇਤਨੀ ਖਾਣਾ ਖਾਤਾ ਇਹ ਇਸ ਤਰ੍ਹਾਂ ਦਾ ਉਹਦਾ ਜਿਹੜਾ ਮਨ ਦੀਆ ਮਤਲਬ ਖੁਸ਼ਦਿਲ ਬੇਪਰਵਾਹ ਤੇ ਇਸ ਤਰ੍ਹਾਂ ਦਾ ਉਹਦਾ ਜੀਵਨ ਸੀ ਜਿਹੜੀਆਂ ਮੇਰੇ ਸਾਹਮਣੇ ਮੇਰੇ ਨਾਲ ਮਤਲਬ ਉਹਦੀਆਂ ਆੜ ਬੀਤੀਆਂ ਗੱਲਾਂ ਮੈਂ ਉਹ ਵੀ ਤੁਹਾਨੂੰ ਸੁਣਾ ਦਿਆਂ ਜਿਹੜੇ ਬਾਪੂ ਜੀ ਯਾਦ ਕਰਦੇ ਸੀ ਬਿਲਕੁਲ ਜਦੋਂ ਪਹਿਲੀ ਵਾਰ 1999 ਦੇ ਵਿੱਚ ਇੱਥੇ ਤੁਸੀਂ ਜਦੋਂ ਦੱਸਿਆ ਵੀ ਖੰਡਪੜ ਸਾਹਿਬ ਦੇ ਭੋਗ ਦਸਵੇਂ ਦੇ ਪੈਨੇ ਤਾਂ ਕਿੰਨੀ ਇੱਕ ਸੰਗਤ ਜਿਹੜੀ ਇੱਥੇ ਆਈ ਸੀਗੀ ਤਾਂ ਹੁਣ ਲਗਾਤਾਰ ਵੀ ਉਹ ਸੰਗਤ ਆਉਂਦੀ ਹੈ ਇੱਥੇ ਵੀ ਵੇਖੋ ਉਦੋਂ ਤਕਰੀਬਨ ਲਗਭਗ 3000 4000 ਬੰਦਾ ਉਦੋਂ ਵੀ ਇਕੱਠਾ ਹੋਇਆ ਸੀ ਜਦੋਂ ਪੂਰੀ ਰੈਸਟ੍ਰਿਕਸ਼ਨ ਲੱਗੀ ਬਹੁਤ ਜ਼ਿਆਦੀ ਜੀ ਉਹ ਤੇ ਜਿਹੜਾ ਹੈ ਲਗਭਗ 95 97 95 ਤੱਕ ਲੱਗਦੀ ਰਹੀ 95 ਤੱਕ ਮਤਲਬ ਇਥੋਂ ਤੱਕ ਕਈ ਵਾਰੀ ਦਾ ਇਸ ਤਰ੍ਹਾਂ ਦੇ ਹਾਲਾਤ ਹੋਏ ਕਿ 2 4 ਵਾਰੀ ਤੇ ਸਾਨੂੰ ਘਰ ਖੰਡਪਾਟ ਸਾਹਿਬ ਦਾ ਭੋਗ ਜਿਹੜਾ ਪਾਉਣਾ ਪਿਆ ਔਰ 99 ਦੀ 99 ਦੀ ਹੈ ਨਾ ਵਰਸੀ ਇਹ 91 ਦੀ ਜਿਹੜੀ ਵਰਸੀ ਆ ਤੀਸਰੀ ਉਹਦੇ ਉੱਤੇ ਦੇ ਮਤਲਬ ਇਥੋਂ ਤੱਕ ਸਰਕਾਰ ਨੇ ਮਤਲਬ ਕਰ ਦਿੱਤਾ ਕਿ ਸਾਨੂੰ ਘਾਟਵਾੜ ਮਤਲਬ ਜਿਹੜਾ ਹੀ ਘਰ ਵੀ ਨਾ ਰਖਾਉਣ ਦਵੇ ਚਲੋ ਘਰ ਖਾਟਵਾੜ ਸਾਬ ਰੱਖਿਆ ਤੇ ਫਿਰ ਉੱਤੇ ਬਾਹਰ ਦੀਵਾਨ ਸਜਾਉਣ ਵਾਸਤੇ ਸਟੇਜ ਨਾਲ ਲਾਉਣ ਦਵੇ ਸੀ ਦਾ ਰਾਮ ਐਸਐਸਪੀ ਸੀ ਉਸ ਟਾਈਮ ਇਥੇ ਬਟਾਲੇ ਤੋਂ ਤੇ ਉਹਨੇ ਆਣ ਕੇ ਮਤਲਬ ਰਾਤ ਨੂੰ ਫੋਰਸ 1 ਵਜੇ ਹੀ ਛੁੱਟ ਦਦੀ ਚਾਰਚ ਫੇਰਾ ਬੰਦ ਕਰ ਦਿੱਤਾ ਸੀਲ ਕਰ ਦਿੱਤਾ ਪਰ ਲੋਕ ਉਹੀ ਜਿਹੜੀ ਗੱਲ ਮੈਂ ਪਹਿਲਾਂ ਸੁਣਾ ਰਿਹਾ ਖੇਤਾਂ ਦੇ ਵਿੱਚੋਂ ਦੀ ਨਹਿਰਾਂ ਦੇ ਵਿੱਚੋਂ ਦੀ ਚੱਲਦੇ ਹੋਏ ਆ ਗਏ ਤੋਂ ਬਹੁਤ ਸਾਰੇ ਐਸ ਐਸ ਸਾਈਡ ਦੇ ਲੋਕ ਜਿਹੜੇ ਸੀ ਉਹ ਆ ਨਹਿਰ ਆ ਜਿਹੜੀ ਨਾਲ ਇਹਦੇ ਪਾਰਲੇ ਪਾਸੇ ਤੋਂ ਆਣ ਕੇ ਤੇ ਇੱਥੇ ਸਾਹਮਣੇ ਗੁਰਦੁਆਰੇ ਦੇ ਆ ਗਏ ਲੇਕਿਨ ਅਗਲੇ ਬਨੇ ਫੋਰਸ ਲੱਗੀ ਫੋਰਸ ਅੰਦਰ ਆਉਣ ਨਹੀਂ ਦਿੰਦੀ ਤੇ ਉਸ ਟਾਈਮ ਮਤਲਬ ਅੰਦਰ ਅਸੀਂ ਲੰਗਰ ਰਾਤ ਨੂੰ ਪਕਾ ਕੇ ਬੈਠੇ ਹੋਏ ਆ ਲੇਕਿਨ ਉਹ ਕੋਈ ਬੰਦਾ ਆਉਣ ਨਹੀਂ ਦਿੰਦੀ ਅੰਦਰ ਉਹਨੇ ਬਾਪੂ ਜੀ ਨਾ ਮਤਲਬ ਕਿਦਰੀ ਗਿਵਨ 11 11:30 ਤੋਂ ਉੱਤੇ ਦਾ ਟਾਈਮ ਹੋ ਗਿਆ ਧੁੰਦ ਬੜੀ ਸਰਦੀ ਬਹੁਤ ਬਾਪੂ ਜੀ ਗਏ ਵੀ ਮੈਂ ਆਪਸ ਉਸ ਵੀ ਨੂੰ ਦੱਸ ਵੇਖ ਕਰਦਾ ਵੀ ਆ ਜਿਹੜੇ ਆ ਗਏ ਇਹਨਾਂ ਨੂੰ ਦਿਹਾ ਲੈਂਦੇ ਤੇ ਜਿਹੜੀ ਫੋਰਸ ਆ ਰਾਤ ਦੀ ਫਾਇਲ ਆ ਇਹਨੂੰ ਰੋਟੀਆਂ ਖਾ ਲੈਣ ਦੇ ਅਸੀਂ ਹੋਰ ਕੋਈ ਇੱਥੇ ਨਹੀਂ ਕਰਾਂਗੇ ਸਿਰਫ ਕੀਰਤਨ ਕਰਕੇ ਤੇ ਅਰਦਾਸ ਕਰਦੇ ਆਂਗੇ ਅਜੀ ਕੋਈ ਮਤਲ ਇੱਥੇ ਬੋਲੇਗਾ ਨਹੀਂ ਤੇ ਤੂੰ ਇਤਰਾ ਨਾ ਕਰਾ ਇਹਨਾਂ ਨੂੰ ਠੰਡ ਚ ਤੂੰ ਆ ਜਿਹੜੇ ਜਵਾਨ ਖੜੇ ਪੁਲਿਸ ਵਾਲੇ ਇਹਨਾਂ ਨੂੰ ਵੀ ਪਰੇਸ਼ਾਨ ਕਰ ਰਹੇ ਆ ਸਾਨੂੰ ਵੀ ਕਰ ਰਹੇ ਆ ਤੇ ਆ ਜਿਹੜੀ ਸੰਗਤ ਆਈ ਇਹਨੂੰ ਵੀ ਕਰ ਰਹੇ ਉਹ ਐਸਐਸਪੀ ਅਗੋ ਬਾਪੂ ਜੀ ਦੇ ਨਾਲ ਉਲਟਾ ਬੋਲ ਪਿਆ ਕਹਿੰਦਾ ਮੈਂ ਇੱਕ ਬੰਦਾ ਨਹੀਂ ਆਉਣ ਦਊਗਾ ਬਾਸ ਫਿਰ ਵਰਤਗੀ ਕਲਾ ਫਿਰ ਬਾਪੂ ਜੀ ਜੋਸ਼ ਚ ਆ ਗਏ ਬਾਪੂ ਜੀ ਜੋਸ਼ ਚ ਆ ਗਏ ਤੇ ਬਾਪੂ ਜੀ ਕਹਿੰਦੇ ਲੈ ਸੀਤਾ ਆਰਾਮ ਦੇ ਤੇਰੇ ਜੇ ਹੁਣ ਜੁਰਤੇ ਆ ਤੇ ਤੂੰ ਡੱਕ ਕੇ ਵੇਖ ਲਈ ਤੇ ਜੇ ਹੁਣ ਇਹ ਆਇਆ ਤੇ ਇੱਥੇ ਆਉਣਗੇ ਬਾਪੂ ਜੀ ਨੇ ਇਧਰੋਂ ਜਕਾਰਾ ਛੱਡਤਾ ਜਿਹੜਾ ਜੇਲ ਦੀ ਗਾੜੀ ਛੱਡਿਆ ਸੀ ਉਹੋ ਜਿਹਾ ਜਕਾਰਾ ਜਦੋਂ ਛੱਡਿਆ ਤੇ ਸੰਗਤ ਜਿਹੜੀ ਪਰਲੇ ਬਨੇ ਖੜੀ ਸੀ ਉਹ ਨਹਿਰ ਦੇ ਵਿੱਚ ਵੇਚਦੀ ਛਾਲਾ ਮਾਰ ਕੇ ਅੰਦਰੋਂ ਲੰਘਣੀ ਅਗਲੇ ਬਨੇ ਉਹ ਪੁਲਿਸ ਡਾਂਗਾ ਮਾਰਦੀ ਐ ਤੇ ਉਹ ਠਾਰਿਆ ਆਇਆ ਵਰਖ ਵਰਗਾ ਪਾਣੀ ਐ ਤੇ ਲੋਕ ਡਾਂਗਾ ਖਾਂਦੇ ਜਗਾਰੇ ਝੜਦੇ ਹੋਏ ਗਾਂ ਚੜਨ ਦੀ ਕੋਸ਼ਿਸ਼ ਕਰਦੇ ਆ ਜਦੋਂ ਇਹ ਹਾਲਾਤ ਵੇਖੇ ਬਾਪੂ ਜੀ ਗੁੱਸੇ ਜਾਣੇ ਬਾਪੂ ਜੀ ਨੇ ਸਿੱਧਾ ਰਾਮ ਦੇ ਹੱਦੀ ਪੈ ਗਏ ਸਿੱਧਾ ਰਾਮ ਦੇ ਜਪੇੜ ਮਾਰਦੀ ਬਾਪੂ ਜੀ ਨੇ ਐਸਐਸਪੀ ਦੇ ਇਹਨੇ ਜੋ ਹਵਲੀ ਪੁਲਿਸ ਦੇ ਹੱਥੋਂ ਕਰੇ ਬ੍ਰੈਸਟ ਚੱਲ ਗਿਆ ਉਹ ਨਿਸ਼ਾਨ ਸਾਹਿਬ ਦੇ ਖਿੱਚ ਦੇ ਵਿੱਚ ਵੀ ਗੋਲੀ ਆਣ ਕੇ ਵੱਜੀ ਜਿੱਥੇ ਆਪਣਾ ਪੰਡਾਲ ਲੱਗਾ ਸੀ ਉਹਦੇ ਵਿੱਚ ਵੀ ਆਣ ਕੇ ਗੋਲੀਆਂ ਵੱਜੀਆਂ ਪੰਡਾਲ ਦੇ ਵਿੱਚ ਇਹ ਆ ਕੇ ਕਿਸੇ ਬੰਦੇ ਨੂੰ ਉਹ ਗੋਲੀ ਨਹੀਂ ਲੱਗੀ ਹਵਾਈ ਫਾਇਰ ਹੋ ਗਿਆ ਸਿਦਾਰਾਮ ਮਤਲਬ ਉਹ ਫੈਰ ਹੋਣ ਨਾਲ ਸੰਗਤ ਹੋਰ ਜੋਸ਼ ਚ ਆ ਗਈ ਪੁਲਿਸ ਤਾਂ ਡਰ ਗਈ ਸਿਦਾਰਾਮ ਐਸਐਸਪੀ ਡਰ ਗਿਆ ਵੀ ਇਹ ਕੰਮ ਖਰਾਬ ਹੋ ਜਲੇ ਸੀ ਜੇ ਬੰਦੇ ਮਰ ਜਾਂਦੇ ਮਰ ਜਾਂਦਾ ਮੈਂ ਵੀ ਕਿਉਂਕਿ ਪੁਲਿਸ ਤੋਂ ਬੰਦੇ ਮਰਨਗੇ ਤਾਂ ਅੱਜ ਨਹੀਂ ਤੇ ਕੱਲ ਫਾਇਦੇ ਲੱਗੂਗਾ ਬਿਲਕੁਲ ਅੱਜ ਵੀ ਅਸੀਂ ਉਹ ਮਸਲਾ ਦੇਖਦੇ ਹਾਂ ਸ਼ਿਗਰਨ ਸਾਹਿਬ ਜਿਤਥੇ ਲਾਇਆ ਹੋਇਆ ਸੀ ਧਰਨਾ ਤਾਂ ਅੱਜ ਤੱਕ ਵੀ ਉਹ ਜਿਹੜੇ ਉਹ ਉੱਥੇ ਜਿੰਨਾ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਅੱਜ ਵੀ ਉਹ ਮਸਲਾ ਜਿਹੜਾ ਆ ਉਹ ਉੱਥੇ ਦਾ ਉੱਥੇ ਖੜਾ ਹੈ ਵੀ ਜਿਹੜੇ ਲੋਕ ਆ ਉਹ ਚਾਹੁੰਦੇ ਉਹਦਾ ਇਨਸਾਫ ਹਾਂਜੀ ਤੇ ਉਹ ਉਹ ਮਤਲਬ ਇੱਕਦਮ ਕਬਰਾ ਗਿਆ ਤੇ ਬਾਪੂ ਜੀ ਹੋਰ ਜੋਸ਼ ਆ ਗਿਆ ਫਿਰ ਪੁਲਿਸ ਐਸਾ ਉਹ ਮਾਹੌਲ ਬਣਿਆ ਕੋਈ ਸ਼ਹੀਦਾਂ ਦੀ ਕਲਾ ਵਰਤੀ ਮੈਂ ਸਮਝਦਾ ਕਿ ਉਹ ਜ਼ਬਰ ਜਿਹੜਾ ਸੀ ਉਹ ਟੁੱਟ ਗਿਆ ਸੀਦਾ ਰਾਮ ਨਡਾਲ ਹੋ ਗਿਆ ਆਪਣਾ ਆਪ ਛੱਡ ਕੇ ਪਛਾੜ ਗਿਆ ਤੇ ਲੋਕ ਜਿਹੜੀ ਸੰਗਤ ਪਾਣੀ ਦੇ ਵਿੱਚ ਖੜੀ ਸੀ ਜਗਾਰੇ ਛੱਡਦੀ ਪਰਣਾੜ ਜਾ ਗਈ ਦਵਾਨ ਸੱਜਿਆ ਤੇ ਜਿਹੜਾ ਲੜੀਵਾਰ ਜੋਸ਼ੀਹਦਾਨੇ ਸਾਨੂੰ ਆਖਰੀ ਵਾਰ ਸੁਣਾ ਦਿੰਦਾ ਹੈ ਉਹ ਸੁਣਾਏ ਸੀ ਬੜੀ ਅਜਬ ਗੱਲਾਂ ਕਿ ਮੈਂ ਉਹਨੂੰ ਮਹਿਸੂਸ ਕਰਦਾ ਜਦੋਂ ਆਪਾਂ ਉਹਨਾਂ ਦੇ ਉਹ ਗੁਣ ਗੈਣ ਕਰਦੇ ਆ ਉਹਨਾਂ ਦੀ ਸ਼ਹਾਦਤ ਦੇ ਜਿਹੜੀ ਆਖਰੀ ਮੁਲਾਕਾਤ ਜਾਂ ਉਹਦੇ ਤੋਂ ਪਹਿਲੋਂ ਜਿਹੜੀਆਂ ਮੁਲਾਕਾਤਾਂ ਹੋਈਆਂ ਉਹਨਾਂ ਦੇ ਤੇ ਲੋਕ ਉਹਨਾਂ ਨੂੰ ਬੜੇ ਭਾਵਕ ਹੋ ਕੇ ਸੁਣਦੇ ਆ ਤੇ ਬਾਪੂ ਜੀ ਨੂੰ ਵੀ ਜਦੋਂ ਮਾਤਾ ਜੀ ਮੁਲਾਕਾਤ ਕਰਨ ਵਾਸਤੇ ਗਏ ਤੇ ਮਾਤਾ ਜੀ ਨੂੰ ਕਹਿੰਦਾ ਵੀ ਮਾਤਾ ਜੀ ਠੀਕ ਠਾਕ ਉਹ ਮਾਤਾ ਜੀ ਉਹਦੀ ਚੜ੍ਹਦੀ ਕਲਾ ਜਿਉ ਨੂੰ ਵੇਖ ਕੇ ਇੰਨੇ ਹੈਰਾਨ ਹੋਈ ਕਿ ਜੋ ਨੇ ਆਪਣੇ ਮਨ ਵਿੱਚ ਸੋਚਿਆ ਸੀ ਉਹਦੇ ਉਲਟ ਉਹਨੂੰ ਦਿਖਾਈ ਦੇ ਰਿਹਾ ਸੀ ਉਹਦਾ ਪੁੱਤਰ ਉਹ ਅੱਗੋਂ ਮਜ਼ਾਕ ਕਰਕੇ ਫੜੇ ਬੁਲਾ ਰਿਹਾ ਸੀ ਤੇ ਮਜ਼ਾਕ ਕਰ ਰਿਹਾ ਸੀ ਮਸਕਰਾ ਰਿਹਾ ਸੀ ਮਾਤਾ ਸਰਵਣ ਦੇ ਕੰਨ 'ਚ ਕਹਿੰਦੀ ਐ ਸਰਵਣ ਸਿਆ ਇਹਨੂੰ ਪਤਾ ਨਹੀਂ ਕਿ ਮੈਨੂੰ ਸਵੇਰੇ ਫਾਂਸੀ ਹੈ ਤੇ ਸਰਵਨ ਸੇ ਨਿਚੇ ਚ ਹੀ ਭਾਵੇਂ ਉਹਦੀ ਉਮਰ ਛੋਟੀ ਹੀ ਲੇਕਿਨ ਉਹ ਉਹਦਾ ਜਿਹੜਾ ਹਸਾਬ ਕਿਤਾਬ ਸੀ ਉਹ ਬੜਾ ਮਠਮੇ ਵਾਲਾ ਸੀ ਉਹ ਕਹਿੰਦਾ ਨਹੀਂ ਮਾਤਾ ਨੂੰ ਪਤਾ ਹੈ ਜੀ ਤੇ ਮਾਦਾ ਜੀ ਕਹਿੰਦੇ ਵੀ ਹਾਂ ਪੁੱਤਰ ਵੀ ਠੀਕ ਹੈ ਕਹਿੰਦਾ ਵੀ ਮਾਦਾ ਜੀ ਚੜਦੀ ਗਲਾ ਜੋ ਕਹਿੰਦਾ ਵੀ ਨਹੀਂ ਪੁੱਤ ਵੀ ਤੈਨੂੰ ਪਤਾ ਤੈਨੂੰ ਸਵੇਰੇ ਫਾਂਸੀ ਹੈ ਕਹਿੰਦਾ ਮਾਦਾ ਜੀ ਮੈਨੂੰ ਪਤਾ ਹੈ ਫਿਰ ਮਤਲਬ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਤੁਮ ਬਾਦਾ ਜੀ ਕਹਿੰਦੇ ਨਹੀਂ ਪੁੱਤ ਬਤਲਬ ਤੈਨੂੰ ਸਵੇਰੇ ਫਾਂਸੀ ਆ ਤੇ ਆਖਰੀ ਮੁਲਾਕਾਤ ਆ ਆਖਰੀ ਮੁਲਾਕਾਤ ਦੀ ਗੱਲ ਉਹਨੇ ਫੜ ਲਈ ਤੇ ਕਹਿੰਦਾ ਮਾਦਾ ਆਖਰੀ ਮੁਲਾਕਾਤ ਨਹੀਂ ਤੇਰੀ ਮੇਰੀ ਮੁਲਾਕਾਤ ਹੋਇਆ ਕਰੇਗੀ ਮਾਤਾ ਇੱਕਦਮ ਹੈਰਾਨ ਹੋ ਗਈ ਤੂੰ ਸਵੇਰੇ ਫਾਂਸੀ ਲੱਗਣਾ ਏ ਮੇਰੀ ਮੁਲਾਕਾਤ ਕਿੱਥੋਂ ਹੋਏਗੀ ਕਹਿੰਦਾ ਮਾਦਾ ਜੀ ਹੁਣ ਇਹ ਅਗਲੀਆਂ ਗੱਲਾਂ ਐ ਜੋ ਅੱਜ ਅਸੀਂ ਉਹਨੂੰ ਮਹਿਸੂਸ ਕਰ ਰਹੇ ਆ ਆਪਣੇ ਜੀਵਨ ਵਿੱਚ ਮੇਰੀ ਤੇਰੀ ਮੁਲਾਕਾਤ ਹੋਇਆ ਕਰੇਗੀ ਮਾਦਾ ਫੇਰ ਪੁੱਛਦੀ ਮਜੂਜ਼ ਹੋਗੇ ਕਿੱਥੇ ਹੋਇਆ ਕਰੇਗੀ ਮੁਲਾਕਾਤ ਤੈਨੂੰ ਸਵੇਰੇ ਫਾਂਸੀ ਹੈ ਤੇ ਆਨੂ ਕਹਿੰਦਾ ਮਾਦਾ ਮੈਨੂੰ ਜਿੱਥੇ ਯਾਦ ਕਰਿਆ ਕਰੇਂਗੀ ਮੈਂ ਤੇਰੇ ਕੋਲ ਹੋਇਆ ਕਰਾਂਗਾ ਤੇ ਮੈਂ ਜਦੋਂ ਸਾਲ ਬਾਅਦ ਜੋੜ ਮੇਲ ਹੁੰਦਾ ਜਦੋਂ ਉਹਦੀਆਂ ਗਥਾਵਾਂ ਗਾਈਆਂ ਜਾਂਦੀਆਂ ਤੇ ਮੈਨੂੰ ਐ ਲੱਗਦਾ ਵੀ ਜਿਹੜਾ ਬਾਪੂ ਜੀ ਨੂੰ ਵਾਦਾ ਜੀ ਨੂੰ ਉਹਨੇ ਵਜਨ ਦਿੱਤਾ ਸੀ ਮੈਨੂੰ ਜਿੱਥੇ ਯਾਦ ਕਰਿਆ ਕਰੋ ਕਿ ਮੈਂ ਆਇਆ ਕਰੂੰ ਲੋਕ ਉਹਦੀਆਂ ਗੱਲਾਂ ਹੁਣ ਵੀ ਸੁਣਨਾ ਆਉਂਦੇ ਮੈਨੂੰ ਉਹ ਮਹਿਸੂਸ ਹੁੰਦਾ ਹੈ ਪੀਹਾ ਆ ਗੱਲ ਕਹੀ ਸੀ ਸਤਵੰਸੇ ਨੇ ਮੈਨੂੰ ਜਿੱਥੇ ਯਾਦ ਕਰਿਆ ਕਰੋਗੇ ਮੈਂ ਉੱਥੇ ਆ ਜਾ ਰੋਇਆ ਕਰਾਂਗਾ ਅੱਜ ਹਾਜ਼ਰ ਹੋ ਕੇ ਵੇਖ ਰਿਹਾ ਹੋਏਗਾ ਕਿ ਮੇਰੇ ਵਜਨ ਲੋਕ ਅੱਜ ਵੀ ਦਰਹਾਰੇ ਆ ਜਿਹੜੀ ਮੈਂ ਉਦੋਂ ਵਚਨ ਕਹੇ ਆ ਤਾਂ ਉਹ ਹਰ ਸਾਲ ਲੋਕ ਆਉਂਦੇ ਆ ਸੰਗਤ ਜਿਤਨਾ ਜਿਤਨਾ ਲੋਕਾਂ ਵਿੱਚ ਇਤਿਹਾਸ ਹਿਸਟਰੀ ਜਿਹੜੀ ਹੁੰਦੀ ਹੈ ਨਾ ਉਹ 50 ਸਾਲ ਬਾਅਦ ਜਾ ਕੇ ਹਿਸਟਰੀ ਹੁੰਦੀ ਹੈ 50 ਸਾਲ ਬਾਅਦ ਜਾ ਕੇ ਇਤਿਹਾਸ ਬਣਦਾ ਇੱਕ ਕਿਸੇ ਸ਼ਾਇਰ ਨੇ ਲਿਖਿਆ ਹੈ ਉਹ ਕਹਿੰਦਾ ਵੀ ਅ ਮਾਪੇ ਪੇਕੇ ਨਾਨਕੇ ਇੱਕ ਜੁੰਡੀ ਦੇ ਯਾਰ ਇੱਕ ਮਾਪੇ ਇੱਕ ਪੇਕੇ ਇੱਕ ਨਾਨਕੇ ਇਹ ਤਿੰਨ ਜਿਹੜੇ ਆ ਇਹ ਕਦੀ ਉਹਨੂੰ ਇਹ ਨਹੀਂ ਜ਼ਾਦ ਨੂੰ ਜ਼ਾਦ ਗੈਣਗੇ ਬਾਕੀ ਕਹੂਗਾ ਸਭ ਸੰਸਾਰ ਇਹ ਇਹਨਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਸਾਡੇ ਨਾਲ ਪੜਦਾ ਸੀ ਇਹ ਸਾਡੇ ਨਾਲ ਖੇਡਦਾ ਸੀ ਇਹ ਸਾਡੇ ਨਾਲ ਅਚਰਾੜਤਾ ਕਰਦਾ ਸੀ ਇਹਨਾਂ ਦੇ ਅੰਦਰ ਉਹ ਅਕਸ ਨਹੀਂ ਬਣਦਾ ਉਹ ਅਕਸ ਨਹੀਂ ਬਣਦਾ ਗੁਰੂ ਵਾਲਾ ਹੁਣ ਗੁਰੂ ਦੇ ਪੁੱਤਰਾਂ ਦਾ ਇਹ ਹਾਲ ਰਿਆ ਕਿ ਗੁਰੂ ਨਾਨਕ ਦੇ ਪੁੱਤਰ ਗੁਰੂ ਅੰਗਦ ਦੇ ਪੁੱਤਰ ਗੁਰੂ ਅਮਰਦਾਸ ਜੀ ਦੇ ਪੁੱਤਰ ਉਹ ਗੁਰੂ ਦੇ ਉਸ ਪ੍ਰੇਮ ਦੀ ਭਾਵਨਾ ਨੂੰ ਉਸ ਜੋਤ ਨੂੰ ਨਹੀਂ ਪਛਾਣ ਸਕਿਆ ਉਹਨਾਂ ਨੂੰ ਪਿਓ ਸਮਝਦੇ ਰਹੇ ਤੇ ਜਿਹੜੇ ਸਿੱਖ ਸੀ ਉਹਨਾਂ ਆਰੇ ਉਹਨੂੰ ਗੁਰੂ ਜੋਤ ਸਮਝ ਕੇ ਮੱਥਾ ਟੇਕਿਆ ਤੇ ਲੈਣੇ ਤੋਂ ਅੰਗਦ ਕੀ ਅੰਗਦ ਸੇ ਅੱਲਾ ਕਰ ਦਿਆ ਪਰਵਾਦ ਬਾ ਨੇ ਆਪਣਾ ਰੂਪ ਬਣਾ ਕੇ ਉਹਨਾਂ ਨੂੰ ਗੱਦੀ ਦੇ ਦਿੱਤੀ ਤੋਂ ਇਸ ਤਰ੍ਹਾਂ ਮਤਲਬ ਜਿਹੜੀ ਜਿਹੜੇ ਨਾਲ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਜੀਵਨ ਜੋ ਉਹਨਾਂ ਨੂੰ ਉਸ ਘੜੜਾਵਾ ਉਹਦੀਆਂ ਵੇਖੀਆਂ ਹੁੰਦੀਆਂ ਉਹ ਉਹਨੂੰ ਇਸ ਤਰ੍ਹਾਂ ਸਮਝਦੇ ਆ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪਨੀਰੀ ਹੈ ਉਹਨਾਂ ਅੰਦਰ ਜਦੋਂ ਇਹ ਮੈਸੇਜ ਜਾਂਦੇ ਉਹਨਾਂ ਨੂੰ ਹਿਸਟਰੀ ਲੱਗਦੀ ਹੈ ਉਹ ਫਿਰ ਬੜੀ ਭਾਵਨਾ ਨਾਲ ਆਉਂਦੇ ਆ ਆ ਕੁਦਰਤ ਦੀ ਗੇੜ ਹੈ ਕਿ ਇਹ ਇਸ ਦਾਨ ਇਹਨਾਂ ਹਾਲਾਤਾਂ ਵਿੱਚੋਂ ਕੋਮ ਨੇ ਸਾਹ ਦਿੱਤਾ ਦੇ ਮਤਲਬ ਅੱਜ ਜੋ ਕੁਝ ਬਣਿਆ ਬਹੁਤ ਕੁਝ ਬਣਨ ਵਾਲਾ ਹੈ ਇਹਤੇ ਲੋਗ ਹਰ ਸਾਲ ਨਾਤਮਸਤਕ ਹੋਣ ਆਉਂਦੇ ਆ ਹੁਣ ਜਦੋਂ ਤੋਂ ਅਸੀਂ ਸੜਕਾਂ ਵਾਲਾ ਅਗਲੇ ਬਨੇ ਜ਼ਮੀਨ ਖਰੀਦ ਕੇ ਅੱਗੇ ਸੜਕ ਤੇ ਚੱਲ ਗਏ 24 ਘੰਟੇ ਲੰਗਰ ਚੱਲਦਾ ਤੇ ਲਾਗੇ ਬਾਬਾ ਨਾਨਕ ਜੀ ਦਾ ਜਿਹੜਾ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ ਗਿਆ ਇਹ ਵੀ ਸਾਡੇ ਕਦੀ ਕਿਸੇ ਦੇ ਸੁਪਨੇ 'ਚ ਨਹੀਂ ਸੀ 70 ਸਾਲ ਤੋਂ ਕਿ ਇੱਥੋਂ ਕਿਤੇ ਲੰਘਾ ਜਿਹੜਾ ਵਾ ਹੋ ਜਾਏਗਾ ਦੇ ਉਹ ਜਿਹੜੀ ਸੰਗਤ ਉੱਥੇ ਵੀ ਆਉਂਦੀ ਆ ਉਹ ਵੀ ਇੱਥੇ ਆਣ ਕੇ ਦਰਸ਼ਨ ਕਰਨ ਆਉਂਦੀ ਆ ਤੇ ਉਹਨਾਂ ਨੂੰ ਬਜਰਾਂ ਨੂੰ ਉਹਨਾਂ ਦੇ ਅਨੁਯਾਦ ਕਰਦੀ ਰਹਿੰਦੀ ਮਿਲਦੇ ਰਹਿੰਦੇ। ਹਾਂ। ਕੋ ਸਾਡੇ ਨਾਲ ਮੌਜੂਦ ਸਨ ਉਹ ਸਖਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆ 3-4 ਸਾਲ ਜਿਹੜੇ ਆ ਉਹ ਪਹਿਲਾਂ ਬਤਾਏ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਮੁਲਾਕਾਤਾਂ ਵੀ ਪਾਇਤਤਵ ਸਿੰਘ ਹੋਣਾ ਦੇ ਨਾਲ ਕੀਤੀਆਂ। ਇੱਕ ਗਹਿਰੀ ਦੋਸਤੀ ਸੀ ਜੋ ਭਰਾਵਾਂ ਭਰਾ ਬਣ ਗਏ। ਉਹ ਅੱਜ ਤੱਕ ਜਿਹੜਾ ਆ ਉਹ ਪਰਿਵਾਰ ਦੇ ਨਾਲ ਵੀ ਉਹੀ ਰਿਸ਼ਤਾ ਜਿਹੜਾ ਵਾ ਪਾਇ ਹਰਜਿੰਦਰ ਸਿੰਘ ਵੀ ਨਿਭਾ ਰਿਹਾ